ਸਿੱਟ ਲਾਓ, ਕਾਲਸਰ ਮੋਗੇ ਦੀ ਟੀਮ ਸਿੱਟ ਲਾਵੇ। ਲਓ ਪਹਿਲੀ ਕਬੱਡੀ ਕਿਹੜਾ ਨੌਜਵਾਨ ਪਾਵੇਗਾ ਖੇਡ ਮੈਦਾਨ ਦੇ ਵਿੱਚ। ਜਿਵੇਂ ਪੰਛੀ ਭਰਦੇ ਨੇ ਉਡਾਰੀ ਸਮਾਨਾਂ ਵਿੱਚ, ਇਵੇਂ ਹੀ ਭਰਦੇ ਨੇ ਉਡਾਰੀ ਖਿਡਾਰੀ ਮੈਦਾਨਾਂ ਵਿੱਚ। ਪਰ ਕੇ ਜਾਣੇ ਨੇ ਜ਼ੋਰ ਜਵਾਨਾਂ ਵਿੱਚ, ਅੱਜ ਸਾਰਿਆਂ ਦੇ ਸਾਹਮਣੇ ਕਿਹੜਾ ਚੰਨ ਵਾਂਗੂ ਚਮਕੂਗਾ ਅੱਜ ਉਤਾਰੇ ਨੇ ਸਾਹਮਣੇ। ਲਓ ਪਹਿਲੀ ਕਬੱਡੀ ਨੌਜਵਾਨ ਪਿੰਦਰ ਦੀ ਪਾਈ ਹੋਈ ਖੇਡ ਮੈਦਾਨ ਦੇ ਵਿੱਚ। ਲੱਖ ਅਜ ਪੁਆਇੰਟ ਮਲਕ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਜੱਦੀ ਪਿੰਡ ਚੂੜ ਚੱਕੀ ਆ ਆਹ ਨੌਜਵਾਨ ਦਾ। ਦੂਸਰੇ ਪਾਸੇ ਪਿੰਡ ਦੀ ਮੇਜ਼ਬਾਨ ਕਾਲਸਰ ਮੋਗੇ ਦਾ ਨੌਜਵਾਨ ਹਰਪ੍ਰੀਤ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਬਿਗਲ ਵੱਜਿਆ ਕੂਚ ਦਾ ਹੁਕਮ ਹੋਇਆ, ਚੜੇ ਜੰਗ ਨੂੰ ਸੂਰਮੇ ਸਿੰਘ ਦਲੇਰ ਮੀਆਂ, ਨਿਕਲੇ ਪਾਂਕੇ ਸ਼ੈਲ ਸ਼ਬੀਲੇ ਪੁੱਸਰਦਾਰਾਂ ਦੇ, ਜਿਵੇਂ ਬਿੱਲ ਨਿਕਲਦੇ ਸ਼ੇਰ ਮੀਆਂ। ਲੱਖ ਜੋ ਪੁਆਇੰਟ ਕਾਲਸਰ ਮੋਗੇ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ। ਚੱਲ ਵੀ ਜੱਗੀ ਗੋਸ਼ ਧਰਤੀ ਦਾ ਮੱਖਣ ਖੇਡ ਮੈਦਾਨ ਦੇ ਜਵਾਬ ਦਾ ਹੋਇਆ। ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ, ਲੱਗਾ ਰੱਬ ਨੂੰ ਧਿਆਉਣ ਲੱਗੋ, ਦਓ ਸ਼ੇਰ ਨੂੰ ਹੱਲਾ ਸ਼ੇਰੀ, ਧਾਵੀ ਚੱਲਿਆ ਕਬੱਡੀਆਂ ਪਾਉਣ ਲੱਗੋ। ਪੰਜਾਬ ਲਾਈਵ 1.com ਦੇ ਜਰਗੇ ਇੱਕ ਕਬੱਡੀ ਦਿਖਾਈ ਜਾ ਰਹੀ ਆ ਪੂਰੀ ਦੁਨੀਆ ਦੇ ਵਿੱਚ, ਕਿ ਕੋਈ ਖੋਲੇ ਫੇਸਬੁੱਕ, ਕੋਈ ਖੋਲੇ ਸਕਰੈਪੀ, ਕਬੱਡੀ ਦੁਨੀਆ ਤੇ ਪਹੁੰਚਾਉਣੀ। ਕਹਿੰਦਾ ਗਗਨ ਨੂੰ ਹੈਪੀ, ਵਿਦੇਸ਼ਾਂ ਦੇ ਵਿੱਚ ਲੈਂਦੇ ਲੋਕੀ ਕੌਡੀ ਦੇ ਨਜ਼ਾਰੇ, ਐਵੇਂ ਨੀ ਗਗਨ ਨੂੰ ਹੈਪੀ ਨੂੰ ਸ਼ਾਬਾਸ਼ ਦਿੰਦੇ ਐਨ ਵਾਲੀ ਸਾਰੇ। ਦੂਸਰੇ ਪਾਸੇ ਨੌਜਵਾਨ ਕਾਲਸਰ ਮੋਗੇ ਦਾ ਖੇਡ ਮੈਦਾਨ ਦੇ ਵਿੱਚ ਵੜਿਆ ਹੋਇਆ ਦੁਨੀਆ ਦਾ ਸਟਾਰ ਹੀ ਆਪੀਏ ਨੌਜਵਾਨ ਮਲਕ ਪਿੰਡ ਦਾ। ਲੱਖ ਜੋ ਪੁਆਇੰਟ ਜਸਵੀਰ ਮਹਿਣੇ ਵਾਲਾ ਸੱਚੀ ਬੋਲੀ ਬੋਲਦਾ ਕਿ ਪੁਆਇੰਟ ਜਾਪਦਾ ਦੇ ਖਾਤੇ ਵਿੱਚ ਜੁੜਦਾ ਹੋਇਆ। ਦੂਸਰੇ ਪਾਸੇ ਪਿੰਦਰ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ। ਤਿੰਨ ਜਾਫੀ ਵਿਉਂਤਬੰਦੀ ਕਰਦੇ ਨੇ, ਇੱਕ ਦੋ ਤਿੰਨ, ਤਿੰਨਾਂ ਵੀਰਾਂ ਵਿੱਚੋਂ ਕਿਹੜਾ ਨੌਜਵਾਨ ਡੱਕਣ ਦੀ ਗੱਲ ਕਰੇਗਾ ਕਾਲਸਰ ਮੋਗੇ ਦਾ। ਪਰ ਕਬੱਡੀ ਸਮੇਂ ਦੀ ਮਤਾਜ ਆ, ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ। ਚੱਲ ਵੀ ਹਰ ਪਾ ਕਬੱਡੀ ਮੈਦਾਨ ਵਿੱਚ ਹਰ ਗੋਬਿੰਦ ਕਲੱਬ ਸਨੇਹਰ ਬਾਸੀ ਮਾਲਾ ਕਲਾਂ ਦੀਆਂ ਟੀਮਾਂ ਬੇਟ ਗਰਾਊਂਡ ਦੇ ਵਿੱਚ ਨਹੀਂ ਪੁੱਜ ਰਹੀਆਂ। ਇਹ ਟੀਮਾਂ ਨੂੰ ਬੇਨਤੀ ਆ ਕਿ ਬੇਟ ਗਰਾਊਂਡ ਦੇ ਵਿੱਚ ਪੁੱਜਣ। ਲੰਡੇ ਬਾਸੀ ਮੀਨੀਆਂ, ਕੋਸ਼ਾ ਰਣਧੀਰ ਬਾਸੀ, ਬਾਬਾ ਖੁਸ਼ਹਾਲ ਕਲੱਬ ਝਿੜਕ, ਕਿਸ਼ਨਪੁਰਾ ਬਾਸੀ ਕਲ ਕਲਾਂ। ਇਹ ਦੂਸਰੇ ਪਾਸੇ ਮਲਕਰੀ ਧਰਤੀ ਦਾ ਨੌਜਵਾਨ ਖੇਡ ਮੈਦਾਨ ਚ ਵਧਿਆ ਹੋਇਆ ਪਾਸੇ ਕਰਕੇ ਰੱਖਦਾ ਨੌਜਵਾਨ ਨੂੰ ਤੇ ਪੁਆਇੰਟ ਭੋਡੀਪੁਰੇ ਦਾ ਨਿਮਾ ਸੱਚੀ ਬੋਲੀ ਬੋਲਦਾ ਕਿ ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ। ਦੂਸਰੇ ਪਾਸੇ ਨੌਜਵਾਨ ਵਾਧਾ ਹੋਇਆ ਖੇਡ ਮੈਦਾਨ ਵਿੱਚ ਕਿ ਬੋਰੀਆਂ ਨਿਚੋੜੀਆਂ ਤੇ ਰੱਸੇ ਬੜੇ ਚੜਿਆ, ਜਾਣ ਦਾ ਹਰੇਕ ਜਿਹਦਾ ਜਿਹਦਾ ਗੁੱਟ ਫੜਿਆ, ਕਬੱਡੀ ਦੇ ਆਸ ਹੋ ਗਿਆ। ਦਰਸ਼ਕ ਵੀਰ ਸਾਰਿਆਂ ਨੂੰ ਵਿਸਾਖੀ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਾਸੀ ਹੋਸ਼ਿਕੀ। ਦੂਸਰੇ ਪਾਸੇ ਨੌਜਵਾਨ ਕਿ ਚੱਕੀ ਦੇ ਪੁੜਵਰਗੀ ਛਾਤੀ, ਜਿਗਰੇ ਗਾਰਡਨ ਨੇ ਜੂਝ ਜੂਝ ਕੇ ਹੰਦਿਆਂ ਨੂੰ ਟੱਚ ਕਰਦੇ ਬਾਰਡਰ ਨੇ, ਕੈਮਰੇ ਫੋਕਸ ਨੇ ਖੇਡ ਮੈਦਾਨ ਦੇ ਵਿੱਚ। ਲੱਖ ਜੋ ਪੁਆਇੰਟ ਕਾਲਸਰ ਮੋਗੇ ਦੀ ਟੀਮ ਦੇ ਇਸ ਵਿੱਚ ਜੁੜਦਾ ਹੋਇਆ, ਮਾਰੋ ਤਾੜੀਆਂ, ਆ ਦੁਨੀਆਂ ਦਾ ਸਟਾਰ ਹੀ ਹਾਥੀ ਆ ਕਾਲਸਰ ਮੋਗੇ ਦਾ ਨੌਜਵਾਨ, ਸੋਹਣੀ ਖੇਡ ਕਰਦਾ ਹੋਇਆ। ਦੂਸਰੇ ਪਾਸੇ ਹਰਪ੍ਰੀਤ ਕਬੱਡੀ ਫਾ ਰਿਹਾ ਤੇ ਉਧਰ ਨੌਜਵਾਨ ਲਾਲ ਪੱਟੀ ਵਾਲਾ ਕਹਿਰਵਾਨ ਹੁੰਦਾ ਹੋਇਆ ਤੇ ਜਸਵੀਰ ਮਹਿਣੇ ਧਰਤੀ ਦਾ ਫੈਸਲਾ ਕਰਦਾ ਕਿ ਪੁਆਇੰਟ ਜਾਫਰਾਂ ਦੇ ਖਾਤੇ ਵਿੱਚ ਜੁੜਦਾ ਹੋਇਆ। ਅਗਲਾ ਮੁਕਾਬਲਾ ਕੱਲ ਕਲਾਂ ਤੇ ਰਾਜੀ ਵਾਲੇ ਪਿੰਡ ਦਾ, ਦੋਵੇਂ ਟੀਮਾਂ ਤਿਆਰ ਰਹਿਣ ਤੇ ਖੇਡ ਮੈਦਾਨ ਵਿੱਚ ਮੁਕਾਬਲਾ ਸਮਾਪਤ ਆ। ਦਸੀ ਵੀਰ ਲਿਖੇ ਜੋ ਕਿ ਖੇਡ ਮੈਦਾਨ ਵਿੱਚੋਂ ਮਲਕ ਜੇਤੂ ਆ, ਨੋਟ ਕਰ ਲਓ ਵੀਰ, ਮਲਕ ਦੀ ਟੀਮ ਜੇਤੂ ਆ। ਸਮੁੱਚੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਾਡੀ ਜ਼ਿੰਦਗੀ ਦੇ ਬਹੁਤ ਹੀ ਸਤਿਕਾਰਯੋਗ ਮਿੱਤਰ ਨੇ ਬੱਬੀ ਕਲੇਰ ਜੀ, ਸਾਡੇ ਪ੍ਰਭਜੀਤ ਕਲੇਰ ਜੀ, ਵੱਡੇ ਮਾਣ ਬਖਸ਼ੇ ਨੇ ਖੇਡ ਮੈਦਾਨਾਂ ਵਿੱਚ ਸਮੁੱਚੀ ਆਰਗੇਨਾਈਜ਼ ਪ੍ਰਬੰਧਕ ਕਮੇਟੀ ਨੇ ਦੋਵੇਂ ਟੀਮਾਂ ਸਿੱਟ ਲਾਉਣ ਰਾਜੀ ਵਾਲਾ ਪਿੰਡ ਤੇ ਕੱਲ ਕਲਾਂ। ਖੇਡ ਮੈਦਾਨ ਵਿੱਚ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ, ਬਹੁਤ ਹੀ ਤਕੜਾ ਮੈਚ ਖੇਡਿਆ ਜਾਵੇਗਾ ਰਾਜੀ ਵਾਲਾ ਪਿੰਡ ਤੇ ਕੱਲ ਕਲਾਂ ਦਾ। ਸਾਡਾ ਨੋਟ ਕਰੇ ਪੁਆਇੰਟ ਵਾਲਾ ਵੀਰ, ਸਾਡਾ ਨੋਟ ਕਰੋ ਜੀ। ਰਾਜੀ ਵਾਲਾ ਪਿੰਡ ਚੜ੍ਹਦੇ ਵਾਲੀ ਸਾਈਡ, ਛਿਫਦੇ ਵਾਲੀ ਸਾਈਡ ਕੱਲਾਂ ਦੀ ਟੀਮ ਆ।
ਲੋ ਪਹਿਲੀ ਕਬੱਡੀ ਰਵਿੰਦਰ ਸਿੰਘ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਘੱਲਾਂ ਦੀ ਧਰਤੀ ਡੀਪੀ ਦਾ ਪਿੰਡ ਵਿਸ਼ੇਸ਼ ਤੌਰ ਤੇ ਪੁੱਜਾ ਮੇਰਾ ਵੀਰ ਦੂਸਰੇ ਪਾਸੇ ਕਿ ਪਹਿਲੀ ਪੇਛੀ ਯਾਰ ਛੁੱਟ ਜੇ ਬੱਗੀ ਘੋੜੀ ਵੇ ਵਕੀਲਾ ਤੈਨੂੰ ਦੂਸਰੇ ਪਾਸੇ ਝਾਂਜਰ ਵਾਲੇ ਗਿੱਟ ਦੇ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਤੇ ਲੱਖਾਂ ਜਾਂ ਪੁਆਇੰਟ ਜਾਫੀਆਂ ਦੇ ਖਾਤੇ ਵਿੱਚ ਜੁੜਦਾ ਹੋਇਆ ਅਗਲੇਰੀ ਕਬੱਡੀ ਨਿੱਕਾ ਪਾ ਰਿਹਾ ਕੈਨੇਡਾ ਦੀਆਂ ਕੈਲਗਰੀ ਦੀਆਂ ਗਰਾਊਂਡਾਂ ਹੁਣ ਬੀਸੀ ਦੀਆਂ ਗਰਾਊਂਡਾਂ ਹੁਣ ਤਕੜਾ ਖੇਡਿਆ ਮੇਜਰ ਭਲੂਰ ਵਾਲਾ ਮਾਣ ਕਰਦਾ ਆ ਨੌਜਵਾਨ ਤੇ ਚਾਰ ਯਾਫੀ ਨੇ ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਚ ਵਾਧਾ ਹੋਇਆ ਲਓ ਲੱਖਾਂ ਜਾਂ ਪੁਆਇੰਟ ਹਵਾ ਹਵਾਈ ਬਣਦਾ ਹੋਇਆ ਨੌਜਵਾਨ ਖੇਡ ਮੈਦਾਨ ਦੇ ਵਿੱਚ ਇੱਕ ਮਠੂਰ ਕੀਪਾ ਬੱਧਨੀ ਦਾ ਛਾ ਗਿਆ ਤੀਜੀ ਮੈਂ ਸਕੌਡੀ ਸ਼ੀਰਾ ਬੋਪਰ ਆਏ ਪਾ ਗਿਆ ਝੂਲਦੇ ਹੋਏ ਚੰਡੇ ਬੁਲੰਦ ਉਨਾਰੇ ਦਿੰਦੇ ਆ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਆਈ ਲਵ ਕਬੱਡੀ ਆਈ ਲਵ ਕਬੱਡੀ ਦੇ ਬੁਲੰਦ ਉਨਾਰੇ ਨੇ ਦੂਸਰੇ ਪਾਸੇ ਨੌਜਵਾਨ ਵਾਧਾ ਹੋਇਆ ਇੱਕ ਪਾਸੇ ਸ਼ੂਸ਼ਗਰੀ ਧਰਤੀ ਦਾ ਬਾਬਾ ਬਲਕਾਰਨਾ ਦੁਨੀਆਂ ਦਾ ਸਟਾਰ ਯਾਫੀ ਆ ਉਧਰ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਕਿ ਚੂੜੀਆਂ ਚਲਾਉਂਦਾ ਬਈ ਮਾਣ ਹੋ ਗਿਆ ਮੇਰੀ ਬਾਣ ਹੈ ਛੱਡੇ ਬਣ ਜਾ ਰਹਾ ਦੂਸਰੇ ਪਾਸੇ ਮੇੜੂ ਮੇੜੇ ਹੁੰਦੇ ਹੋਏ ਦੋਨਾਂ ਖਿਡਾਰੀਆਂ ਦਾ ਲੱਗਾ ਹੋਇਆ ਜ਼ੋਰ ਘੁੱਟ ਕੇ ਕਲੇਜੇ ਲਾਉਂਦਾ ਇਹਨੇ ਡਾਢੇ ਜ਼ੋਰ ਦੀ ਜਿੰਦ ਜਾਣ ਪੰਜਾਬੀ ਸ਼ੇਰ ਨੇ ਗੱਲਾਂ ਨੂੰ ਗਿੱਦੜ ਸ਼ੇਰ ਨਹੀਂ ਬਣਦੇ ਕਦੇ ਰੰਗਾ ਕੇ ਖੱਲਾਂ ਨੂੰ ਗੱਲਾਂ ਨੂੰ ਵੀ ਸ਼ੇਰ ਇਹਨਾਂ ਖੇਡ ਮੈਦਾਨਾਂ ਵਿੱਚ ਸ਼ੇਰ ਕਾਲਸਰ ਮੋਗੇ ਦੀ ਧਰਤੀ ਪੂਰੀ ਦੁਨੀਆਂ ਦੇ ਮਸ਼ਹੂਰ ਆ ਸਨੇਰ ਤੇ ਮਾਲਾ ਜੋ ਅਗਲੇ ਮੁਕਾਬਲੇ ਖੇਡ ਮੈਦਾਨ ਵਿੱਚ ਦੋਵੇਂ ਟੀਮਾਂ ਦਾ ਇੱਕ ਇੱਕ ਪਲੇਅਰ ਹੱਥ ਖੜਾ ਕਰੇ ਸਨੇਰ ਦੀ ਟੀਮ ਪੁੱਜ ਗਈ ਆ ਮਾਲੇ ਦੀ ਟੀਮ ਖੇਡ ਮੈਦਾਨ ਵਿੱਚ ਪੁੱਜੇ ਦੁਨੀਆਂ ਦੇ ਪ੍ਰਸਿੱਧ ਖਿਡਾਰੀ ਪੁੱਜੇ ਆ ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ 'ਚ ਰਵਿੰਦਰ ਕਬੱਡੀ ਪਾ ਰਿਹਾ ਤੇ ਚਾਰ ਯਾਫੀ ਸੁਪਰ ਸਟਾਰ ਨੇ ਹਵਾਏ ਫੈਸਲਾ ਕਰੇਗੀ ਰੋਸ਼ਨੀ ਕਾ ਜਿਸ ਟੀਮ ਮੇ ਦਮ ਹੋਗਾ ਉਹ ਟਿਕ ਜਾਏਗਾ ਸਾਡੇ ਉਸਤਾਦ ਪ੍ਰੋਫੈਸਰ ਮੱਕੜ ਹਕੀਮ ਪਰ ਕਹਿੰਦੇ ਹੁੰਦੇ ਆ ਦੂਸਰੇ ਪਾਸੇ ਜਸਵੀਰ ਮਹਿਣੇ ਪਿੰਡ ਦਾ ਸੱਚੀ ਬੋਲੀ ਬੋਲਦਾ ਸੁੱਚ ਬੰਦ ਕਰ ਦਿਓ ਵੀਰ ਹੈਲੋ ਦੂਸਰੇ ਪਾਸੇ ਰਵਿੰਦਰ ਸਿੰਘ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ ਧਾਵੀ ਕਹਿੰਦਾ ਮੈਂ ਉੱਡ ਉੱਡ ਪਾਊਂਗਾ ਕਬੱਡੀਆਂ ਜਾਫੀ ਕਹਿੰਦੇ ਲੱਤਾਂ ਬਾਹਾਂ ਇੱਕਾਂ ਪੱਟਾਂ ਵਿੱਚ ਤਾਕਤਾਂ ਨੇ ਵੱਡੀਆਂ ਚਾਰ ਯਾਫਰਾਂ ਵਿੱਚ ਸੁਪਰ ਸਟਾਰ ਨੇ ਕਿ ਦੋਵਾਂ ਜਾਣਿਆਂ ਵਿੱਚ ਮਾੜਾ ਹੁੰਦਾ ਫਨ ਹੜਿਆ ਤੀਜੀ ਦਾ ਜਸਵੀਰ ਮਹਿਣੇ ਧਰਤੀ ਦਾ ਆਪਣੇ ਸਮੇਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਫੈਸਲੇ ਕਰਦਾ ਮਾਕਰ ਕਬੱਡੀ ਦੇ ਦੂਸਰੇ ਪਾਸੇ ਗਗਨ ਇੱਕ ਕਬੱਡੀ ਖਿੱਚ ਰਿਹਾ ਪੰਜਾਬ ਲਾਈਵ ਵਨ ਡੋਟ ਕਮ ਦੇ ਜ਼ਰੀਏ ਪੂਰੀ ਦੁਨੀਆਂ ਵਿੱਚ ਕਾਲਸਰ ਮੋਗੇ ਦਾ ਖੇਡ ਮੇਲਾ ਦਿਖਾਇਆ ਜਾ ਰਿਹਾ ਦੂਸਰੇ ਪਾਸੇ ਨੌਜਵਾਨ ਮੂਹਰੇ ਅੜ ਕੇ ਹੌਸਲਾ ਕਰਕੇ ਭੂਤਰਾ ਸਾੜ ਸਿੰਘਾਂ ਤੋਂ ਫੜ ਕੇ ਜੱਫਾ ਲਾਈ ਜਾਂਦੇ ਆ ਚੰਗੇ ਕੋਈ ਸਿਆਣੇ ਮਾਪੇ ਜੀਣ ਦਾ ਢੰਗ ਸੁਖਾਈ ਜਾਂਦੇ ਆ ਦੂਸਰੇ ਪਾਸੇ ਕੱਲ ਕਲਾਂ ਵਾਲਾ ਲੱਕੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਅੰਬੂ ਦਾ ਪਿੰਡ ਆ ਮੰਗਲ ਦਾ ਪਿੰਡ ਆ ਅਮਨਦੀਪ ਅੰਬੂ ਕਹਿੰਦੇ ਬਗਲਾਂ ਤੇ ਰੋਕਦਾ ਤੇ ਮੰਗਲ ਘਾਲੀ ਕਹਿੰਦੇ ਜੱਫੇ ਚੋਟੀ ਰੋਦਾ ਛੂਛਗਿਰੀ ਧਰਤੀ ਦਾ ਬਾਬਾ ਬਲਕਾਰਨਾ ਦੁਨੀਆਂ ਸਟਾਰ ਯਾਫੀ ਆ ਵੱਡੇ ਮਾਣ ਕੀਤੇ ਜਾਂਦੇ ਨੇ ਪੰਜਾਬ ਦੇ ਕਬੱਡੀ ਕੱਪਾਂ ਦੇ ਦੂਸਰੇ ਪਾਸੇ ਲੱਖਾਂ ਜਾਂ ਪੁਆਇੰਟ ਲੱਕੀ ਕੱਲ ਕਲਾਂ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਚੱਲ ਵੀ ਗੱਭਰਗਾ ਆ ਕਬੱਡੀ ਖੇਡ ਮੈਦਾਨ ਦੇ ਵਿੱਚ ਕਿ ਕਿਤਾਬ ਹਰ ਇੱਕ ਨੂੰ ਮਿਲ ਜਾਂਦੀ ਪਰ ਪੜ੍ਹਨਾ ਔਖਾ ਏ ਮੰਜ਼ਲ ਵੀ ਰੱਬ ਦੇ ਰਿੰਦਾ ਪਰ ਖੜਨਾ ਔਖਾ ਏ ਜੋ ਧਰਤੀ ਨੂੰ ਭੁੱਲ ਜਾਂਦਾ ਏ ਵਿੱਚ ਸਮਾਨ ਦੇ ਟਿਕ ਚੜਦਾ ਨਹੀਂ ਟਿਕ ਟਿਕ ਬਾਰਾ ਨਾ ਜੱਗ ਤੇ ਬਣਾਉਣ ਲਈ ਸੁਕਾਲਾ ਨਾ ਜੱਗ ਤੇ ਬਣਾਉਣ ਲਈ ਸੁਕਾਲਾ ਵੱਡੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਪੰਜਾਬੀ ਵੀਰੋ ਕਿ ਜਿਸਮ ਨੂੰ ਬਚਾਉਣਾ ਪੈਂਦਾ ਵਿੱਚ ਹੀ ਅੱਗ ਤੇ ਫਿਰ ਖਰਚੇ ਹੁੰਦੇ ਨੇ ਜੱਗ ਤੇ ਗੱਲ ਆਖਦਾ ਏ ਸੱਚੀਆਂ ਪਿੰਡ ਕਾਲੀਏ ਵਾਲਾ ਨਾ ਜੱਗ ਤੇ ਬਣਾਉਣ ਲਈ ਸੁਕਾਲਾ ਨਾ ਜੱਗ ਤੇ ਬਣਾਉਣ ਲਈ ਸੁਕਾਲਾ ਵੱਡੀਆਂ ਲੱਗਿਆ ਹੁੰਦੇ ਰੌਣਕਾਂ ਦੂਸਰੇ ਪਾਸੇ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਤੇ ਲੱਖਾਂ ਜਾਂ ਪੁਆਇੰਟ ਕੱਲ ਕੱਲ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਸੋਹਣਿਆ ਪੱਕ ਖੇਡ ਮੈਦਾਨ ਦੇ ਵਿੱਚ ਹੈਲੋ ਮਾਲਾ ਕਲਾਂ ਦੀ ਟੀਮ ਪੁੱਜੇ ਮਾਲਾ ਕਲਾਂ ਲੰਡੇ ਬਾਸੀ
दूसरे पासे सोनू कबड्डी पा रहा खेड मैदान सुखा कड़ियाल की धरती का प्रसिद्ध बुलारा मेरा वीर वह भी पुजा हुआ अपनी पूरी मित्र मंडली के नाल भी धनवाद मनप्रीत डाले पिंड का वह भी पुजा हुआ भी धनवाद दूसरे पासे खेड मैदान रविंद्र सिंह कबड्डी पा रहा मोटा पट दो नौजवान ने खुच पट लिया कि खुच पट्टनी बड़ी औखी लाउणी कबड्डी धाक मित्रों का मेहनत सब लगते खा की खुराक मित्रों बड़िया मेहनत कर किशनपुरा बरसी कल कलाए फतेहगढ़ बरसी नथोके माणुके गैले गोरसिया पीर राणा क्लब दौधन बरसी दद्दाहूर किसी भी टाइम टीम का कोई मैच लेट नहीं किया जाएगा प्रबंधक कमेटी वालों बेनती है ना ही किसी टीम का कोई इंतजार किया जाएगा एक कबड्डी प्लेयर नोट कर हेलो निर्मल सिंह माले दी दो टीम गया एक देखी बना ठीक है मुकाबला माले दी टीम सिर्फ एक मिनट की काल आ ये टीम बिना किसी देरी तो ग्राउंड के नियम अनुसार समय सिर कपड़े उतार के जिन्हें भी टीम पुजन जा रही वेट फार बुक्स में कपड़े उतारने लंडिया की टीम पुज गई मीनिया की टीम पुजे मीनिया मीनिया की टीम अद्धे मिनट की काल आ मीडिया की टीम हाथ खड़ा करे पीतो मीडिया धरती का प्रसिद्ध खिलाड़ी आ वो टीम खेड मैदान पुजे लंडे की टीम भी मत्था टेक के कमल वर्गे दीपे वर्गे लखे वर्गे प्रसिद्ध खिलाड़ी पूजते जा रहे हैं इन्हां सारे खिलाड़ी वीरां दा समुची ऑर्गेनाइज प्रबंध कमेटी तरफों बहुत बहुत धन्यवाद दुनिया के प्रसिद्ध खिलाड़ी पूजे आ मीडिया पिंड पूजे खेड मैदान मीनिया की टीम अद्धे मिनट की काल है मीनिया की टीम पुजे कोसर धीर बरसी बाबा खसाल क्लब चिड़क किशनपुरा बरसी कल कलाए फतेहगढ़ नथोके ये टीम ग्राउंड के लागे आ जाओ किसी भी टीम का कोई इंतजार नहीं किया जाना उधर समाज पिंड का गुरपिंदा पुजिया धन्यवाद करते हैं इतने पुजन से सुपर स्टार दुनिया का समाज पिंड का गुरपिंदा पुज गया उधर लंडे पिंड का जाटा पुजिया बद्दोवाल का बेस्ट नैनो कार जीती उधर मीनिया पिंड का पीतो पुज गया धन्यवाद कर दिया पूरी प्रबंधक कमेटी ते दास वालों इतने पुजन से खेड मैदान लंडिया मीनी का मुकाबला मीनी की टीम हाथ खड़ा करे जे खिलाड़ी भीर पूछते जा रहे हैं मीनी टीम का एक प्लेयर साढ़े नास कैम करे नाल माले खुर्द की टीम कपड़े उतार रही वह भी टीम खेड मैदान पुजे माले वाले सज्जन नाल साथी बुलारा का भी बहुत धनबाद दलवार गजन वाला जी नाल नरमल लंगे आनिया नाल मेरे वीर बूटा खान आलम वाल गया नाल मेरे वीर कीता अंबारे वाल गया वह भी धनबाद इन्ना साथी बुलारा का सारे अफिशल वीर का दो टीम मीनिया पिंड मीनिया की टीम आखिरी काल है मीनिया पिंड माला जे मीनिया पुज गया तो हाथ खड़ा करते माले वाले सज्जन खिडारी वीर एक गल नोट कर लेना ग्राउंड के नियम भंग नहीं करने सारे खिडारियों ने समय सिर खेड मैदान वाल आना समय नूं समा समझ के सारे टीम अनाउंस किया जाता खोसर धीर बरसी बाबा खसाल क्लब चिड़क किशनपुरा बरसी कल कलाए मीनिया की टीम पुज गई लंडिया की टीम मीनिया की टीम दो टीम सिख ला लेने हेलो बबी कलेर जी माले की टीम नहीं पुज रही सनेर पुजे आ माले की टीम आखिरी काल आ चलते मैच विचकार माले की टीम पुजनी चाहिए आ मीनिया ते लंडे दोवें टीम सिट लाउण मीनिया ते लंडे जसवीर से मारदे विसला सनेहा वालों कोई टीम नहीं पहुंची तां कट दिओ सनेहा वालों मैं अनाउंस कर रहा जे टीम नहीं पुजी तुहानूं वाकओवर देवांगे लंडे मीनिया दोवें टीम सिट ला लैणे
उधर साडा खिडारी वीर पाली मोगे वाला मीते होना मिले आके पाली मोगे वाला जो के खिडारी आनू मीते होनी सद रहे ने उन्होंने आके मिले कोसा रणधीर बार से बाबा खसाल क्लब चिड़क दिया टीम नहीं पुजिया बेट ग्राउंड किसी भी टीम का कोई इंतजार नहीं किया जाना चलते मैच टीम ग्राउंड पुजनिया चाहिए सामने कबड्डी समाज बनता गुरपिंदा पाउण लई वाधा होया चार जापी कौन लाऊ तगड़ा जप्पा के समाध पिंड दा गुरपिंदा चढ़दी वरेस दा हरदेव पक्कर झंडे दे जप्पियां नू जवाना खड़ खड़ देखदा दोदे पिंड दे घोड़े दा ग्राउंडा विच ना चलदा बिट्टू कोट सुखी दी रेड नू कोई बैरला ही ठलदा बारे वाला कीता करदा सिफत प्लेयरां दी दुनिया फैन है यारो इन्हां बब्बर शेरां दी दुनिया फैन है यारो इन्हां बब्बर शेरां दी अगली गल हरदीप सिंह जी करन लो सामने विकता भी है सत इस मुंडे का भी जद्दी पिंड मिनी आए पीतो ना है दुनिया के स्टारा दे विच नौ पहला जफा ला के अंक लंडा दी टीम दे सहयोग इस मुंडे नू प्यार दे नाल छोटा नाम कमल कहने है कमल दे फुल वर्गा गबरू है लंडे पिंड दुनिया विच मशहूर है और गल करा जे कबड्डी दे पुराने बरके फोल दे ते लंडा वाले पूर्ण दा नाम मंदर वर्गे विक्र होना ने बड़ी तकड़ी कबड्डी खेडी है उस पिंड वाला कमल ए लंडिया दा कमल कुड़े हरजीत सिंह खालसा गबरू चाहे हरजीत बरार की गल हो चाहे लंडिया वाले ज्ञानी ने कमाल करती आ मार मार तौला गिची लाल करती लंडिया वाले ज्ञानी ने कमाल करती मुंडे ने लक का कलावा भर लिया कहते लक फड़ाया माड़ा ते अमली नवाया माड़ा सियाल दे विच गल्लां दोनों माड़ियां हुंदियां लक फड़िया जाए तो 100% जफा लग जाता है अगली कबड्डी वरिंदर सिंह लंडे पिंड वाला हरजीत फ्रेंड च पत्तो हीरा सिंह दी टीम दे सारे खिडारी कहांगा सरदार साधु सिंह जी बराड़ तो कबड्डी दीआं बरीकियां सिखियां ऐतकी बरे विकते वी पंजाब दे कबड्डी कप्पां च चंगा प्रदर्शन पर मुंडा इधरों मिनी वाला जफा ला के टेंट वाले वीर नूं बेनती है वी मगरले पासे बुढ़ियां आ के जगह अड बना देवे लो सामने फिर अगली कबड्डी इस वक्त मीनिया वाला मुंडा चार भीर सामने एक कंडी ते जंटा बदोवाल दे कबड्डी कप तो नैनो गड्डी पिछले साल जीती ते बल्ले बल्ले करवाउण वाली गल कनेडा भी खेडिया इंग्लैंड भी खेडिया और कहिंदे सामने लंडिया वाला जंटा धक्के मार के दलानो कढ़िया नी हजे जेठ मारे बड़का धक्के मार के ग्राउंड कढ़िया धक्के मार के गबरू इक ते बहण वाली गल कर गए लंडिया वाला जंटा कनेडा खेडिया इंग्लैंड खेडिया हर सिंह ने भी गुरदीप सिंह लभी एक्सपोर्ट क्लबी कबड्डी क्लब वालों बड़े मान हुए ने दीपे लंडा वाले दे मोटरसाइकिल दे नाल हर सारे खिडारी वख-वख गल करांगे आ गबरू धूड़ा पट्टी जांदे आ हेलो जिन्ना दुद्ध मावां दा पीता लोको डकणे सौखे नहीं लखा दुल्ला ते कलजीता लोको डकणे सौखे नहीं पा बबी क्लेर जी लखा गबरू अंक दा टक्कर वदा गुणियां प्रीता लखे दे नाल गुड़ा प्यार है बबी क्लेर जी हरजीत ज्ञानी ने गुट नूं जिंदरे लाउण वाली गल फड़ के गुट नूं ला दे जिंदरे ते कोई हाथ छड़ावे ना हुण मार सोणिया कैंची तेरे डर सुका जावे ना कैंची नहीं बजी जिंदरा लगा नहीं ज्ञानी हाथ तिलकदा मिट्टी मल हाथ लगता जिवे हाथ तंध्याई लगी जिवे सदा उस्ताद भाई सुखा कंडियाल पुजिया है कहता लगता जिवे गुरु घरों देख खा के ना हाथ तंध्याई लगी है सुखा कंडियाल जी पुजिया है इस इलाके के इंटरनेशनल बड़ी कमेंट्री और जीवन तलांडी पगेरिया वाला जिसके सारे उस्ताद जोग वीर पुजे ने और सामने फिर अगली कबड्डी मीनिया पिंड वाला भी लगती जवानी चंगी हसदी खेडदी जचदा बढ़ेपा जे सियानी गल करे ता अज तक कुवारी दी जे डर मने मापियां दा सूरमे दी सोभा जे मैदानी जंग लड़े ता सूरमे दी सोभा जे कबड्डी जंग लड़े ता लखे दे थोड़ी सट लगी सी पर फिर परमात्मा ने कृपा कीती ते ठीक होया अज बब्बी क्लेर दे मोह परे सदे ते फिर ग्राउंड दे उतरे आए ऐतकी बहुत घट मैच खेडे आ बब्बी इस लखे वीर ने पर फिर भी तुहाडे प्यार दे सदका पुज्जे और मैच जिहड़ा समाप्त हो चुका जी हेलो नाल ही मेरी बेनती है साढ़े सारे ही दानी सज्जन जिन्होंने कि सानू 2100 रुपए की माइक सहायता पुजदी जीती है
चलते हुए मैच चो लंडिया की टीम जी जीत चुकी है जी। होर करो लंडे पिंड की टीम पहुंची है और विकते भी जनता लंडिया वाला और गुरविंदर समाध भाई का थोड़े समय ना खट्ट इस मुंडे ने भी कबड्डी के खेत्र मोटरसाइकिल के समाध भाई के कबड्डी कप से मान हो और साडा भी वड्डा सन्मान किया बुला के गुरविंदर ने बहुत धन्यवाद जी मेहरबानी शुक्रिया। खोसा रंधीर बारसी बाबा खसाल क्लब चिड़िक किशनपुरा बारसी घल कला फतेहगढ़ बारसी नत्तो के मेरी बेनती है जी साढ़े 2100 वाले दानी सज्जन निर्मल पहले टीम बना ला वीरे आप इधर मुड़ के 10 मिनट स्टेज की कार्रवाई तोड़नी है की तुम्हारी बाजी थी बस हर टीम बना लो अपने 10 मिनट मुड़ के स्टेज की कार्रवाई करनी इधर टीम अगले मैच अनाउंस कर लो मेरे वीर मेरी बेनती माला क्लब पहुंचे तुरंत टीम लैके उतरो भी ग्राउंड कमेटी का फैसला भी मैच पिछे नहीं होएगा सुनेर दी टीम जित गई है सुनेर दी लगे ने नंबर ठीक है जी सुनेर जेतू करो जी सुनेर जेतू कर लो वीरे माला नहीं पहुंच रहे क्योंकि काफी लंबे समय तो हक्का मारियां खोसा रंधीर बार से बाबा खसाल क्लब चिड़क पुज गया चिड़करी टीम आ गई खोसा रंधीर पहुंच चुका जी खोसे रंधीर दी टीम आ चिड़करी टीम पुजे वीरे ट्रैक वाले खिलाड़ी जल्दी पहुंचा खोसा रंधीर की टीम जी ग्राउंड पहुंची हुई है अद्धे मिनट की कार है चिड़कड़ी टीम ने कट्टन लगे हैं किशनपुरा बारसी घल कला फतेहगढ़ बारसी नत्थो के माणू के गले बारसी गोरसिया पीर राणा क्लब दोधर बारसी दद्दाऊर चिड़क ए बारसी सापू वाला मोगा ए बारसी लोपो गहने शाह गोदे वाला बारसी माणू के गल ए बाजवा कलां बारसी चंदवाजा किसी भी टीम का कोई इंतजार नहीं किया जाना यह खिडारी भी नोट कर चलते मैच के भी टीम बेट ग्राउंड के पहुंच जा चिड़ैकरू लास्ट कार फिर कट्टन लगे बस बाबा खसाल क्लब चिड़कड़ी टीम नहीं पुज रही बाबा खसाल क्लब चिड़कड़ी टीम पुजे खोसा रंधीर दे खिलाड़ी ग्राउंड के किशनपुरा बारसी घल कला टीम वेट ग्राउंड के आ जाओ किशनपुरा बारसी घल कला कली वाले वीर नूं बेनती है पप्पू सिंह नूं कि कली पा दे ग्राउंड के जेतू करार दे खोसा रंधीर जेतू लिख ला किशनपुरा बारसी घल कला एरी टीम पुज गई मैच स्टार्ट कराओ फतेहगढ़ बारसी नत्थो का टीम पुजे अगला मैच खेडा जाना किसी भी टीम का कोई इंतजार नहीं किया जाएगा की तमाम टीम फतेहगढ़ नत्थो के माणू के गले बारसी गोरसिया पीर राणा क्लब दोधर बारसी दद्दाऊर चिड़क ए बारसी सापू वाला मोगा ए बारसी लोपो गहने शाह गोदे वाला बारसी माणू के गल ए बाजवा कलां बारसी चंदबाजा किसी भी टीम का कोई इंतजार नहीं किया जाएगा चलते मैच के बेटक रूम में टीम पहुंचनी चाहिए आ हाँ जी लो जी किशनपुरा कल कला दौली अरकड़िया वाला पुज चुका है जिला बरनाले का बहुत ही टॉप दा ता भी कहांगा और कला वाले सारे वधिया टीम मंगल वर्गे अमरजीत तंबू जिन्होंने वड्डी प्रसिद्धि खटी है और बलकरण वर्गे खिलाड़ी पुजे ने इस कबड्डी के खेत्र अज दुनिया के पूरे टॉप के खिलाड़ी पुजे है इस खेड के मैदान अकालसर यूथ क्लब के सारे नुमाइंदों लख लख मुबारकबाद है और साडे वल्लों अज दे इस कबड्डी कप की मुबारकबाद हाँ जी बेनती है भी आप लड़कियों का मैच पहला कराया जाए तो बच्चिया टाइम सिर आप अपने घर ही पहुंच जाएगियां तो लेट बच्चों मुश्किल है हाँ जी जो भी थोड़ा हुक्म होगा हर बेनती है कुलवंत सिंह जी कबड्डी कोच वो भी टीम तैयार करके रखना एक दो मैचों तो बाद लड़कियों का जो शो मैच करावे 40 साल सॉरी लड़कियां शो मैच 40 साल गभरू का शो मैच करावे एक घंटे के बाद फिर वो करवाना है यह राउंड खत्म होने तो बाद 40 साल गभरू भी तैयार रहन जिहड़े 40 साल तो उपर वाले गभरू पहुंचे उन्होंने बेनती है वह भी तैयारी खिंच के ग्राउंड के नेड़े आने आप घंटे तो बाद उन्होंने एक राउंड तो बाद मैच उन्होंने भी करवाना है वह भी ग्राउंड के नेड़े रहन पहला लड़कियां टीम तैयार रहनी
ਫਤਿਹਗੜ੍ਹ ਵਾਸੀ ਨੱਤੋ ਕੇ ਟੀਮ ਨਹੀਂ ਪੁੱਜ ਰਹੀ, ਫਤਿਹਗੜ੍ਹ ਵਾਸੀ ਨੱਤੋ ਕੇ ਮਾਣੂ ਕੇ ਗੱਲ ਇਹ ਵਾਸੀ ਗੋਰਸੀਆਂ ਪੀਰ ਇਹ ਚਾਰੇ ਦੀਆਂ ਚਾਰੇ ਟੀਮਾਂ ਵੇਟ ਗਰਾਊਂਡ ਦੇ ਵਿੱਚ ਪੁੱਜਣ, ਕਿਸੇ ਵੀ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਵੇਗਾ। ਕਰੋ ਜੀ ਮੈਚ ਸ਼ੁਰੂ, ਕਿਸ਼ਨਪੁਰਾ ਤੇ ਕਲ ਕਲਾ ਕਰ ਦੋ ਮੈਚ ਸ਼ੁਰੂ। ਲਓ ਸਾਹਮਣੇ ਸੁਖ ਹਰਦਾਸੇ ਵਾਲਾ, ਪਿਛਲੇ ਸਾਲ ਦੀ ਇਸ ਟੂਰਨਾਮੈਂਟ ਦੀ ਵਿਨਰ ਟੀਮ ਹੈ ਹਰਦਾਸੇ ਵਾਲਾ ਗੱਭਰੂ। ਹਾਂਜੀ, ਆਪਣਾ ਸਾਡੀ ਬੇਨਤੀ ਹੈ ਗੁਲਜ਼ਾਰ ਸਿੰਘ ਜੀ ਕਲੇਰ 2100 ਰੁਪਏ ਵਾਲੇ ਸਾਡੇ ਦਾਨੀ ਸੱਜਣ ਹੈ, ਨਾਲ ਹੀ ਯਾਦਵਿੰਦਰ ਸਿੰਘ ਜੀ ਰਾਜਾ, ਗਮਦੂਰ ਸਿੰਘ ਜੀ ਗੋਰਾ, ਡਾਕਟਰ ਵਰਿੰਦਰ ਤੂਰ ਜੀ, ਰਾਜੂ ਹੰਸ ਜੀ, ਰੇਸ਼ਮ ਇੰਦਗੜੀਆ, ਸੋਲਾ ਚੁੱਕਾ ਖਿਡਾਰੀ ਜਿਹੜੇ ਦੁਨੀਆ ਦੇ ਟੌਪ ਦੇ ਖਿਡਾਰੀ ਪੁੱਜੇ ਅੱਜ, ਨਿਰਮਲ ਜੀ, ਨਾਲ ਹੀ ਰਾਜੂ ਹੰਸ ਜੀ, ਜਗਰਾਜ ਸਿੰਘ ਜੀ ਕਲੇਰ, ਅਵਤਾਰ ਸਿੰਘ ਜੀ ਤਾਰਾ ਕਲੇਰ, ਜਸਵੰਤ ਸਿੰਘ ਜੀ ਛੱਤੀ ਕਲੇਰ, ਇਹ ਸਾਡੇ ਦਾਨੀ ਸੱਜਣਾਂ ਨੂੰ ਬੇਨਤੀ ਹੈ ਜੀ, ਸਾਡੇ ਸਾਰੇ ਹੀ 2100 ਰੁਪਏ ਵਾਲੇ ਦਾਨੀ ਸੱਜਣ ਕਿਰਪਾ ਕਰਕੇ ਸਟੇਜ ਦੇ ਨੇੜੇ ਆ ਜਾਣ। ਇੱਧਰ ਸਾਡੇ ਸੂਧ ਸਟੂਡੀਓ ਵਾਲੇ ਵੀਰ ਜੀ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰਨਗੇ। ਹਾਂਜੀ, ਗੁਲਜ਼ਾਰ ਸਿੰਘ ਜੀ ਕਲੀਅਰ, ਨਾਲ ਹੀ ਯਾਦਵਿੰਦਰ ਸਿੰਘ ਰਾਜਾ ਉਹ ਵੀ ਆਉਣ ਜੀ, ਗਮਦੂਰ ਸਿੰਘ ਜੀ ਗੋਰਾ, ਡਾਕਟਰ ਵਰਿੰਦਰ ਤੂਰ ਜੀ, ਰਾਜੂ ਹੰਸ ਜੀ, ਜਗਰਾਜ ਸਿੰਘ ਜੀ ਕਲੇਰ, ਅਵਤਾਰ ਸਿੰਘ ਜੀ ਤਾਰਾ ਕਲੇਰ, ਜਸਵੰਤ ਸਿੰਘ ਜੀ ਛੱਤੀ ਕਲੇਰ, ਅਵਤਾਰ ਸਿੰਘ ਜੀ ਗਿੱਲ, ਬਲਵਿੰਦਰ ਸਿੰਘ ਜੀ ਗਿੱਲ ITI, ਸਾਡੇ ਸਾਰੇ ਹੀ 2100 ਵਾਲੇ ਦਾਨੀ ਸੱਜਣ, ਜਗਰਾਜ ਸਿੰਘ ਜੀ ਕਲੇਰ, ਅਵਤਾਰ ਸਿੰਘ ਜੀ ਉਹ ਵੀ ਆਉਣ ਜੀ। ਫਤਿਹਗੜ੍ਹ ਵਾਸੀ ਨੱਥੋ ਕਾਲੀ ਟੀਮ ਪੁੱਜੇ ਵੇਟ ਗਰਾਊਂਡ ਦੇ ਵਿੱਚ, ਕਿਸੇ ਵੀ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਵੇਗਾ। ਮਾਣੂ ਕੇ ਗੱਲ ਇਹ ਵਾਸੀ ਗੋਰਸੀਆਂ ਪੀਰ ਇਹ ਚਾਰੇ ਦੀਆਂ ਚਾਰੇ ਟੀਮਾਂ ਵੇਟ ਗਰਾਊਂਡ ਦੇ ਵਿੱਚ ਪੁੱਜਣ, ਭਜਨ ਸਿੰਘ ਜੀ ਕਾਨੂਗੋ, ਭਜਨ ਸਿੰਘ ਜੀ ਕਾਨੂਗੋ, ਬੂਟਾ ਸਿੰਘ ਜੀ ਕਲੇਰ, ਹਰਭਜਨ ਸਿੰਘ ਜੀ ਕਾਨੂਗੋ, ਨਾਲ ਇੱਕ ਵਾਰੀ ਫਿਰ ਤੋਂ ਸਾਰੇ ਹੀ ਸਾਡੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਾਂਦਾ। ਆਓ ਜੀ, ਸਾਡੇ ਮਹਿੰਦਰ ਸਿੰਘ ਜੀ ਗਿੱਲ, ਲਓ ਜਿਹੜਾ ਮੁਕਾਬਲਾ ਆਪਾਂ ਦੇਖਣ ਜਾ ਰਹੇ ਹਾਂ, ਕਿਸ਼ਨਪੁਰੇ ਦੀ ਟੀਮ, ਹਰਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ ਜਿੰਦ, ਮੈਚ ਵੀ ਕਿਉਂਕਿ ਉੱਧਰ ਗਰਾਊਂਡ ਵਿੱਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ। ਕਿਸ਼ਨਪੁਰੇ ਦੀ ਟੀਮ ਜਿਹੜੀ ਹੈ ਇਹ ਟੀਮ ਸਟੇਜ ਵਾਲੇ ਪਾਸੇ ਹੈ, ਨੋਟ ਕਰੋ ਜੀ, ਕਿਸ਼ਨਪੁਰੇ ਦੀ ਟੀਮ, ਔਰ ਕੱਲਾਂ ਦੀ ਟੀਮ ਜਿਹੜੀ ਕੱਲ ਕੱਲਾਂ ਦੀ ਟੀਮ ਹੈ, ਇਹ ਟੀਮ ਆਪਣੇ ਸ਼ਮਸ਼ਾਨ ਘਾਟ ਵਾਲੀ ਬਿਲਡਿੰਗ ਵਾਲੇ ਪਾਸੇ ਪਹਿਲੀ ਕਬੱਡੀ ਧਰਮੇ ਦੇ ਛੋਟੇ ਵੀਰ ਰੇਸ਼ਮ ਇੰਦਗੜੀਆ ਨੇ ਪਾਈ ਹੈ, ਤੇ ਡੇਢ ਅੰਕ ਜਿਹੜਾ ਕਿਸ਼ਨਪੁਰੇ ਦੀ ਟੀਮ ਦੇ ਆਹ ਗੱਭਰੂ ਦਾ ਜੱਦੀ ਪਿੰਡ ਜ਼ਿਲ੍ਹਾ ਬਰਨਾਲੇ ਵਿੱਚ ਪੈਂਦਾ ਹੈ, ਜਿੱਥੋਂ ਦਾ ਜਸਵੀਰ ਜਾਫੀ ਮਸ਼ਹੂਰ ਹੈ, ਉੱਥੋਂ ਦਾ ਇਹ ਧਾਵੀ ਅਲਕੜਾਂ ਵਾਲਾ ਦੌਲੀ ਦੁਨੀਆ ਦਾ ਸਟਾਰ ਧਾਵੀ ਬਣ ਗਿਆ ਹੈ। ਐਤਕੀ ਵਾਰੇ 4 ਮੋਟਰਸਾਈਕਲ ਜਿੱਤ ਕੇ ਹਰਜਿੰਦਰ ਸਿੰਘ ਜੀ ਸੰਘਾ, ਬਲਜਿੰਦਰ ਸੰਘਾ ਜੀ ਧੰਨਵਾਦ ਹੈ ਜੀ, ਸਾਰੇ ਹੀ ਸਾਡੇ ਦਾਨੀ ਸੱਜਣਾਂ ਦਾ। ਕ੍ਰਿਸ਼ਨ ਸਿੰਘ ਜੀ, ਕ੍ਰਿਸ਼ਨ ਸਿੰਘ ਜੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ, ਬੇਨਤੀ ਹੈ ਜੀ ਸਾਰੇ ਹੀ ਸਾਡੇ 2100 ਵਾਲੇ ਦਾਨੀ ਸੱਜਣ, 2100 ਵਾਲੇ ਸਾਡੇ ਸਾਰੇ ਦਾਨੀ ਸੱਜਣ ਕਿਰਪਾ ਕਰਕੇ ਸਟੇਜ ਦੇ ਨੇੜੇ ਆ ਜਾਣ। ਚਮਕੌਰ ਸਿੰਘ ਜੀ ਗਿੱਲ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ, ਚਮਕੌਰ ਸਿੰਘ ਜੀ ਗਿੱਲ, ਡਾਕਟਰ ਵਰਿੰਦਰ ਤੂਰ ਜੀ, ਡਾਕਟਰ ਵਰਿੰਦਰ ਤੂਰ ਜੀ,
2100 रुपये इन्हों वालों धन्यवाद है। थाना सिंह जी सराह अपना सरबान चंद प्राप्तकरण जी थाना सिंह जी सराह बलवंत सिंह जी कलेर वह भी अपना सरबान चंद प्राप्तकरण जी बलवंत सिंह जी कलेर लव अगली कबड्डी फिर गबरू दौली अलकड़े पिंड वाला अगे वक्त पहुंचने लिए दौलत तवीत ते कौडी नाल प्रीत लिया गोड़िया प्रीता सीपा जुदाइया चल नहीं होनी और दिखता भी असत पूरी कोशिश कर रहा है जनता गबरू किशनपुरी और शांति खड़ा है अगली कबड्डी सुखा सुखा जमया मिलिया बधाई सरबजीत सिंह जी बाबा सन्मान चिन्ह प्राप्त कर जी सरबजीत सिंह जी बाबा अगली कबड्डी सुखा पाउण दे लई किशनपुरे पिंड वालों अगे वध चुका है सामने कहिंदे कल्ला दे ने जाफी यारो मंगल लखा ते सोना और सामने दिखता भी आ सुत आ सोना गबरू टुट के पै गया है मुकाबला बहुत तकड़ा है खुच भरन की कोशिश करता है कनेडा भी खेलिया पंजाब दे कबड्डी कप्पा ते तकड़ा प्रदर्शन करता है पर अंक थाना सिंह जी किशनपुरी टीम दे हिस्से जोड़दा है बलवंत सिंह जी कलेर इधर सरदार थाना सिंह जी नूं सन्मान चिन्ह दिता जा रहा जी हुण इधर साढ़े सरदार थाना सिंह जी सरदार बलवंत सिंह जी नूं सन्मान चिन्ह दे रहे ने वाह जी माणू के गले बस जी गोसियां पीर दी टीम पुजे राणा क्लब दौदर बस दद्दा हुण सिकंदर सिंह जी सिकंदर सिंह जी अपना सम्मान चिन्ह प्राप्त करन जी अगलिया टीमां नूं ताल करो जी अगलिया टीमां गीत जी पौजिंगा निर्मल जी अगले निर्मल नथो के बस फतेहगढ़ दी टीम पुज गई लो सामने इंदगढ़िया रेशम गबरू छे साल कनेडा दे विच ला के फिर पंजाब दे कबड्डी कप्पा ते आके धुम मचाउण वाली गल कीती है सोना गुट फरन दी कोशिश करदा है कल्ला दे दे जाफी यारो चारो हाथे रख बल्ले बल्ले करवाउण वाली गल कीती है जफा कल्ला वाला सोना ला के अपनी सरबजीत सिंह जी बाबा अपना सन्मान चिन्ह प्राप्त करन जी क्योंकि उधर मैच भी बड़ा तगड़ा खेडिया जा रहा है इस करके दर्शकों तो असं माफी चाहते इधर सन्मान चिन्ह भी जरूरी है इधरले बने दौली अलकड़िया वाला कबड्डी पाउंदा होया है। हाँ जी निर्मल जी जारी रखो तुसी अपना भी कम ठीक है जी लो सामने बल्ले बल्ले करवाण वाली गल दौली का गिटा फरन की कोशिश कर रहा सी मुंडा खुच भरन की कोशिश करता बलवंत फर्नीचर वाले बेगा जी साढ़े वीरों भी अपना सन्मान चिन्ह प्राप्त कर जी बलवंत फर्नीचर वाले साढ़े वीर बेगा जी अपना सन्मान चिन्ह प्राप्त कर जी इधर साढ़े सारे ही दानी सज्जनों का धन्यवाद किया जा रहा है लो सामने फिर अगली कबड्डी इस वक्त अंबू गबरू अमरजीत सिंह अबू कहते हैं बड़े मान हो मोटरसाइकिल के नाल और बड़े टूरनामेंट से खेड के बड़े नाम जीते है अज देखता भी अंबू की रंग लिया सुखे नूं घेर के धक्के मार के दलानों कढ़िया नहीं हजे जेठ मारे बड़का धक्के मार के एक मैच कर दो ठीक है जी लो अगली कबड्डी इस वक्त साधु सोदा पुत छोटा वीर हरदयाल का ना इहदा सुख यारो रेडर कमाल का उम्र न्याणी पर चरत वड़ी अमन अंबराड़ा अज दुनिया वेखदी खड़ी अमन अंबराड़ा इहनू अज दुनिया वेखदी खड़ी और साधु सोदा पुत छोटा वीर हरदयाल का ना इहदा सुख यारो रेडर कमाल का रेडर है सुख हरदासे वाला अवतार सिंह जी गिल अपना सरमान चिन्ह प्राप्त करन जी अवतार सिंह जी गिल अजय शर्मा जी 100 रुपया सुख दे लई है जी निर्मल जी नोट कर लियो हां भगत राम एंड कंपनी वाले अजय कुमार जी बहुत सारा मान बड़ा प्यार कर सतनाम सिंह जी सरा अपना सरमान चिन्ह प्राप्त करन जी साडे दानी सज्जन इधरले बने दौली अलकड़े पिंड दा कहिंदे भी समाद भाई के खेड मेले ते आ मुंडे ने मोटरसाइकिल जितया है सिद्धमा के खेड मेले दे भी मोटरसाइकिल जितया है
ਇਸ ਸਮੇਂ ਦੌਲੀ ਅਲਕੜਿਆਂ ਵਾਲਾ ਕਬੱਡੀ ਪਾਉਂਦਾ ਹੋਇਆ ਐਤਕੀ ਵੀਰੇ ਚਾਰ ਮੋਟਰਸਾਈਕਲ ਅਲਕੜਿਆਂ ਵਾਲੇ ਦੌਲੀ ਨੇ ਢਿੱਲੋਂ ਔਰ ਸਿਕੰਦਰ ਮਾੜੀ ਵਾਲੇ ਨੇ ਪੰਜ ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰ ਚੁੱਕੇ ਨੇ ਔਰ ਚਾਰ ਮੋਟਰਸਾਈਕਲ ਐਤਕੀ ਵੀਰੇ ਕਹਿੰਦੇ ਵੀ ਦੌਲੀ ਨੇ ਜਿੱਤੇ ਤੇ ਪੰਜ ਮੋਟਰਸਾਈਕਲ ਔਰ ਮਾੜੀ ਵਾਲੇ ਸਿਕੰਦਰ ਨੇ ਤੇ 12 ਮੋਟਰਸਾਈਕਲ ਜਿੱਤ ਕੇ ਪਿੱਛੋਂ ਵਾਲੇ ਸ਼ੀਰੇ ਨੇ ਰਿਕਾਰਡ ਕਾਇਮ ਕਰਨ ਵਾਲੀ ਗੱਲ ਕੀਤੀ ਹੈ ਐਤਕੀ ਵੀਰੇ ਪੰਜਾਬ ਦੇ ਕਬੱਡੀ ਕੱਪਾਂ ਤੇ ਰੇਸ਼ਮ ਨੇ ਵੀ ਧੁੰਮ ਮਚਾਉਣ ਵਾਲੀ ਕੀਤੀ ਗਰਮੀ ਦੇ ਸੀਜ਼ਨ ਦੇ ਵਿੱਚ ਬੱਲੇ ਬੱਲੇ ਕਰਵਾਤੀ ਕਿਤੇ 72-75 ਦੇ ਮੈਚਾਂ ਦੀ ਗੱਲ ਲਓ ਸਾਹਮਣੇ ਅਮਰਜੀਤ ਤੰਬੂ ਵੀ ਕੱਲਾ ਦੇ ਨੇ ਜਾਪੀ ਵਾਲੋ ਅੰਬੂ ਲੱਖਾ ਸੋਨਾ ਤੇ ਮੰਗਲ ਵੀ ਫੜਦੇ ਨੇ ਜਦ ਜਾਪੀ ਧਾਵੀ ਨੂੰ ਲਾ ਦਿੰਦੇ ਸੰਗਲ ਵੀ ਢਾ ਢਾ ਕੇ ਰੇਡਰਾਂ ਨੂੰ ਕਰ ਦਿੰਦੇ ਸ਼ੱਕੀ ਹੈ ਅਮਨ ਬਰਾੜਾ ਇਹ ਗੱਲ 16 ਆਨੇ ਸੱਚੀ ਹੈ ਅਮਨ ਬਰਾੜਾ ਇਹ ਗੱਲ 16 ਆਨੇ ਸੱਚੀ ਹੈ ਅੱਜ ਸੱਚ ਲਿਖੇ ਵੀ ਅਮਨ ਬਰਾੜਾ ਦਾ ਲਿਖਿਆ ਇਹ ਸ਼ੇਅਰ ਟੁੱਕਦਾ ਹੈ ਅਗਲੀ ਕਬੱਡੀ ਜ਼ਿਲ੍ਹਾ ਫਿਰੋਜ਼ਪੁਰ ਨੂੰ ਮਾਣ ਹੈ ਚਾਹੇ ਤੂਤਾ ਵਾਲੇ ਗੁਰਜੀਤ ਤੇ ਚਾਹੇ ਹਰਦਿਆਲ ਦੀ ਗੱਲ ਹੋਵੇ ਦੋ ਵੀਰ ਸਾਧੂ ਸਿਓ ਦੇ ਪੁੱਤ ਕਬੱਡੀ ਖੇਡਦੇ ਕਹਿੰਦੇ ਸਕੇ ਵੀਰਾਂ ਦਾ ਮਾਣ ਕਦੇ ਵੀ ਗੁਰਤੇਜ ਸਿੰਘ ਜੀ ਗਿੱਲ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ ਗੁਰਤੇਜ ਸਿੰਘ ਜੀ ਗਿੱਲ ਦੋ ਵੀਰ ਸਕੇ ਕਬੱਡੀ ਖੇਡਦੇ ਆ ਅੱਜ ਛੋਟੇ ਵੀਰ ਦੀ ਕਬੱਡੀ ਨਰਮਾ ਜੀ ਜੋ ਲੜਕਾਂ ਦੀ ਟੀਮ ਨੂੰ ਕੋਚ ਸਾਹਿਬ ਲੈ ਕੇ ਆਏ ਨੇ ਉਹ ਸਾਡੇ ਨਾਲ ਗਰਾਊਂਡ ਵਿੱਚ ਸੰਪਰਕ ਜੋ ਕੋਚ ਸਾਹਿਬ ਨੇ ਲੜਕੀਆਂ ਦੀ ਟੀਮ ਦੇ ਮਾਨੂ ਕੇ ਗੱਲ ਇਹ ਵਾਰ ਸੀ ਗੋਰਸੀਆਂ ਪੀਰ ਦੀ ਟੀਮ ਪੁੱਜੇ ਅਗਲਾ ਮੈਚ ਖੇਡਿਆ ਜਾਣਾ ਮਾਨੂ ਕੇ ਗੱਲ ਇਹ ਵਾਰ ਸੀ ਗੋਰਸੀਆਂ ਪੂਰ ਹੈਲੋ ਅਵਤਾਰ ਸਿੰਘ ਜੀ ਕਲੀਅਰ ਆ ਕੇ ਇੱਧਰ ਸਾਡੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਜੀ ਕਲੱਬ ਦੇ ਪ੍ਰੈਜ਼ੀਡੈਂਟ ਆ ਜੀ ਆਪਣੇ ਰਾਗੜ ਜੀ ਅਵਤਾਰ ਸਿੰਘ ਜੀ ਕਲੀਅਰ ਸਾਹਿਬ ਬਹੁਤ ਵੱਡਾ ਯੋਗਦਾਨ ਹੈ ਆਪਣਾ ਨਤੀਜਾ ਦੱਸਿਓ ਤੇ ਨਾਲ ਹੀ ਆਪਣਾ ਦੱਸਿਓ ਨਿਰਮਲ ਜੀ ਆਪਣਾ ਘੱਲ ਕਲਾ ਜਿੱਤ ਗਏ ਹਾਂਜੀ ਚੱਲਦੇ ਹੋਏ ਮੈਚ ਤੋਂ ਇੱਧਰ ਆਪਣਾ ਰੇਸ਼ਮ ਇੰਦਗੜੀ ਆ ਸਟੇਜ ਵਾਲੇ ਪਾਸੇ ਆ ਜਾਓ ਜੀ ਤੇ ਸੋਖਾ ਆਪਣਾ ਇਨਾਮ ਲੈ ਜੇ ਰੇਸ਼ਮ ਇੰਦਗੜ ਸਨਮਾਨਿਤ ਕੀਤਾ ਜਾਵੇਗਾ ਜਿਹੜੇ ਚੰਗੇ ਖਿਡਾਰੀ ਰੇਸ਼ਮ ਜੀ ਸਟੇਜ ਤੇ ਜਾਓ ਜੀ ਤੁਹਾਡਾ ਇੱਕ ਕਮੇਟੀ ਵੱਲੋਂ ਜਿਹੜੇ ਐਂਟਰੈਂਸ ਖਿਡਾਰੀ ਪਹੁੰਚੇ ਨੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਭਾਵੇਂ ਟੀਮ ਜਿੱਤਣ ਹਾਰਨ ਦੀ ਗੱਲ ਨਹੀਂ ਜਿਹੜੇ ਐਂਟਰੈਂਸ ਖਿਡਾਰੀ ਉਹਨਾਂ ਦਾ ਵਿਸ਼ੇਸ਼ ਸਨਮਾਨ ਟੂਰਨਾਮੈਂਟ ਕਮੇਟੀ ਵੱਲੋਂ ਕੀਤਾ ਜਾਵੇਗਾ ਚੱਲਦੇ ਹੋਏ ਮੈਚ ਚੋਂ ਕਿਸ਼ਨਪੁਰੇ ਦੇ ਪੁਆਇੰਟ 6.5 ਤੇ 11 ਪੁਆਇੰਟ ਕੱਲ ਕਲਾਂ ਦੀ ਟੀਮ ਦੇ ਚੱਲਦੇ ਹੋਏ ਮੈਚ ਚੋਂ ਕੱਲ ਕਲਾਂ ਦੀ ਟੀਮ ਜਿਹੜੀ ਮੁਕਾਬਲਾ ਜਿੱਤ ਚੁੱਕੀ ਨੋਟ ਕਰੋ ਚੱਲਦੇ ਹੋਏ ਮੈਚ ਚੋਂ ਕੱਲ ਕਲਾਂ ਦੀ ਸੋਖ ਆਪਣਾ ਇਨਾਮ ਲੈ ਜੀ ਮਾਨੂ ਕੇ ਗੱਲ ਇਹਦੀ ਟੀਮ ਨਹੀਂ ਪੁੱਜ ਰਹੀ ਮੈਚ ਖੇਡਿਆ ਜਾਣਾ ਮਾਨੂ ਕੇ ਗੱਲ ਇਹ ਗੋਰਸੀਆਂ ਪੀਰ ਦੀ ਟੀਮ ਪੁੱਜ ਗਈ ਮਾਨੂ ਕੇ ਗੱਲ ਇਹ ਪੁੱਜੇ ਅੱਧੇ ਮਿੰਟ ਦੀ ਕਾਲ ਹੀ ਟੀਮ ਕੱਢ ਦਿੱਤੀ ਜਾਵੇਗੀ ਰਾਣਾ ਕਲੱਬ ਦੋਧਰ ਵਰਸੀ ਦੱਦਾ ਹੂਰ ਚਿੜਕ ਇਹ ਵਰਸੀ ਸਾਪੂ ਵਾਲਾ ਮੋਗਾ ਇਹ ਵਰਸੀ ਲੋਕੋ ਗਣੇਸ਼ਾ ਇੱਧਰ ਇੱਕ ਬੇਨਤੀ ਹੈ ਜੀ ਸਾਡੇ ਦਾਨੀ ਸੱਜਣ ਵੀਰ ਜਿਹੜੇ ਸਾਡੇ ਸੱਜਣਾਂ ਦੀ ਅਸੀਂ ਪਰਚੀ ਤਾਂ ਕੱਟ ਦਿੱਤੀ ਪਰ ਸਾਡੇ ਕੋਲ ਪੈਸੇ ਨਹੀਂ ਪਹੁੰਚੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਆਪਣੇ ਪੈਸੇ ਜਿਹੜੇ ਸਟੇਜ ਦੇ ਉੱਪਰ ਪਹੁੰਚਦੇ ਕਰ ਦਿਓ ਜੀ ਮਾਨੂ ਕੇ ਗੱਲ ਇਹਦੀ ਟੀਮ ਪੁੱਜੇ ਅੱਧੇ ਮਿੰਟ ਦੀ ਕਾਲ ਆ ਮਾਨੂ ਕੇ ਗੱਲ ਇਹ ਰਾਣਾ ਕਲੱਬ ਦੋਧਰ ਵਰਸੀ ਦੱਦਾ ਹੂਰ ਚਿੜਕ ਇਹ ਵਰਸੀ ਸਾਫੂ ਵਾਲਾ ਮੋਗਾ ਇਹ ਵਰਸੀ ਲੋਕੋ ਗਣੇਸ਼ਾ ਔਰ ਟੀਮਾਂ ਨੂੰ ਬੇਨਤੀ ਹੈ ਵੀ ਗਰਾਊਂਡ 'ਚ ਪਹੁੰਚ ਜਾਣਾ ਗੋਰਸੀਆਂ ਦੀ ਟੀਮ ਪਹੁੰਚੀ ਹੈ ਗੋਰਸੀਆਂ ਪੀਰਾਂ ਦੀ ਟੀਮ ਪਹੁੰਚੀ ਜੀ ਬਲਦੀਪ ਕਾਲਗੇ ਵਾਲੇ ਨੂੰ ਲਾ ਦੀ ਬਈ 2 ਮਿੰਟ ਆ ਮੈਚ ਇਹ ਤੋਂ ਕਰਾ ਦੇ ਆਜਾ ਜੀ ਔਰ ਨਾਲ ਹੀ ਮੇਰੀ ਬੇਨਤੀ ਅਗਲੀ ਟੀਮ ਨੂੰ ਬੇਨਤੀ ਕਰੋ ਜੀ ਕਿਤੇ ਗੋਰਸੀਆਂ ਪੀਰ ਦੀ ਟੀਮ ਪਹੁੰਚੀ ਹੈ ਨਾਲ ਕਿਹੜੀ ਮਾਨੂ ਕੇ ਗੱਲ ਇਹ ਟੀਮ ਨਹੀਂ ਆ ਰਹੀ ਠੀਕ ਆ ਜੀ ਆਪਾਂ ਜੇਤੂ ਕਰ ਦੇਣ ਲਈ ਮਜਬੂਰ ਹੋਵਾਂਗੇ ਅਗਲੇ ਹਾਂ ਨੱਥੋ ਕੇ ਆ ਗਿਆ ਵੇ ਖੜੇ ਤਾਰੀ ਨੰਗੇ ਹੋ ਸੋਨੇ ਆ ਜਾਓ ਜੇ ਤੁਸੀਂ ਦੋਨੇ ਟੀਮਾਂ ਹੈਗੇ ਇੱਕ ਟੀ ਸ਼ਰਟ ਦਾ ਸੋਨੇ ਵੀਰ ਟੀ ਸ਼ਰਟ ਉਤਾਰ ਕੇ ਹਾਂਜੀ ਟੀ ਸ਼ਰਟ ਦਾ ਪਿੱਛੇ ਲਾ ਦਿਓ ਜੀ ਇਧਰ ਸਾਡੇ ਵੀ ਰਮਨ ਲੰਗੇਆਣਾ ਵੱਲੋਂ ਜੀਵਨ ਤਲਵੰਡੀ ਭੰਗੇਰੀਆਂ ਨਾਲ ਹੀ ਸਾਡੇ ਵੀਰ ਉਧਰ ਅਮਰੀਕ ਖੋਸਾ ਕੋਟਲਾ ਨੂੰ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਦਿੱਤਾ ਜਾਣਾ ਹੈ ਮਾਨੂ ਕੇ ਗੱਲ ਇਹਦੀ ਟੀਮ ਪੁੱਜੇ ਬੇਟਿੰਗ ਰੂਮ ਦੇ ਵਿੱਚ ਨੱਥੋ ਕੇ ਮਤਲਬ ਆਪਣਾ ਲਵਾ ਦਿਓ ਇੱਕ
ਇਧਰ ਧੰਨਵਾਦ ਹੈ ਜੀ ਸਾਡੇ ਸੋਧ ਡਿਜੀਟਲ ਸਟੂਡੀਓ ਵਾਲੇ ਵੀਰਾਂ ਦਾ ਨਾਲ ਹੀ ਪੰਜਾਬ ਲਾਈਵ 1.com ਵਾਲੇ ਔਰ ਇਧਰ ਸਾਡੇ ਧਾਰੀਵਾਲ ਟੈਂਟ ਵਾਲੇ ਵੀਰ ਉਧਰ ਸਾਡੇ ਸਿਕਿਉਰਿਟੀ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਟੀਮਾਂ ਨੂੰ ਅਨਾਊਂਸ ਕਰੀ ਚੱਲੋ ਜੀ ਆਪਣਾ ਟੀਮਾਂ ਬੁਲਾਈ ਚੱਲੋ ਅਗਲੀਆਂ ਜਿਹੜੀਆਂ ਕਿਤੇ ਵੀਰ ਟੀਮ ਅਨਾਊਂਸ ਕਰਦੇ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਤੇਰਾ ਵੀ ਵੀਰੇ ਆਉਂਦਾ ਟੀਮਾਂ ਠੀਕ ਆ ਵੀਰ ਫਤਿਹਗੜ੍ਹ ਦੀ ਟੀਮ ਚੜ੍ਹਦੇ ਵਾਲੀ ਸਾਈਡ ਹੈ ਤੇ ਨੱਥੋਗੜ੍ਹ ਦੀ ਟੀਮ ਇੱਧਰ ਛਿਪਦੇ ਵਾਲੀ ਸਾਈਡ ਹੈ ਖੇਡ ਮੈਦਾਨ ਚ ਭੀਮ ਮਾਣੂ ਕੇ ਪਿੰਡ ਵਾਲਾ ਲੱਖਾ ਜੋ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਚੱਲ ਵੀ ਸੋਹਣਿਆ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਗੋਪੀ ਨਜਣ ਫਤਿਹਗੜ੍ਹ ਦੀ ਧਰਤੀ ਮੋਗੇ ਜ਼ਿਲ੍ਹੇ ਦਾ ਪਿੰਡ ਸਰਤਾ ਮਹਾਂਪੁਰਖਾਂ ਦੀ ਧਰਤੀ ਆ ਕਿ ਫਿਰ ਕੰਧਾਂ ਮੂਰੇ ਥਾਪੀਆਂ ਤੋਂ ਮਾਰਦਾ ਪਤਾ ਲੱਗ ਜੂਗਾ ਤੋਲੇ ਹੋਏ ਪਾਰ ਦਾ ਜੇ ਕੋਈ ਟੱਕਰਿਆ ਭੈੜੇ ਪਰਿਵਾਰ ਦਾ ਤਾਂ ਕਿਤੇ ਵੀ ਨਾ ਜੀ ਲੱਗਦਾ ਘੋੜੀ ਘੋੜੀਆਂ ਚ ਵੇਖ ਲਈ ਪਜਾ ਕੇ ਤੇ ਨੌਜਵਾਨਾਂ ਘਰੇ ਪਤਾ ਕੀ ਲੱਗਦਾ ਲੱਖਾਂ ਜੋ ਪੁਆਇੰਟ ਗੋਪੀ ਨਜਣ ਫਤਿਹਗੜ੍ਹ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਇਕਬਾਲ ਸਿੰਘ ਨੌਜਵਾਨ ਦਾ ਹਾਂ ਲੋਕ ਬਾਡੀ ਪੈਂਦੀ ਹੈ ਖੇਡ ਮੈਦਾਨ ਵਿੱਚ ਹਲਕੇ ਹਲਕੇ ਕਲਮ ਧਰਦਾ ਹੋਇਆ 65 ਫੁੱਟ ਦਾ ਦਾਇਰਾ ਮਾਪਿਆ ਜਾ ਰਿਹਾ ਕੋਈ 75 ਫੁੱਟ ਦਾ ਆਖਦਾ ਜੱਸੀ ਵਰਗੇ ਵੀਰ ਇੰਦਰਜੀਤ ਵਰਗੇ ਸੁੱਖੇ ਵਰਗੇ ਨਾਲ ਜੀਵਨ ਤਲਵੰਡੀ ਭਗੇਰੀਆਂ ਦਾ ਅਮਰੀਕ ਖੋਸੇ ਗੋਡੇ ਵਾਲਾ ਉਹ ਵੀ ਸਾਰੇ ਸੱਜੇ ਹੋਏ ਆ ਵੱਡੇ ਵਿੰਦਰ ਸਿੰਘ ਫੌਜੀ ਦਾ ਬੇਟਾ ਕਰਮਜੀਤ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰ ਲਓ ਜੀ ਦਰਵਾਗ ਮੂਵ ਸਪਰੇ ਪਹੁੰਚਦੀ ਕਰੀ ਗਰਾਊਂਡ ਦੇ ਵਿੱਚ ਮੂਵ ਸਪਰੇ ਮੂਵ ਸਪਰੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪਹੁੰਚਦੀ ਕਰਦੇ ਜੀ ਮੂਵ ਸਪਰੇ ਦੂਸਰੇ ਪਾਸੇ ਦੋਨਾਂ ਖਿਡਾਰੀਆਂ ਦਾ ਲੱਗਾ ਹੋਇਆ ਜ਼ੋਰ ਲੱਖਾਂ ਦੇ ਪੁਆਇੰਟ ਖੇਡ ਮੈਦਾਨ ਦੇ ਵਿੱਚ ਨੱਥੋਗੜ੍ਹ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਉਸੇ ਪਿੰਡ ਦਾ ਚੈਣਾ ਮਸ਼ਹੂਰ ਆ ਸਟਾਰ ਖਿਡਾਰੀ ਆ ਮਨਪ੍ਰੀਤ ਡਾਲੇ ਪਿੰਡ ਦਾ ਪੋਜਾ ਹੋਇਆ ਪ੍ਰਸਿੱਧ ਜਾਫੀ ਆ ਦੂਸਰੇ ਪਾਸੇ ਭੀਮ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਵਿੱਚ ਪੰਜਾਬ ਦੇ ਕਬੱਡੀ ਕੱਪ ਅਤੇ ਹਰਜੀਤ ਫਰੈਂਡਸ ਕਲੱਬ ਪੱਤੋ ਹੀਰਾ ਸਿੰਘ ਦੀ ਤਾਵੇ ਬੋਲਦਾ ਅਜਮੇਰ ਨੂੰ ਸਮਰਪਿਤ ਸਾਰੂ ਸਿੰਘ ਬਰਾੜ ਮਾਣ ਕਰਦਾ ਪੱਤੋ ਹੀਰਾ ਸਿੰਘ ਵਾਲਾ ਤੇ ਲੱਖਾਂ ਜਾਂ ਪੈਂਟ ਭੀਮ ਮਾਣੂ ਕੇ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਦੂਸਰੇ ਪਾਸੇ ਗੋਪੀ ਕਬੱਡੀ ਪਾ ਰਿਹਾ ਖੇਡ ਮੈਦਾਨ ਜੀ ਕੁਲਦੀਪ ਸ਼ਰਮਾ ਜੀ ਸਟੇਜ ਤੋਂ ਕਿ ਗੋਪੀ ਦੇ ਆ ਪਿੰਡਾਂ ਕੋਲੇ ਪਿੰਡ ਬੂਟੇ ਆ ਜਾਫੀ ਕਦਾ ਉੱਡਣਾ ਭਰਿੰਡ ਬੂਟੇ ਆ ਕਹਿ ਰਹੀ ਹੁਣ ਦਿਲਵਾਗ ਜੀ ਦੂਸਰੇ ਪਾਸੇ ਕਪਾਲ ਸਿੰਘ ਵਾਧਾ ਹੋਇਆ ਖੇਡ ਮੈਦਾਨ ਵਿੱਚ ਸੋਹਣਾ ਮੈਚ ਖੇਡਿਆ ਜਾ ਰਿਹਾ ਲਓ ਖੇਡ ਮੈਦਾਨ ਵਿੱਚ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਸੇ ਵਿੱਚ ਹੀ ਵਸਦੀ ਲੋਕੋ ਜਾਨ ਪੰਜਾਬੀਆਂ ਦੀ ਵਿੱਚ ਮੈਦਾਨੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਲੱਖਾਂ ਜੋ ਪੁਆਇੰਟ ਕਪਾਲ ਸਿੰਘ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਚੱਲ ਵੀ ਗੋਪੀ ਸਾਹਿਬ ਫੜ ਤਕੜਾ ਹੋ ਕੇ ਸ਼ੀਸ਼ੇ ਮੂਹਰੇ ਛਾਤੀ ਦਾ ਹਰੇਕ ਤਣ ਦਾ ਦਾਰਾ ਸਿੰਘ ਘਰ ਚੋਂ ਹਰੇਕ ਬਣਦਾ ਪੈਂਦਾ ਜਦੋਂ ਗਰਾਊਂਡ ਵਿੱਚ ਵਾਹ ਜੋਧਿਆ ਲੈਂਦੇ ਨੇ ਬਗਾਨੇ ਪੁੱਤ ਢਾ ਜੋਧਿਆ ਚਾਹੀਦੀ ਫਲਾਰ ਜਈ ਹੱਡੀ ਲੰਗੀ ਆਣੀਆਂ ਸੌਖੀ ਨੇ ਜੋ ਖੇਡਣੀ ਕਬੱਡੀ ਲੰਗੀ ਆਣੀਆਂ ਅਮਨ ਬਰਾੜ ਲੰਗੇ ਨੇ ਸਰਪੰਚ ਉਹ ਵੀ ਪੁੱਜੇਗਾ ਥੋੜੇ ਸਮੇਂ ਵਿੱਚ ਦੂਸਰੇ ਪਾਸੇ ਲੱਖਾਂ ਜੋ ਪੈਂਟ ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ ਪ੍ਰਸਿੱਧ ਬੁਲਾਰਾ ਸੁੱਖਾ ਕੰਡਿਆਲ ਪਿੰਡ ਦਾ ਉਹ ਵੀ ਪੁੱਜਾ ਹੋਇਆ ਉਹਦਾ ਵੀ ਧੰਨਵਾਦ ਚੱਲ ਵੀ ਭੀਮ ਸਿਆ ਬਾਅਦ ਖੇਡ ਮੈਦਾਨ ਦੇ ਵਿੱਚ ਹਲਕੇ ਹਲਕੇ ਕਲਮ ਦਰਦਾ ਹੋਇਆ ਵਾਧਾ ਹੋਇਆ ਚਾਰ ਜਾਫੀ ਨੇ ਕਿਹੜਾ ਨੌਜਵਾਨ ਡੱਕਣ ਦੀ ਗੱਲ ਕਰੇਗਾ ਕਿ ਮਾਰ ਥਾਪੀਆਂ ਪੱਟਾਂ ਤੇ ਲੱਖਾਂ ਤੋਚੀ ਜਵਾਰਾ ਲਾਲੀ ਲੋਕੀ ਗੱਲਾਂ ਕਰਦੇ ਬਈ ਮਹਿਮਾ ਮੰਦਰ ਮੁੜਦਾ ਖਾਲੀ ਤੇ ਨੌਜਵਾਨ ਪਿਆਰ ਦਿੰਦਾ ਨੌਜਵਾਨ ਜਾਫੀ ਨੂੰ ਤੇ ਰੇਸ਼ ਫੁੱਲੇ ਵਾਲਗਾ ਫੈਸਲਾ ਕਰਦਾ ਸਰਤਾਜ ਦੇ ਵਿੱਚ ਵਿਸਲ ਮਾਰਦਾ ਕਿ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਹਰਦੀਪ ਜੀ ਇੱਧਰ ਵੀ ਖਿਆਲ ਰੱਖਿਆ ਕਰੋ ਥੋੜਾ ਟੀਮਾਂ ਬੁਲਾਉਣ ਰਾਣਾ ਕਲੱਬ ਦੌਲਤ ਦੀ ਟੀਮ ਪੁੱਜ ਗਈ ਦੱਦਾ ਹੂ ਦੀ ਟੀਮ ਪੁੱਜੇ ਮਾਣੂ ਕੇ ਗੱਲ ਏਰੀ ਟੀਮ ਵੀ ਪੁੱਜ ਗਈ ਗੋਰਸਗਾ ਪੀਰ ਦੀ ਟੀਮ ਵੀ ਪੁੱਜ ਗਈ ਚੜੈਕ ਇਹ ਬਰਸ ਸਾਪੂ ਵਾਲਾ ਮੋਗਾ ਇਹ ਬਰਸ ਲੋਕੋ ਗਹਿਣੇ ਸ਼ਾਹ ਇਹ ਚਾਰੇ ਦੀਆਂ ਚਾਰੇ ਟੀਮਾਂ ਵੇਟ ਗਰੂਪ ਦੇ ਵਿੱਚ ਪੁੱਜਣ ਅਗਲੀ ਗੱਲ ਹਰਦੀਪ ਸਿੰਘ ਜੀ
ਦੋਵੇਂ ਟੀਮਾਂ ਪੁੱਜ ਗਈਆਂ ਹੋਈਆਂ ਦੋਵਾਂ ਟੀਮਾਂ ਦਾ ਬਹੁਤ ਬਹੁਤ ਧੰਨਵਾਦ ਉਹ ਕੱਢ ਕੇ ਬਗਾਨਾ ਪੁੱਤ ਮਾਰਿਆ ਜਿਵੇਂ ਹੁੰਦਾ ਮੱਖਣ ਚ ਵਾਲਣੀ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਝੀਆਂ ਚੁਰਾ ਕੇ 12 ਸਾਲ ਨੀ ਤੇ ਮੁਕਾਬਲਾ ਸਮਾਪਤ ਆ ਖੇਡ ਮੈਦਾਨ ਦੇ ਵਿੱਚ ਨੱਥੋ ਕਹਿੰਦੀ ਟੀਮ ਜੇਤੂ ਆ ਜੀ ਨੋਟ ਕਰ ਲਓ ਨੱਥੋ ਕੇ ਪਿੰਡ ਜੇਤੂ ਇਸ ਮੁਕਾਬਲੇ ਚੋਂ ਅਗਲੀਆਂ ਦੋਵੇਂ ਟੀਮਾਂ ਸੈਂਟਰ ਤੇ ਆ ਜਾਣ ਸਮੁੱਚੀ ਆਰਗੇਨਾਈਜ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਰਾਮ ਸਿੰਘ ਜੀ ਐਨਆਰਆਈ ਉਹਨਾਂ ਦਾ ਧੰਨਵਾਦ ਇਹਨਾਂ ਸਾਰੇ ਸੱਜਣਾਂ ਦਾ ਬਾਬੀ ਕਲੇਰ ਜੀ ਬਹੁਤ ਹੀ ਸਤਿਕਾਰਯੋਗ ਬੜੀ ਪਿਆਰੀ ਸ਼ਹੀਦ ਨੇ ਇਹਨਾਂ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਰਾਣਾ ਕਲੱਬ ਦੌਲਤ ਦੀ ਟੀਮ ਪੁੱਜ ਗਈ ਦੱਦਾ ਹੂਰ ਦੀ ਟੀਮ ਪੁੱਜੇ ਚੜੈਕੇ ਬਾਸੀ ਸਾਫੂ ਵਾਲਾ ਦਾ ਮੈਚ ਖੇਡਿਆ ਜਾਣਾ ਮੋਗਾ ਏ ਬਾਸੀ ਲੋਪੋ ਗਣੇ ਸ਼ਾਹ ਗੋਦੇ ਵਾਲਾ ਬਾਸੀ ਮਾਨੂਕੇ ਗੱਲ ਦੋਵੇਂ ਟੀਮਾਂ ਪੁੱਜ ਗਈਆਂ ਦੋਵੇਂ ਟੀਮਾਂ ਨੂੰ ਹੱਥ ਨਾ ਬੋਲੀ ਚੱਲ ਨਾਲ ਸਾਡੇ ਬੱਬੀ ਕਲੇਰ ਜੀ ਪ੍ਰਭਜੀਤ ਕਲੇਰ ਜੀ ਨਾਲ ਰਾਮ ਸਿੰਘ ਜੀ ਐਨਆਰਆਈ ਬੂਟਾ ਕਲੇਰ ਜੀ ਜਗਿੰਦਰ ਸਿੰਘ ਜੀ ਐਮਸੀ ਮੋਗਾ ਗੁਰਨੈਲ ਸਿੰਘ ਸੰਧੂ ਸਾਹਿਬ ਬਲਜੀਤ ਸਿੰਘ ਜੀ ਨੰਬਰਦਾਰ ਇਹਨਾਂ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਸਟੇਜ ਤੇ ਬੈਠੀਆਂ ਮਾਣਯੋਗ ਸਨਮਾਨਯੋਗ ਸੱਜਣਾਂ ਦਾ ਸਮੁੱਚੀ ਆਰਗੇਨਾਈਜ ਪ੍ਰਬੰਧ ਕਮੇਟੀ ਤਰਫੋਂ ਬਹੁਤ ਬਹੁਤ ਧੰਨਵਾਦ ਭਾਈ ਗੁਰਚਰਨ ਸਿੰਘ ਜੀ ਗੋਦੇ ਵਾਲਾ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹੋਵੇ ਤਾਂ ਆਪਣਾ ਆ ਕੇ ਸਨਮਾਨ ਚੱਲ ਲੈਣ ਬਲਵਿੰਦਰ ਸਿੰਘ ਜੀ ਗੱਲ ITI ਉਹਨਾਂ ਦੇ ਪਰਿਵਾਰ ਦਾ ਵੀ ਕੋਈ ਮੈਂਬਰ ਹੋਵੇ ਉਹ ਵੀ ਆਪਣਾ ਸਨਮਾਨ ਚੱਲ ਲੈਣ ਸਾਹਮਣੇ ਮੈਚ ਸਟਾਰਟ ਹੋਣ ਜਾ ਰਿਹਾ ਮਾਨੂ ਕੇ ਗੱਲ ਏਰੀ ਟੀਮ ਪੁੱਜੀ ਦਰਸ਼ਕ ਵੀਰ ਨੋਟ ਕਰਨ ਸ਼ਮਸ਼ਾਨ ਘਾਟ ਵਾਲੀ ਸਾਈਡ ਉਧਰ ਗੋਰਸਗਾ ਪੀਰ ਦੀ ਟੀਮ ਪੁੱਜੀ ਸਟੇਜ ਵਾਲੀ ਸਾਈਡ ਪਹਿਲੀ ਕਬੱਡੀ ਕੌਣ ਪਾ ਰਿਹਾ ਏ ਕਿ ਮਨਪ੍ਰੀਤ ਮਾਨੂ ਕੇ ਗਿੱਲ ਪਿੰਡ ਦਾ ਕਹਿੰਦੇ ਕਬੱਡੀ ਪਾਉਣ ਲਈ ਵਾਧਾ ਹੋਇਆ ਚਾਰ ਜਾਫੀ ਗੋਰਸੀਆਂ ਪਿੰਡ ਦੇ ਇਹ ਨੌਜਵਾਨ ਵੀ ਤਗੜਾ ਖੇਡਿਆ ਕੈਨੇਡਾ ਦੇ ਵਿੱਚ ਨੌਜਵਾਨ ਨੇ ਕੀਤਾ ਹਲਕਾ ਜਿਹਾ ਟੱਚ ਤੇ ਪੁਆਇੰਟ ਮਾਨੂ ਕੇ ਗਿੱਲ ਦੀ ਟੀਮ ਦੇ ਹਿੱਸੇ ਵਿੱਚ ਕੀਤਾ ਹੋਇਆ ਸਾਹਮਣੇ ਨੌਜਵਾਨ ਗੋਰਸਿਆਂ ਪੀਰ ਦਾ ਰੇਡ ਪਾਉਣ ਲਈ ਵਾਧਾ ਹੋਇਆ ਚਾਰ ਜਾਫੀ ਇੱਕ ਕੰਨੀ ਤੇ ਮਾਨੂ ਕੇ ਪਿੰਡ ਦਾ ਬੂਟਾ ਖੜਾ ਕਹਿੰਦੇ ਦੋ ਨੁਕਰੇ ਘੋੜੇ ਜਿੱਤੇ ਇਸ ਨੌਜਵਾਨ ਨੇ ਜਿਸ ਜਾਫੀ ਨਾਲ ਟੱਚ ਹੋਇਆ ਕਿ ਮਾਨੂ ਕਹਿੰਦਾ ਬੂਟਾ ਬਣ ਗਿਆ ਏ ਸਟਾਰ ਜੀ ਜੀਵਨ ਨੂੰ ਕਰਦੇ ਲੋਕੀ ਬੜਾ ਹੀ ਪਿਆਰ ਜੀ ਹਰ ਪਾਸੇ ਹੁਣ ਇਹਨਾਂ ਦੀ ਹੈ ਝੰਡੀ ਜੀ ਜਿੱਤਿਆ ਨੁਕਰਾ ਘੋੜਾ ਮਿਲ ਜਾਊ ਗੱਡੀ ਜੀ ਮਿਹਨਤ ਜੋ ਕਰਦੇ ਉਹ ਕੁਝ ਪਾ ਹੀ ਜਾਂਦੇ ਨੇ ਬਾਰੇ ਵਾਲੇ ਕੀਤੇ ਨਾ ਚਮਕਾਈ ਜਾਂਦੇ ਨੇ ਸਾਹਮਣੇ ਨੌਜਵਾਨ ਜੀਵਨ ਬਾਰੇ ਵਾਲੇ ਪਿੰਡ ਮਾਨੂ ਕੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਚਾਰ ਜਾਫੀ ਗੋਰਸੀਆਂ ਪੀਰ ਪਿੰਡ ਦੇ ਕਿ ਮਾਨੂ ਕਹਿੰਦਾ ਜੀਵਨ ਮੇਲਿਆਂ ਦੀ ਸ਼ਾਨ ਹੈ ਟੋਨੇ ਬਾਰੇ ਵਾਲੇ ਨੂੰ ਜਿਹਦੇ ਉੱਤੇ ਮਾਣ ਹੈ ਛੋਟੀ ਜਿਹੀ ਉਮਰ ਤੇ ਪਤਲਾ ਸਰੀਰ ਬਈ ਇੰਜ ਜਾਂਦਾ ਜਿਵੇਂ ਨਿਕਲਦਾ ਤੀਰ ਬਈ ਵਾਲੇ ਕੀਤੇ ਅਨਮੋਲ ਹੀਰੇ ਨੇ ਦੁਨੀਆ ਛਦਾਈ ਕੀਤੀ ਪਿੱਥੋਂ ਵਾਲੇ ਸ਼ੀਰੇ ਨੇ ਦੁਨੀਆ ਛਦਾਈ ਕੀਤੀ ਪਿੱਥੋਂ ਵਾਲੇ ਸ਼ੀਰੇ ਨੇ ਅਗਲੀ ਗੱਲ ਹਰਦੀਪ ਸਿੰਘ ਜੀ ਕਾਲੀਏ ਵਾਲਾ ਕਰਨੇ ਦੂਸਰੇ ਪਾਸੇ ਸੋਹਣੇ ਬੋਲ ਬੋਲਦਾ ਮੇਰਾ ਵੀਰ ਬਾਰੇ ਵਾਲ ਗਿਆ ਤੇ ਖੇਡ ਮੈਦਾਨ ਵਿੱਚ ਵਰਿੰਦਰ ਸਿੰਘ ਵਾਧਾ ਹੋਇਆ ਜਗਾ ਸਿੰਘ ਦਾ ਲਾੜਦਾ ਪੁੱਤ ਲੱਖਾਂ ਜੋ ਪੁਆਇੰਟ ਗੋਰ ਸਿੰਘ ਪੀਰ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਚੱਲ ਵੀ ਮਨਪ੍ਰੀਸਿਆ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਕਿ ਘਰ ਦਾ ਜੋਗੀ ਸਿੱਧ ਨਹੀਂ ਹੁੰਦਾ ਬਾਹਰਲਾ ਸਿੱਧ ਕਹਾਉਂਦਾ ਏ ਕਾਂਬ ਜਾਬੀਆਂ ਵੇਖ ਜਮਾਨਾ ਕਿੱਥੋਂ ਸੁੱਖ ਮਨਾਉਂਦਾ ਏ ਲੰਘੇ ਆਣੀਆਂ ਜੋਧਿਆ ਚੋਪਾ ਲਾਉਂਦੇ ਥੱਕਦੇ ਨੀ ਜਦ ਗੁੱਡੀ ਚੜ੍ਹਦੀ ਅੰਬਰੀ ਫਿਰ ਇਹੀ ਲੋਕ ਸਲਾਉਂਦੇ ਥੱਕਦੇ ਨੀ ਪੰਜਾਬ ਦੀਆਂ ਧੀਆਂ ਪੁੱਜੀਆਂ ਹੋਈਆਂ ਵੱਡੇ ਮਾਣ ਹੋਣਗੇ ਇਹਨਾਂ ਖੇਡ ਮੈਦਾਨਾਂ ਵਿੱਚ ਕਿ ਪੁੱਤਾਂ ਵਾਂਗੂ ਜਿੱਦਣਾ ਕਰਦੀਆਂ ਮੂਹਰੇ ਹੋ ਕੇ ਰਹਿਣ ਮਰਦੀਆਂ ਫੇਰ ਵੀ ਕਹਿਣ ਨਿਕੰਮਾ ਹਾਏ ਨੀ ਮੈਂ ਧੀਆਂ ਝੜਕਾ ਖਾਣ ਨੂੰ ਜੰਮੀਆਂ ਪੰਜਾਬ ਦੀਆਂ ਧੀਆਂ ਦੇ ਮੁਕਾਬਲੇ ਹੋਣਗੇ ਖੇਡ ਮੈਦਾਨ ਵਿੱਚ ਵਰਿੰਦਰ ਸਿੰਘ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਵਿੱਚ ਦੂਸਰੇ ਪਾਸੇ ਦੁਨੀਆਂ ਦਾ ਸਟਾਰ ਹਜ਼ਾਰ ਪਿਆ ਬਗਲਾ ਭਰੀਆਂ ਹੋਈਆਂ ਤੇ ਲੱਖ ਜੋ ਪੈਡ ਮਾਨੂ ਕੇ ਗਿੱਲਾਂ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਜੀਵਨ ਸਿੰਘ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਮਾਸਤਾ ਦੇ ਨਾਲ ਨਾਲ ਜਾਣਿਆ ਜਾਂਦਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੱਲੇ ਬੱਲੇ ਕਰਵਾਈ ਆਣ ਨੌਜਵਾਨੇ ਦਰਸ਼ਕਾਂ ਦੇ ਦਿਲ ਜਿੱਤੇ ਵੱਡੇ ਮਾਣ ਹੋਏ ਤੇ ਚਾਰ ਹਜ਼ਾਰ ਵੀ ਨੇ ਕਿਹੜਾ ਨੌਜਵਾਨ ਡੱਕਣ ਦੀ ਗੱਲ ਕਰੇਗਾ ਰੱਖਣ ਦੀ ਗੱਲ ਕਰੇਗਾ ਸੋਹਣੀ ਖੇਡ ਦਾ ਮਾਲਕ ਜੀਵਨ ਮਾਨੂ ਕੇ ਗਿੱਲਾਂ ਵਾਲਾ ਖੇਡ ਮੈਦਾਨ ਦੇ ਲੱਖਾਂ ਜੋ ਪੈਡ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਅਗਲੀ ਮੈਚ ਦੇ ਬਾਅਦ ਬਾਰੇ ਵਾਲੇ ਨਾਲ ਪਾਵੇਗਾ ਤੇ ਮੁਕਾਬਲਾ ਸਮਾਪਤ ਆ ਮਾਨੂ ਕੇ ਗਿੱਲ ਜੇਤੂ ਰਹੀ ਹੈ ਜੀ ਨੋਟ ਕਰ ਲਓ ਮਾਨੂ ਕੇ ਗਿੱਲ ਅਗਲੀਆਂ ਦੋਵੇਂ ਟੀਮਾਂ ਸੈਂਟ ਲੈਣ ਤੇ ਆਜੋ ਦੱਦਾ ਹੂਰ ਦੀ ਟੀਮ ਪੁੱਜ ਗਈ ਤਾਂ ਬੇਟ ਗਰਾਉਂਡ ਦੇ ਵਿੱਚ ਹੱਥ ਖੜਾ ਕਰੇ ਦੱਦਾ ਹੂਰ ਠੀਕ ਆ ਜੀ
ਦੋਨੇ ਟੀਮਾਂ ਪੁੱਜ ਚੁੱਕੀਆਂ ਚੜੈਕੇ ਬਾਰੇ ਸਾਫੂ ਵਾਲਾ ਟੀਮ ਬੇਟਿੰਗ ਰੂਮ ਦੇ ਵਿੱਚ ਪੁੱਜੇ ਚੜੈਕੇ ਬਾਰੇ ਸਾਫੂ ਵਾਲਾ ਮੋਗਾ ਏ ਬਾਰਸੀ ਲੋਕੋ ਗਣੇ ਸ਼ਾਹ ਗੋਦੇ ਵਾਲਾ ਮਾਨੂ ਕੇ ਗੱਲੋ ਬਾਜਵਾ ਕਲਾਂ ਬਾਰਸੀ ਚੰਦ ਬਾਜਾ ਬਾਬਾ ਹੀਰਾ ਲਾਲ ਕਲਾਂ ਮਾਲਾ ਦੀ ਟੀਮ ਬਾਈ ਦੇ ਵਿੱਚ ਹੈਲੋ ਮਾਨੂ ਕੇ ਏ ਜੇਤੂ ਆ ਜੀ ਮਾਨੂ ਕੇ ਏ ਜੇਤੂ ਲਿਖੋ ਜੀ ਜੋ ਵੀਰ ਟੀਮਾਂ ਦੇ ਲੇਖੇ ਜੋ ਕੇ ਲਿਖਦਾ ਮਾਨੂ ਕੇ ਏ ਇਹ ਪਾ ਲਓ ਜੀ ਨਾਲ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਸੱਜਣਾਂ ਦਾ ਦਾਦਾ ਹੂਰ ਰਾਣਾ ਕਲੱਬ ਦੋਦਰ ਚੜੈਕੇ ਬਾਰਸ਼ ਸਾਫੂ ਵਾਲਾ ਦੀਆਂ ਟੀਮਾਂ ਪੁੱਜੇ ਨੇ ਅਗਲਾ ਮੈਚ ਖੇਡਿਆ ਜਾਣਾ ਉਧਰ ਧੰਨਵਾਦ ਕਰਦੇ ਹਾਂ ਦੀਪ ਸਿੰਘ ਜੀ ਕਾਲੀਆਲ ਤੋਂ ਪੁੱਜੇ ਨੇ ਸੋਹਣੇ ਬੋਲ ਬੋਲਦੇ ਨੇ ਨਮੇਕਾਂ ਦੇ ਉੱਤੋਂ ਧੰਨਵਾਦ ਕਰਦੇ ਹਾਂ ਚੜੈਕੇ ਬਾਰਸ਼ ਸਾਫੂ ਵਾਲਾ ਦੀ ਟੀਮ ਪੁੱਜੇ ਮੋਗਾ ਏ ਬਾਰਸ਼ ਲੋਕੋ ਗਣੇ ਸ਼ਾਹ ਗੋਦੇ ਵਾਲਾ ਬਾਰਸ਼ ਮਾਨੂ ਕੇ ਗਿੱਲ ਖੇਡ ਮੈਦਾਨ ਵਿੱਚ ਬਹੁਤ ਹੀ ਤਕੜਾ ਮੁਕਾਬਲਾ ਹੋਵੇਗਾ ਰਾਣਾ ਕਲੱਬ ਦੋਦਰ ਵਰਸਿਜ ਦਾਦਾ ਹੂਰ ਦੀਆਂ ਟੀਮਾਂ ਦੇ ਦਰਮਿਆਨ ਜਿਹੜੀਆਂ ਨੇ ਸਟਾਰ ਖਿਡਾਰੀ ਪੁੱਜਦੇ ਜਾ ਰਹੇ ਆ ਖੇਡ ਮੈਦਾਨ ਦੇ ਵਿੱਚ ਦੋਵੇਂ ਟੀਮਾਂ ਸੈਂਟਰ ਤੇ ਆਉਣ ਤੇ ਮੁਕਾਬਲਾ ਸ਼ੁਰੂ ਕਰਾ ਦੇ ਰੇਸ਼ਮ ਸਿਆ ਅਗਲੀਆਂ ਟੀਮਾਂ ਵੀ ਅਨਾਊਂਸ ਕਰਦੇ ਮੇਰੇ ਵੀਰ ਬਾਰੇ ਵਰਗੇ ਨੌਜਵਾਨਾਂ ਸੋਹਣੇ ਬੋਲ ਬੋਲਦਾ ਟੀਮ ਅਨਾਊਂਸ ਕਰ ਮੇਰੇ ਵੀਰ ਅਗਲਾ ਜੋ ਮੁਕਾਬਲਾ ਖੇਡ ਮੈਦਾਨ ਵਿੱਚ ਚੜੈਕੇ ਦੀ ਟੀਮ ਪੁੱਜ ਗਈ ਸਾਫੂ ਵਾਲਾ ਦੀ ਟੀਮ ਪੁੱਜੇ ਚੜੈਕੇ ਦੀ ਟੀਮ ਪੁੱਜ ਗਈ ਸਾਫੂ ਵਾਲਾ ਮੋਗਾ ਏ ਬਾਰਸੀ ਲੋਕੋ ਗਣੇ ਸ਼ਾਹ ਗੋਦੇ ਵਾਲਾ ਬਾਰਸੀ ਮਾਨੂ ਕੇ ਗਿੱਲ ਬਾਜਵਾ ਕਲਾਂ ਬਾਰਸੀ ਚੰਦ ਬਾਜਾ ਬਾਬਾ ਹੀਰਾ ਲਾਲ ਮਾਲੇ ਦੀ ਟੀਮ ਬਾਈ ਦੇ ਵਿੱਚ ਲੋ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਦਾਦਾ ਹੂਰ ਦੀ ਟੀਮ ਚੜ੍ਹਦੇ ਵਾਲੀ ਸਾਈਡ ਆ ਰਾਣਾ ਕਲੱਬ ਦੋਦਰ ਦੀ ਟੀਮ ਸ਼ਿਵਦੇ ਵਾਲੀ ਸਾਈਡ ਆ ਬਹੁਤ ਹੀ ਤਕੜਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ ਕਿ ਮਾਝੇ ਅਤੇ ਮਾਲਵੇ ਦਾ ਮੈਚ ਮਿੱਤਰੋ ਫਸ ਗਈਆਂ ਗੁੱਡੀਆਂ ਬਾਹਰ ਬੈਠੇ ਬੰਦਿਆਂ ਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਵੇਂ ਚੰਡੀਆਂ ਤਕੜਾ ਮੈਚ ਖੇਡਿਆ ਜਾਵੇਗਾ ਵੱਡੀ ਦੇਣ ਸਾਡੇ ਬਾਬੀ ਕਲੇਰ ਜੀ ਹੁਣਾਂ ਦੀ ਪ੍ਰਭ ਜੀ ਦੀ ਕਲੇਰ ਹੁਣਾਂ ਦੀ ਇਹਨਾਂ ਸਾਰੇ ਸੱਜਣਾਂ ਦੀ ਤਕੜੇ ਮੈਚ ਖੇਡੇ ਜਾ ਰਹੇ ਆ ਖੇਡ ਮੈਦਾਨ ਦੇ ਵਿੱਚ ਆਏ ਸਾਲ ਕਬਾੜੀ ਦਾ ਮਹਾਕੁੰਭ ਕਰਵਾਇਆ ਜਾਂਦਾ ਇਹਨਾਂ ਖੇਡ ਮੈਦਾਨਾਂ ਵਿੱਚ ਜਿੱਥੇ ਵਿਸਾਖੀ ਵਾਲੇ ਦਿਨ ਮੈਚਾਂ ਦੀ ਸ਼ੁਰੂਆਤ ਹੋਈ ਕਣਗੀਆਂ ਵਾਲਿਆ ਲਿਖਾ ਗਈ ਸਿਫਤ ਤੇਰੀ ਕਾਗਜ ਕਲਮ ਤੋਂ ਤੇਰਾ ਘਰ ਵੱਡਾ ਤੇਰੇ ਚੋਚ ਵੱਡੇ ਤੇਰੇ ਵਡਿਆਈ ਵੱਡੀ ਤੇਰੇ ਗੁਣਾਂ ਦਾ ਚੋਜੀ ਭੰਡਾਰ ਵੱਡਾ ਤੇਰੀ ਧੰਨ ਕੁਰਬਾਨੀ ਮੇਰੇ ਸ਼ਹਿਣ ਜੱਗੀ ਕੀਤਾ ਸਿਰਾਂ ਦਾ ਤੂੰ ਹੀ ਉਪਾਰ ਵੱਡਾ ਜੁਗਾ ਜੁਗਾ ਨਾ ਨੱਥਣਾ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਉਧਾਰ ਵੱਡਾ ਕਣਗੀਆਂ ਵਾਲਿਆ ਸੁਣਿਆ ਸੀ ਤੇਰੇ ਸਕੂਲ ਅੰਦਰ ਲੱਗਦੀ ਨਾ ਫੀਸ ਕੋਈ ਨਾ ਜਦ ਮੈਂ ਵੇਖਿਆ ਸਕੂਲ ਦੇ ਅੰਦਰ ਜਾ ਕੇ ਭਾਰਤ ਵਾਲੀਆਂ ਧੜਾਂ ਤੇ ਸੀਸ ਕੋਈ ਨਾ ਕਹਿ ਰਹੇ ਹੁਣ ਭਾਜੀ ਵੀਰ ਟੀਮਾਂ ਦਾ ਹਜ਼ਾਰ ਕਿਹੜੀ ਕਿਹੜੇ ਪਾਸੇ ਆ ਨਾਉਸ ਕਰਤਿਆਂ ਵੀਰ ਦਾਦਾ ਹੋਰ ਦੀ ਟੀਮ ਚੜ੍ਹਦੇ ਵਾਲੀ ਸਾਈਡ ਆ ਸ਼ਿਵਦੇ ਵਾਲੀ ਸਾਈਡ ਰਾਣਾ ਕਲੱਬ ਦੋਦੇ ਦੀ ਟੀਮ ਆ ਆ ਨੌਜਵਾਨ ਨਰਪੈ ਸਿੰਘ ਖੇਡ ਮੈਦਾਨ ਦੇ ਜਵਾਬ ਦਾ ਹੋਇਆ ਮੇਜਰ ਭੂਰ ਦੇ ਲਈ ਕੈਲਗਰੀ ਕੈਨੇਡਾ ਦੀ ਧਰਤੀ ਤੇ ਤਕੜਾ ਖੇਡਿਆ ਲੰਡੇ ਕੇ ਕੱਪ ਤੇ ਕਰਨਪਾਲ ਸਿੱਧੂ ਨੇ ਬੋਲਟ ਮੋਟਰਸਾਈਕਲ ਨਾਲ ਵੱਡਾ ਮਾਰ ਦਿੱਤਾ ਨਰਪੈ ਖੋਸਾ ਕੋਟਲਾ ਦੀ ਧਰਤੀ ਦਾ ਖੇਡ ਮੈਦਾਨ ਦੇ ਜਵਾਬ ਦਾ ਹੋਇਆ ਰੇਸ਼ ਫੂਲੇ ਵਾਲਗਾ ਤੇ ਨਾਲ ਸੂਬਾ ਘੋਡੀਪੁਰੇ ਵਾਲਾ ਸਾਂਝੇ ਫੈਸਲੇ ਕਰਦੇ ਨੇ ਕਿ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਦੂਸਰੇ ਪਾਸੇ ਮਨਪ੍ਰੀਤ ਦਾਦਾ ਹੋਰ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ 7 ਫੁੱਟ ਕਾਟਾ ਪੱਕ ਲੈਂਦੀ ਨੌਜਵਾਨ ਦੇ ਸਰੀਰ ਨੂੰ ਦੇ ਕੇ ਦੂਸਰੇ ਪਾਸੇ ਦੁਨੀਆਂ ਦਾ ਸਟਾਰ ਯਾਤੀ ਆ ਨੌਜਵਾਨ ਖੇਡ ਮੈਦਾਨ ਵਿੱਚ ਬਿੰਦਰ ਨੌਜਵਾਨ ਸੋਹਣੀ ਕੋਸ਼ਿਸ਼ ਕਰਦਾ ਹੋਇਆ ਲਓ ਖੇਡ ਮੈਦਾਨ ਚ ਮੁਕਾਬਲਾ ਸਾਜਤਾ ਕਿ ਫਸ ਗਈ ਜਾਨ ਘੁਰਾੜੀ ਅੰਦਰ ਜੋ ਬੇਲਣ ਚ ਗੰਨਾ ਸ਼ਾਹ ਮੁਹੰਮਦਾ ਕਹਿ ਨੌਜਵਾਨ ਨੂੰ ਜੇ ਨਿਕਲਦਾ ਤਾਂ ਮੰਨਾ ਕਹਿਰੀ ਹੁਣ ਭਾਜੀ ਹੈਲੋ ਸੋ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਰਦਾਰ ਜਿੰਦਰ ਸਿੰਘ ਜੀ ਗਿਆਨੀ ਜਿਨ੍ਹਾਂ ਨੇ 2100 ਰੁਪਇਆ ਸਾਡੇ ਇਸ ਟੂਰਨਾਮੈਂਟ ਦਿੱਤਾ ਬਹੁਤ ਮਿਹਰਬਾਨੀ ਧੰਨਵਾਦ ਜੀ ਸਨਮਾਨ ਚਿੰਨ੍ਹ ਦੇਖ ਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਜਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਖਾਲਸਰ 2100 ਰੁਪਇਆ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ
ਸਟੇਜ ਤੇ ਵੱਡੇ ਮਾਣ ਬਖਸ਼ੇ ਜਾ ਰਹੇ ਆ ਸਮੁੱਚੀ ਆਰਗੇਨਾਈਜ਼ ਪ੍ਰਬੰਧ ਕਮੇਟੀ ਤਰਫੋਂ ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਵਿੱਚ ਦਾਦਾ ਹੋਰ ਦੀ ਧਰਤੀ ਦਾ ਵਾਧਾ ਹੋਇਆ ਚਾਰ ਜਾਫੀਆ ਦੂਸਰੇ ਪਾਸੇ ਨੌਜਵਾਨ ਕੋਸ਼ਿਸ਼ ਕਰਦਾ ਹੋਏ ਆਤਮਾ ਡਾਲੇ ਪਿੰਡ ਦਾ ਪਰ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਉਧਰ ਮਨਪ੍ਰੀਤ ਦੇ ਡਾਲੇ ਪਿੰਡ ਦਾ ਵੀ ਪੁੱਜਿਆ ਹੋਇਆ ਮਾਂ ਕਬੱਡੀ ਦਾ ਆਨੰਦ ਮਾਣਦਾ ਹੋਇਆ ਤੇ ਪੰਜਾਬ ਲਾਈਵ 1.com ਦੇ ਜਰੀਏ ਇੱਕ ਕਬੱਡੀ ਪੂਰੀ ਦੁਨੀਆ ਵਿੱਚ ਵਿਖਾਈ ਜਾ ਰਹੀ ਆ ਕੈਰੀ ਆਊਟ ਨਰਮਲ ਜੀ ਹਾਂਜੀ ਅਜੇ ਕੁਮਾਰ ਭਗਤਰਾਮ ਐਂਡ ਕੰਪਨੀ ਵਾਲੇ 100 ਰੁਪਏ ਜਿਹਨੇ ਬਿੰਦਰ ਵਾਲੇ ਜਾਫੀ ਨੇ ਪਹਿਲਾਂ ਜੱਫਾ ਲਾਇਆ ਸੀਗਾ ਹੈ ਹਾਂ ਬਿੰਦਰ ਬਿੰਦਰ ਨੇ ਲਾਇਆ ਸੀਗਾ ਬਿੰਦਰ ਦੇ ਲਈ 100 ਰੁਪਇਆ ਪਹੁੰਚਿਆ ਦੋਧਰ ਵਾਲੇ ਬਿੰਦਰ ਦੇ ਲਈ ਅਜੇ ਕੁਮਾਰ ਜੀ ਭਗਤਰਾਮ ਐਂਡ ਕੰਪਨੀ ਵਾਲੇ 100 ਰੁਪਏ ਦਾ ਵੱਡਾ ਮਾਣ ਲਓ ਵਰਿੰਦਰ ਦੋਧਰ ਪਿੰਡ ਵਾਲਾ ਇਸ ਵਕਤ ਦੇਖਦਾ ਵੀ ਬੜਾ ਤਕੜਾ ਜੱਫਾ ਲਾ ਕੇ ਦੇਖਦੇ ਵੀ ਬੱਲੇ ਬੱਲੇ ਕਰਵਾਉਣ ਵਾਲੀ ਗੱਲ ਹਾਂ ਅਜੇ ਕੁਮਾਰ ਜੀ ਵੱਡਾ ਮਾਣ ਪੂਜਦਾ ਕਰ ਗਿਆ ਬਿੰਦਰ ਦੇ ਲਈ ਦੋਧਰ ਪਿੰਡ ਦੇ ਬਿੰਦਰ ਦੇ ਲਈ 100 ਰੁਪਏ ਦਾ ਵੱਡਾ ਮਾਣ ਕਿ ਨੋਟਾਂ ਤੋਂ ਮਹਿੰਗੀ ਚੀਜ਼ ਕੁੜੇ ਜਿੰਦ ਜਾਣ ਤੇਰੇ ਤੋਂ ਵਾਰਾਂਗੇ ਦੂਸਰੇ ਪਾਸੇ ਜਾਪ ਲੈਣ ਵਿੱਚ ਨੌਜਵਾਨ 4 ਜਾਫੀ ਨੇ ਪਛਾਣ ਹੜਦੇ ਜਾਂਦੇ ਨੇ ਨੌਜਵਾਨ 4 ਨੰਬਰ ਤੋਂ ਕੋਸ਼ਿਸ਼ ਕਰਦਾ ਹੋਇਆ ਤੇ ਰੇਸ਼ ਫੁੱਲੇ ਵਰਗਾ ਨਹੀਂ ਮੰਨਦਾ ਕਿ ਪੁਆਇੰਟ ਭਾਵੀ ਦੇ ਹਿੱਸੇ ਜੁੜਦਾ ਹੋਇਆ ਜਿੰਨੇ ਵੀ ਸਾਥੀ ਬੁਲਾਰੇ ਪੂਜੇ ਦਲਬਾਰ ਗੱਜਣ ਵਾਲਾ ਸਾਡੀ ਜ਼ਿੰਦਗੀ ਦਾ ਬਹੁਤ ਹੀ ਸਤਿਕਾਰਯੋਗ ਮਿੱਤਰ ਨਰਮਲ ਲੰਘਿਆਣਗਾ ਬੂਟਾ ਖਾਂਡ ਆਲ ਮਾਲਕਾ ਨਾਲ ਮਰਵੀਰ ਕੀਤਾ ਬਾਰੇ ਵਾਲਗਾ ਉਹਦਾ ਵੀ ਧੰਨਵਾਦ ਪਾ ਕੌਡੀ ਨੌਜਵਾਨਾਂ ਖੇਡ ਮੈਦਾਨ ਦੇ ਵਿੱਚ ਕਿ ਰੇਡ ਮਿਸ ਨਹੀਂ ਕਰਨਾ ਹੁੰਦਾ ਕੰਮ ਖਿਡਾਰੀ ਦਾ ਲੀਲਾਂ ਵਾਲਿਆਂ ਮੋੜਿਆਂ ਵਿੱਚ ਜਿੰਦ ਜਾਣ ਮਾਰ ਕੇ ਮੁੱਲ ਤਾਰਨਾ ਪੈਂਦਾ ਯਾਰਾਂ ਦੀ ਯਾਰੀ ਦਾ ਦੂਸਰੇ ਪਾਸੇ 4 ਜਾਫੀ ਨੇ ਥਾਪਕਾ ਮਾਰਦੇ ਨੇ ਇੱਕ ਅੰਦੀ ਬਿੰਦਰ ਆ ਦੂਸਰੇ ਪਾਸੇ ਨੌਜਵਾਨ ਬੂਟਾ ਦੁਨੀਆਂ ਦਾ ਸਟਾਰ ਜਾਫੀ ਆ ਲੋ ਕਿਹੜਾ ਨੌਜਵਾਨ ਰੱਖਣ ਦੀ ਗੱਲ ਕਰੇਗਾ ਰੱਖਣ ਦੀ ਮਾੜਾ ਨੌਜਵਾਨ ਪਰ ਨਹੀਂ ਕਾਲੀ ਪੱਟੀ ਵਾਲਾ ਨੌਜਵਾਨ ਖੇਡ ਮੈਦਾਨ ਵਿੱਚ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਗਲੇਰੀ ਕਬੱਡੀ ਨਰਿੰਦਰ ਸਿੰਘ ਪਾਰਿਆ ਖੇਡ ਮੈਦਾਨ ਦੇ ਵਿੱਚ ਜਿੱਥੇ ਜਾਂਦਾ ਬੱਲੇ ਬੱਲੇ ਕਰਵਾਉਂਦਾ ਏ ਤੇ ਖੋਸੇ ਕੋਟਲੇ ਵਾਲਾ ਨੌਜਵਾਨ ਜੱਫਾ ਟਾਵਾ ਖਾਂਦਾ ਏ ਖੋਸੇ ਕੋਟਲੇ ਵਾਲਾ ਨੌਜਵਾਨ ਜੱਫਾ ਟਾਵਾ ਖਾਂਦਾ ਅਮਰੀਕ ਸੋਹਣੇ ਬੋਲ ਬੋਲਦਾ ਵੱਡੇ ਮਾਣ ਹੋਣਗੇ ਨਾ ਖੇਡ ਮੈਦਾਨਾਂ ਵਿੱਚ ਅਮਨ ਬਰਾੜ ਲੰਘਣਗੀਆਂ ਸਰਪੰਚ ਉਹ ਵੀ ਪੁੱਜੇਗਾ ਮੇਰਾ ਵੀਰ ਤੇ ਨਾਲ ਜੀਵਨ ਤਲਵੰਡੀ ਭੰਗੇਰੀਆਂ ਦਾ ਉਹਨਾਂ ਨੂੰ ਵੱਡੇ ਮਾਣ ਬਖਸ਼ ਜਾਣੇ ਨੇ ਸਮੁੱਚੀ ਆਰਗੇਨਾਈਜ਼ ਪ੍ਰਬੰਧਕ ਕਮੇਟੀ ਵੱਲੋਂ ਤੇ ਨਾਲ ਅਮਨ ਬਰਾੜ ਜੀ ਲੰਘਣਗੀਆਂ ਉਹਨਾਂ ਵੱਲੋਂ ਵੱਡੇ ਮਾਣ ਬਖਸ਼ ਜਾਣੇ ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਜਾਫ ਲੈਣ ਵਿੱਚ 4 ਜਾਫੀ ਨੇ ਲੈ 4 ਜਾਫੀਆਂ ਵਿੱਚੋਂ ਕਿਹੜਾ ਨੌਜਵਾਨ ਡੱਕਣ ਦੀ ਗੱਲ ਕਰੇਗਾ ਮਾਣਾ ਨੌਜਵਾਨ ਦੋਧਰ ਪਿੰਡ ਦਾ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਦੂਸਰੇ ਪਾਸੇ ਬੂਟਾ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ ਕਿ ਗੋਪੀ ਦੇ ਪਿੰਡਾਂ ਕੋਲੇ ਪਿੰਡ ਜੂਦਿਆ ਜਾਫੀ ਕਦਾ ਉੱਡਣਾ ਪਰੈਂਡ ਜੂਦਿਆ ਇੱਕ ਸਦਾ ਸਿੰਘ ਵਾਲੇਗਾ ਸੱਤਰੇ ਕਿਲੋ ਦਾ ਪੰਜਾਬ ਦੇ ਕਬੱਡੀ ਕੱਪਾਂ ਤੇ ਉੱਤਮ ਜਾਫੀ ਲੈਣਾ ਜਾਂਦਾ ਤੇ ਪੁਆਇੰਟ ਰਾਣਾ ਕਲੱਬ ਦੋਧਰ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਸੋਹਣਿਆ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਸੋਹਣਾ ਮੈਚ ਖੇਡਿਆ ਜਾ ਰਿਹਾ ਦੂਸਰੇ ਪਾਸੇ ਨੱਜਣ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਖੇਡਣੀ ਹੋਵੇ ਕਬੱਡੀ ਦੁੱਧ ਡੈਰ ਕੇ ਨੀ ਪਾਈਦਾ ਪੋ ਮਾਗ ਚ ਖਿਡਾਰੀ ਲੈਂਦਾ ਨੀ ਨਿਗਰ ਜਾਈਦਾ ਜੇਡ ਹਾਰਦੀਆਂ ਤੋਂ ਪਾਦੀ ਸਹਿਣੀ ਪੈਂਦੀ ਮਾਰ ਮਿੱਤਰੋ ਇੰਨਾ ਸੌਖਾ ਨੀ ਬਣਨਾ ਕਬੱਡੀ ਦਾ ਸਟਾਰ ਮਿੱਤਰੋ ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਕਾਲਣਾ ਕਰਨੀ ਪੈਂਦੀ ਆ ਕਿ ਮੈਂ ਵੀ ਤੁਹਾਡੇ ਵਰਗਾ ਪਰ ਦੁਨੀਆ ਵੇਖੀ ਆ ਆਪਣੇ ਹੱਥੀ ਬਾਲੀ ਹੋ ਸੱਜਣਾ ਆਪਣੇ ਹੱਥੀ ਸਿੱਖੀ ਆ ਲੱਖਾਂ ਜੋ ਪੈਡ ਬਿੰਦਰ ਰਾਣਾ ਕਲੱਬ ਦੋਧਰ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਤੇ ਮੁਕਾਬਲਾ ਸਮਾਪਤ ਆ ਦਸਵੀਂ ਮਨੋ ਸਟੇਜ ਤੇ ਹੋ ਕੇ ਜਾਵੇ ਮਨੋ ਦਾਦਾ ਹੋਰ ਸਟੇਜ ਤੇ ਆ ਜੀ ਭਲਵਾਨ ਮਨੋ ਦਾਦਾ ਹੋਰ ਮੋਗਾ ਇਹ ਬਰਸੀ ਲੋਕੋ ਗਹਿਣੇ ਸਾਰੀਆਂ ਟੀਮਾਂ ਬੇਟ ਗਰੂ ਦੇ ਵਿੱਚ ਪੁੱਜਣ ਗੋਦੇ ਵਾਲਾ ਬਰਸੀ ਮਾਣੂ ਕੇ ਗੱਲ ਇਹ ਬਾਜਵਲਾ ਕਾ ਕਲਾਮ ਬਰਸੀ ਚੰਦਵਾਜਾ ਬਾਬਾ ਹੀਰਾ ਲਾਲ ਹੈਲੋ ਰਾਣਾ ਕਲੱਬ ਦੋਧਰ ਜੇਤੂ ਜੀ ਨੋਟ ਕਰੋ ਅਗਲੀਆਂ ਦੋਵੇਂ ਟੀਮਾਂ ਸੈਂਟ ਲੈਣ ਤੇ ਆ ਜਾਓ ਅਗਲੇ ਮੁਕਾਬਲੇ ਦੇ ਲਈ ਸੌਣ ਵਾਲੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਬੜੀ ਪਿਆਰੀ ਆਵਾਜ਼ ਦਿੱਤੀ ਹੋਈ ਆ ਹਰ ਖੁਸ਼ੀ ਦੇ ਮੌਕੇ ਤੇ ਯਾਦ ਰੱਖੋ ਗਬਰ ਸੌਣ ਸਰਵਿਸ ਉਮਰੀ ਵਾਲੇ ਵੀਰ ਗਬਰ ਦਾ ਸੌਣ ਤੇ ਮੌਕੇ ਦੀ ਗਰਾਊਂਡ ਪੂਰੀ ਦੁਨੀਆ ਵਿੱਚ ਮਸ਼ਹੂਰ ਆ ਦੋਵੇਂ ਟੀਮਾਂ ਸਿੱਟ ਲਾ ਲੈਣ ਹੈਲੋ ਨਿੰਦਰ ਸਿੰਘ ਜੀ ਐਸ ਐਮ ਸੀ ਜਿਨ੍ਹਾਂ ਨੇ ਸਾਨੂੰ 3100 ਰੁਪਇਆ ਸਾਡੀਆਂ ਨੇ ਖੇਡਣ ਦਿੱਤਾ ਏ ਅਸੀਂ ਇੱਥੇ ਪਹੁੰਚਣ ਤੇ ਜੀਆਂ ਆਖਦੇ ਆ ਅਕਾਲਸਰ ਯੂਥ ਕਲੱਬ ਵੱਲੋਂ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਨਰਿੰਦਰ ਸਿੰਘ ਜੀ ਐਸ ਐਮ ਸੀ ਮੋਗਾ ਵਿਸ਼ੇਸ਼ ਤੌਰ ਤੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਪਹੁੰਚਿਆ ਹੈ ਤੇ 3100 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਮਾਣ ਦਿੱਤਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਪਹੁੰਚਣ ਤੇ ਜੀ ਆਇਆਂ
ਖੇਡ ਮੈਦਾਨ ਸਾਫੂ ਵਾਲਾ ਪਿੰਡ ਬਿੰਦਰ ਦੌਦਰ ਪਿੰਡ ਵਾਲਾ 100 ਰੁਪਿਆ ਲਾਇਆ ਸਟੇਜ ਤੋਂ ਬਿੰਦਰ ਦੌਦਰ ਵਾਲਾ ਸਾਫੂ ਵਾਲਾ ਪਿੰਡ ਦੇ ਜੜਿਕ ਦਾ ਮੁਕਾਬਲਾ ਦੋਵੇਂ ਟੀਮਾਂ ਬਿਨਾ ਕਿਸੇ ਦੇਰੀ ਤੋਂ ਸਿੱਟ ਲਾ ਲੈਣ ਹੈਲੋ ਮੋਗਾ ਏਰੀ ਟੀਮ ਪੁੱਜ ਗਈ ਲੋਪੋ ਗਣੇ ਸ਼ਾਹ ਦੀ ਟੀਮ ਨੂੰ ਅੱਧੇ ਮਿੰਟ ਦੀ ਕਾਲਾ ਬੇਟਿੰਗ ਰੂਮ ਦੇ ਵਿੱਚ ਪੁੱਜੇ ਅਗਲਾ ਮੈਚ ਖੇਡਿਆ ਜਾਣਾ ਗੋਦੇ ਵਾਲਾ ਬਰਸੀ ਮਾਣੂਕੇ ਗੱਲ ਬਾਜਬਲਾ ਬਾਜਵਾ ਕਲਾਮ ਬਰਸੀ ਚੰਦ ਬਾਜਾ ਬਾਬਾ ਹੀਰਾ ਲਾਲ ਮਾਲਾ ਦੀ ਟੀਮ 22 ਦੇ ਵਿੱਚ ਦੋਵੇਂ ਟੀਮਾਂ ਪ੍ਰਸਿੱਧ ਟੀਮਾਂ ਬਹੁਤ ਹੀ ਤਕੜਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ ਦੁਨੀਆਂ ਦੇ ਪ੍ਰਸਿੱਧ ਖਿਡਾਰੀ ਪੁੱਜੇ ਆ ਸਮੁੱਚੀ ਆਰਗੇਨਾਈਜ ਪ੍ਰਬੰਧ ਕਮੇਟੀ ਦੀ ਵੱਡੀ ਦੇਣ ਆ ਕਾਲਸਰ ਮੋਗੇ ਦੇ ਸੱਜਣਾਂ ਦੀ ਦੋਵੇਂ ਟੀਮਾਂ ਸਿੱਟ ਲਾ ਲੈਣ ਤੇ ਮੁਕਾਬਲਾ ਸ਼ੁਰੂ ਕਰਾ ਦੋ ਜਸਵੀਰ ਸਿੰਘ ਜੀ ਮਾਰ ਤੇ ਵਿਸਲਾ ਖੇਡ ਮੈਦਾਨ ਵਿੱਚ ਦੁਨੀਆਂ ਦੇ ਪ੍ਰਸਿੱਧ ਖਿਡਾਰੀ ਪੁੱਜੇ ਆ ਗੋਲਡ ਡਿਗਰੀ ਧਰਤੀ ਦਾ ਵੀ ਪੁੱਜ ਗਿਆ ਨਾਲ ਜੱਗਾ ਤੋਚੀ ਵਰਗੇ ਪ੍ਰਸਿੱਧ ਖਿਡਾਰੀ ਪੁੱਜੇ ਹੋਏ ਆ ਖੇਡ ਮੈਦਾਨ ਵਿੱਚ ਇੱਕ ਇੱਕ ਕਬੱਡੀ ਮੇਰੇ ਵੀਰ ਗਗਨ ਆਪਣੇ ਕੈਮਰੇ ਵਿੱਚ ਕੈਚ ਕਰ ਰਿਹਾ ਪੰਜਾਬ ਲਾਈਵ 1.com ਦੀ ਵੱਡੀ ਦੇਣ ਆ ਮਾਖਿਰ ਕਬੱਡੀ ਦੁਨੀਆਂ ਵਿੱਚ ਇੱਕ ਨੰਬਰ ਦੀ ਵੈਬਸਾਈਟ ਆ ਇਹਨਾਂ ਵੀਰਾਂ ਨੂੰ ਵੀ ਖੇਡ ਮੇਲੇ ਦੇ ਲਈ ਸੰਪਰਕ ਕੀਤਾ ਜਾ ਸਕਦਾ ਪੰਜਾਬ ਲਾਈਵ 1.com ਦੇ ਜ਼ਰੀਏ ਇੱਕ ਕਬੱਡੀ ਕਾਲਸਰ ਮੋਗੇ ਦੀ ਦਿਖਾਈ ਜਾ ਰਹੀ ਹੈ ਪੂਰੀ ਦੁਨੀਆਂ ਵਿੱਚ ਨਿੱਟ ਦੇ ਨਾਲ ਜੁੜੇ ਹੋਏ ਆ ਜੁਗਰਾਜ ਮਾਲਾ ਜੀ ਅਵਤਾਰ ਬਰਾਡ ਹਾਂਗਕਾਂਗ ਲੰਘੇ ਆਣਿਆ ਸੌਖ ਢਿੱਲੋ ਰਿਟਾਇਰ ਹੋਈ ਵਾਲਾ ਤੇ ਨਾਲ ਦਰਵਿੰਦਰ ਧਾਨਾ ਵੈਰੋ ਕੇ ਸੋਨੀ ਸੰਬੰਧੀ ਸੋਨੀ ਦੌਦਰ ਜੀ ਸੋਕਾ ਤਖਤੂ ਬੁਰਗਾ ਅਮਰੀਕ ਖਾੜਾ ਜੀਵਨ ਭਾਗੀ ਕੇ ਇਹ ਵੀਰ ਨਿੱਟ ਦੇ ਨਾਲ ਜੁੜੇ ਹੋਏ ਆ ਪ੍ਰਵਾਸੀ ਵੀਰਾਂ ਦਾ ਇਹਨਾਂ ਦੇ ਵੀਰਾਂ ਦਾ ਇਹਨਾਂ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਅਕਾਲਸਰ ਮੋਗੇ ਦੇ ਜਿੰਨੇ ਵੀ ਪ੍ਰਵਾਸੀ ਵੀਰ ਜੁੜੇ ਹੋਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਲੋ ਮੁਕਾਬਲਾ ਸ਼ੁਰੂ ਆ ਸਾਈਡਾਂ ਨੋਟ ਕੀਤੀਆਂ ਜਾਣ ਸਾਫੂ ਵਾਲਾ ਪਿੰਡ ਇੱਧਰ ਚੜ੍ਹਦੇ ਵਾਲੀ ਸਾਈਡ ਆ ਛਿਪਦੇ ਵਾਲੀ ਸਾਈਡ ਆ ਚੜਿੱਕ ਦੀ ਟੀਮ ਆ ਲੋ ਪਹਿਲੀ ਕਬੱਡੀ ਨੌਜਵਾਨ ਪਿੰਡਾ ਪਾ ਰਿਹਾ ਖੇਡ ਮੈਦਾਨ ਵਿੱਚ ਸਾਫ ਵਾਲਾ ਪਿੰਡ ਧਨਵੰਤ ਦਾ ਪਿੰਡ ਆ ਗੇਜੇ ਦਾ ਪਿੰਡ ਆ ਕੈਨੇਡਾ ਦੇ ਵਿੱਚ ਬਾਕੀ ਰਹਿਣ ਵਸੇਰੇ ਕਰ ਗਿਆ ਮੇਰੇ ਵੀਰ ਦੂਸਰੇ ਪਾਸੇ ਬਾਂਟੀ ਡਾਲੇ ਪਿੰਡ ਦਾ ਨਹੀਂ ਮੰਨਦਾ ਤਜਰਬਾ ਵੱਡਾ 13 ਸਾਲ ਕਬੱਡੀ ਖੇਡੀ ਆ ਤੇ ਪੁਆਇੰਟ ਜਾਫਰਾਂ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਗੋਲਡੀ ਸਿਆ ਆ ਕਬੱਡੀ ਖੇਡ ਮੈਦਾਨ ਦੇ ਵਿੱਚ ਇੱਕ ਗੋਲਡੀ ਪਿੰਡ ਰਹੀ ਧਰਤੀ ਦਾ ਦੁਨੀਆਂ ਸਟਾਰ ਹੀ ਆਪ ਹੀ ਆ ਨੌਜਵਾਨ ਪਹਿਲੀ ਕਬੱਡੀ ਪਾ ਰਿਹਾ ਉਸ ਪਰਮਾਤਮਾ ਦਾ ਉਹ ਟਾਸਰਾ ਲੈ ਕੇ ਕਿ ਕਰਕੇ ਯਾਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਲਾਊ ਧਾਵੀ ਦੀ ਬ੍ਰੇਕ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਛੇਕ ਨੰਗੇ ਪਿੰਡੇ ਚੌਂਕਦੇ ਕੁੱਲ ਦੁਨੀਆਂ ਰਹੀ ਹੈ ਵੇਖ ਆਖਿਰ ਉਹਨੇ ਜਿੱਤਣਾ ਜਿਹਦੇ ਜਿੱਤ ਲਿਖੇ ਵਿੱਚ ਲੇਖ ਦੂਸਰੇ ਪਾਸੇ ਕਸੂਤਾ ਪੰਗਾ ਪਾਲਿਆ ਨੌਜਵਾਨ ਨੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਕਿ ਡੌਲੇ ਦੇ ਤਵੀਤ ਬੰਨਿਆ ਮੁੰਡਾ ਬਣ ਗਿਆ ਕਮਾਂਤਰੀ ਖਿਡਾਰੀ ਤੇ ਖੇਡ ਮੈਦਾਨ ਆਇਆ ਪਾਈ ਕੌਡੀ ਨਾਲ ਯਾਰੀ ਦੂਸਰੇ ਪਾਸੇ ਲਾਲੀ ਨੌਜਵਾਨ ਲੱਖ 65 ਸਾਫੋਲ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਚੱਲ ਵੀ ਨੌਜਵਾਨਾਂ ਜੱਸਾ ਪਾਸ ਖੇਡ ਮੈਦਾਨ ਵਿੱਚ ਇੱਕ ਸਿੱਧ ਮਾਰੀ ਧਰਤੀ ਦਾ ਜੱਸਾ ਪੂਰੀ ਦੁਨੀਆਂ ਵਿੱਚ ਪੂਰਾ ਦੂਸਰੇ ਪਾਸੇ ਨੌਜਵਾਨ ਵਾਧਾ ਹੋਇਆ ਖੇਡ ਮੈਦਾਨ ਵਿੱਚ ਦੇਵੀ ਦਿਆਲ ਗੋਬਿਆਂ ਦਾ ਮੱਖਣ ਜੁੜੇ ਕਿਦਾ ਸਿੱਧ ਮਾਰੀ ਜਾਣੇ ਦਾ ਵੀ ਨਾ ਪੂਰਾ ਵਿਕਦਾ ਇਸੇ ਪਿੰਡ ਦਾ ਮਣੀਂਦਰ ਮਹਿੰਦਾ ਚੜੇਕਰੀ ਧਰਤੀ ਦਾ ਬਵਲੀ ਵਰਗੇ ਮੱਖੜੀ ਵਿੱਚ ਚੜੇਕ ਵਰਗੇ ਨਾ ਇਹ ਮੱਖਣ ਤੇ ਪਿੰਡ ਦਾ ਚੜੇਕ ਪਿੰਡੋ ਦਾ ਚੜਿੱਕ ਤੇ ਕਹਿੰਦੇ ਹੁਣ ਮੱਖਣ ਕਿਹੜੇ ਜਾਫੀ ਜਿਹੜੇ ਡੀਪੀ ਨੂੰ ਡੱਕਣ ਦੂਸਰੇ ਪਾਸੇ ਨੌਜਵਾਨ ਜੱਗਾ ਕਬਾੜੀ ਪਾ ਰਿਹਾ ਚੜਿੱਕਰੀ ਧਰਤੀ ਸੰਤਾਂ ਮਹਾਂਪੁਰਖਾਂ ਦੀ ਧਰਤੀ ਆ ਸੰਤ ਬਾਬਾ ਖੁਸ਼ਹਾਲ ਸਿੰਘ ਦੀ ਨਗਰੀ ਆ ਕਿ ਸਾਧੂ ਸੰਤ ਫਕੀਰ ਖੁਲਾ ਦੇ ਅਸਲੀ ਮਰਦ ਸਿਆਣੇ ਜਿਹੜੇ ਵਾਹ ਕਮੂਹ ਚੋਂ ਨਿਕਲੇ ਉਹ ਬਿਰਥ ਨਹੀਂ ਜਾਣੇ ਕੈਮਰੇ ਫੋਕਸ ਨੇ ਗਗੜੇ ਨੌਜਵਾਨ ਇੱਕ ਇੱਕ ਕਬਾਡੀ ਆਪਣੇ ਕੈਮਰੇ ਚ ਕੋਸ਼ਿਸ਼ ਕਰ ਰਿਹਾ ਦੂਸਰੇ ਪਾਸੇ ਉਹੀ ਨੌਜਵਾਨ ਜਾਫੀ ਆ ਲਾਲੀ ਨੌਜਵਾਨ ਕੋਸ਼ਿਸ਼ ਕਰ
ਜ਼ਿਆਦਾ ਹੋਇਆ ਹੰਦੇ ਦੇ ਲਾਗੇ ਮੁਕਾਬਲਾ ਸਕਦਾ ਤੇ ਪੁਆਇੰਟ ਚੜਿਕ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ। ਹੈਲੋ ਸਨਮਾਨ ਕਰੋ ਜੀ ਆਪਣਾ ਸਾਡੇ ਮਨਪ੍ਰੀਤ ਮੰਨੂ ਜਿਹਨੇ ਕੈਨੇਡਾ ਦੀ ਖੇਡ ਮੈਦਾਨਾਂ 'ਚ ਬਹੁਤ ਤਕੜੀ ਖੇਡ ਵਿਖਾਈ ਹੈ। ਇੰਟਰਨੈਸ਼ਨਲ ਕਬੱਡੀ ਖਿਡਾਰੀ ਮੰਨੂ ਦਾਦਾ ਹੋਰੀਆ ਸਾਡਾ ਬਹੁਤ ਵਧੀਆ ਖਿਡਾਰੀ, ਇਹਦਾ ਵਿਸ਼ੇਸ਼ ਸਨਮਾਨ ਕਰਨਾ ਜੀ। ਸਰਦਾਰ ਨੌਜਵਾਨ ਪੂਜਾ ਟਰੈਕ ਦੇ ਚੱਕਰ ਲਾਵੇਗਾ, ਇਹਦਾ ਵੀ ਜ਼ਰੂਰ ਮਾਨਤ ਕਰ। ਚੱਲ ਵੀ ਨੌਜਵਾਨਾਂ ਤੂੰ ਵੀ ਕਰ ਲੈ ਕਲਾ ਦਾ ਪ੍ਰਦਰਸ਼ਨ। ਦੂਸਰੇ ਪਾਸੇ ਗੋਲਡੀ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ 4000 ਨੇ ਵਿਉਂਤ ਬੰਦੀ ਕਰਦੇ ਨੇ ਸਾਫ ਹੋਲੇ ਪਿੰਡ ਵਾਲੇ। ਕੀਤਾ ਬਾਰੇ ਵਾਲੀਆ ਜੀ ਟੀਮ ਅਨਾਊਂਸ ਕਰੋ ਵੀਰ, ਅਗਲੀਆਂ ਟੀਮ ਸੱਦ ਲਓ। ਆਗਾ ਵੀਰੇ ਸਰ ਦੋਨੇ ਟੀਮਾਂ ਆਗੀਆਂ। ਠੀਕ ਹੈ, ਬਹੁਤ ਬਹੁਤ ਧੰਨਵਾਦ ਮੇਰੇ ਵੀਰ ਕੀਤਾ ਬਾਰੇ ਵਾਲੀਆ। ਸੋਹਣੇ ਬੋਲ ਬੋਲਦਾ ਬੂਟਾ ਆਲ ਵਾਲੀਆ ਨਿਰਮਲ ਲੰਗੀ ਵਾਲੀਆ ਦੇ ਨਾਲ ਦਿਲਬਾਗ ਗੱਜਣ ਵਾਲਾ ਉਹ ਵੀ ਪਹੁੰਚੇ ਮੇਰੇ ਵੀਰ ਸਾਥੀ ਬੁਲਾਰਿਆਂ ਦਾ ਵੀ ਧੰਨਵਾਦ। ਹਾਂਜੀ ਦਿਲਬਾਗ ਬਰਾੜ ਜੀ ਗਰਾਊਂਡ ਪਹੁੰਚਣ, ਅਗਲੀ ਕਮੇਟੀ ਨਾਲ ਲੱਡੂ ਆਰੇ ਵਾਲੇ ਦਾ ਬਹੁਤ ਧੰਨਵਾਦ ਜੀ, ਜਿਹਨਾਂ ਨੇ ਲੱਕੜਾਂ ਦੀ ਫ੍ਰੀ ਸੇਵਾ ਕੀਤੀ ਹੈ ਲੰਗਰ ਦੇ ਵਿੱਚ ਲੱਡੂ ਆਰੇ ਵਾਲੇ, ਉਹਨਾਂ ਦਾ ਵੀ ਬਹੁਤ ਧੰਨਵਾਦ ਜੀ। ਦੂਸਰੇ ਪਾਸੇ ਲੱਖਾ ਜੋ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਨੌਜਵਾਨ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ, ਦੂਸਰੇ ਪਾਸੇ ਗੋਲਡੀ ਨੌਜਵਾਨ ਖੇਡ ਮੈਦਾਨ ਵਿੱਚ ਆਪਣੀ ਟੀਮ ਦੇ ਹਿੱਸੇ ਵਿੱਚ ਇੱਕ ਪੁਆਇੰਟ ਦਾ ਵਾਧਾ ਕੀਤਾ ਨੌਜਵਾਨ ਨੇ। ਦੂਸਰੇ ਪਾਸੇ ਜੱਗਾ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ ਕਿ ਬੰਦੇ ਜਿਹੜੇ ਬਹੁਤੇ ਮਸ਼ਹੂਰ ਹੋ ਜਾਂਦੇ ਨੇ ਮਾੜਿਆਂ ਤੋਂ ਕਾਹਤੋਂ ਇੰਨੇ ਦੂਰ ਹੋ ਜਾਂਦੇ ਨੇ, ਰੱਬ ਜੀ ਨੂੰ ਦਿੰਦਾ ਹੈ ਸੁਗਾਤ ਜੋਧਿਆ ਕਾਹਤੋਂ ਭੁੱਲ ਜਾਂਦਾ ਆਪਣੀ ਔਕਾਤ ਜੋਧਿਆ, ਫਿਰ ਰੱਬ ਹੀ ਕਰ ਦਿੰਦਾ ਘੁੱਗੀ ਕਹਿਣ ਲੱਗੀ ਆਣੀਆਂ ਬੰਦੇ ਵਿੱਚ ਆ ਜਾਂਦੀ ਜਦੋਂ ਮੈਂ ਲੰਘੀ ਆਣੀਆਂ ਬੰਦੇ ਵਿੱਚ ਆ ਜਾਂਦੀ ਜਦੋਂ ਮੈਂ ਲੰਘੀ ਆਣੀਆਂ। ਦੂਸਰੇ ਪਾਸੇ ਨੌਜਵਾਨ ਪਿੰਦਾ ਕਬੱਡੀ ਪਾ ਰਿਹਾ ਤੇ ਦੋਵਾਂ ਜਾਣਿਆਂ ਵਿੱਚ ਮਾੜਾ ਹੁੰਦਾ ਫਨ ਆੜਿਆ ਤੀਜੇ ਦਾ ਜਸਵੀਰ ਮਹਿੜੇ ਪਿੰਡ ਦਾ ਨਾਲ ਬਾਂਡੀ ਟਾਲੀ ਪਿੰਡ ਦਾ ਦੋਨੇ ਰਲ ਕੇ ਕਰਦੇ ਆ ਕਿ ਪੁਆਇੰਟ ਧਾਵੀ ਦੇ ਖਾਤੇ ਜੁੜਦਾ ਹੋਇਆ। ਦੂਸਰੇ ਪਾਸੇ ਨੀ ਰੋਟਾ ਪੋਟਾ ਕੌਣ ਭਾਵੀ ਦੀਵਾ ਜਗਾ, ਨੀ ਮੇਰੇ ਮੰਜੇ ਥੱਲੇ ਕੌਣ ਭਾਵੀ ਦੀਵਾ ਜਗਾ। ਦੂਸਰੇ ਪਾਸੇ ਸਾਰੇ ਟੱਬਰ ਨੇ ਬੋਲਦਾ ਧਾਵਾ ਪਰ ਨਹੀਂ ਮੰਨਦਾ ਕਵਾਲ ਮੰਦੋ ਕੇ ਪਿੰਡ ਵਾਲਾ ਮੁਕਾਬਲਾ ਸਕਦਾ ਹੰਦੇ ਦੇ ਲਾਗੇ। ਦੂਸਰੇ ਪਾਸੇ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਲਾਲੀ ਨੌਜਵਾਨ ਖੇਡ ਮੈਦਾਨ ਦੇ ਵਿੱਚ ਇੱਕ ਲਾਲੀ ਦੁਨੀਆ ਦਾ ਸਟਾਰ ਧਾਵੀ ਆ ਇੱਕ ਆਹ ਨੌਜਵਾਨ ਤੇ ਕਵਾਲ ਮੰਦੋ ਕੇ ਵਾਲਾ ਫੈਸਲਾ ਕਰਦਾ ਪੁਆਇੰਟ ਕਿਹਦੇ ਖਾਤੇ ਆ। ਵੀਰੇ ਰੈਫਰੀ ਦੇ ਨਾਲ ਕਿਸੇ ਨੇ ਵੀ ਬੈਸਬਾਜ਼ੀ ਨਹੀਂ ਕਰਨੀ, ਇਹ ਕਮੇਟੀ ਦੇ ਸਖਤ ਹਦਾਇਤਾਂ, ਰੈਫਰੀ ਦੇ ਨਾਲ ਕਿਸੇ ਨੇ ਵੀ ਬੈਸਬਾਜ਼ੀ ਨਹੀਂ ਕਰਨੀ। ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਰੈਫਰੀ ਦੇ ਨਾਲ ਕਿਸੇ ਵੀ ਖਿਡਾਰੀ ਵੀਰ ਨੇ ਕੈਂਤੂ ਪ੍ਰਾਂਤੂ ਨਹੀਂ ਕਰਨੀ ਕਿਉਂਕਿ ਰੈਫਰੀ ਰੱਬ ਦਾ ਰੂਪ ਹੁੰਦਾ। ਦੂਸਰੇ ਪਾਸੇ 4000 ਨੇ ਇੱਕ ਪਾਸੇ ਤੋਚੀ ਨੌਜਵਾਨੀ ਹੱਸਦਾ ਮਿੱਠੇ ਮਿੱਠੇ ਬੋਲਾਂ ਦੇ ਵਿੱਚ, ਦੂਸਰੇ ਪਾਸੇ ਨੌਜਵਾਨ ਗੋਰਾ ਕੋਸ਼ ਕਰੇਗਾ ਪਰ ਸਮੇਂ ਦੀ ਬਾਤ ਹੋਵੇਗੀ ਕਿਹੜਾ ਨੌਜਵਾਨ ਡੱਕਣ ਦੀ ਗੱਲ ਹੋਵੇਗੀ ਰੱਖਣ ਦੀ ਗੱਲ ਹੋਵੇਗੀ। ਮਾਂ ਮਿੱਟੀ ਵਿੱਚ ਖੇਡੇ ਜਾਣ ਵਾਲੇ ਮੁਕਾਬਲੇ ਕਿ ਫਰੀਦਾ ਖਾਕ ਨਾ ਨੇਂਦੀਏ ਖਾਕ ਜੇਠ ਨਾ ਕੋਈ ਜੀਵ ਦਿਆਂ ਪੈਰਾਂ ਥੱਲੇ ਮੋਹਿਆਂ ਉੱਪਰ ਹੋਏ ਤੇ ਪੁਆਇੰਟ ਜੱਸਾ ਨੌਜਵਾਨ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਚੱਲ ਵੀ ਨਾ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ। ਦੂਸਰੇ ਪਾਸੇ ਜੱਗਾ ਨਜ਼ਰ ਵਾਧਾ ਹੋਇਆ ਕਿ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਤੇ ਵੱਡਾ ਹੋ ਕੇ ਕਬੱਡੀ ਖੇਡਦਾ। ਦੂਸਰੇ ਪਾਸੇ ਚੌਂ ਜਾਪਿਆਂ ਵਿੱਚ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਤਿਆਰੀ ਫੜ ਜੱਗਾ ਸਿਆ ਕੋਈ ਸਮਾਂ ਲੰਘ ਗਿਆ ਕੋਈ ਸਮਾਂ ਬਾਕੀ ਆ ਘੜੀ ਦੀਆਂ ਸੂਈਆਂ ਟਿੱਕ ਟਿੱਕ ਕਰਦੀਆਂ ਹੋਈਆਂ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਕਹਿ ਜੀ ਇੱਕੋ ਮਿੰਟ ਮਨਦੀਪ ਜੀ ਇਹ ਬੇਨਤੀ ਕਰ ਦੋ ਵੀ ਜਿਹੜਾ ਵੀ ਖਿਡਾਰੀ ਰੈਫਰੀ ਨੂੰ ਧੱਕਾ ਮਾਰੂ ਜਾਂ ਗਾਲ ਕੱਢੂਗਾ ਆਹ ਸਾਰੀ ਕਮੇਟੀ ਖੜੀ ਆ, ਤਰਸ ਜੀ ਪ੍ਰਧਾਨ ਸਾਹਿਬ ਖੜੇ ਨੇ ਸਾਡੇ ਜੀ ਕੁਮਾਰ ਜੀ ਖੜੇ ਨੇ ਭਾਈ ਬੱਬੀ ਕਨੇਰੀਆ ਕਹਿੰਦੇ ਵੀ ਟੀਮ ਸਕ੍ਰੈਚ ਨਾਲ ਦੇ ਨਾਲ ਇਹ ਫੁੱਲ ਪਾਵਰਾ ਜੀ ਜਿਹੜਾ ਰੈਫਰੀ ਨੂੰ ਗਲਤ ਗਾਲ ਕੱਢੂਗਾ ਧੱਕਾ ਮਾਰੂਗਾ ਉਹ ਸਾਰੀ ਟੀਮ ਸਕ੍ਰੈਚ ਕੀਤੀ ਜਾਵੇਗੀ ਇਹ ਕਮੇਟੀ ਦਾ ਫੈਸਲਾ ਹੈ। ਨੋਟ ਕਰ ਲਓ ਸਾਰੀਆਂ ਟੀਮਾਂ ਕਿਉਂਕਿ ਰੈਫਰੀ ਵੀ ਵਧੀਆ ਬਣਾਏ ਜਿਹੜੇ ਨੈੱਤ ਹੈ ਤੁਹਾਨੂੰ ਮਿਲਦੇ ਨੈੱਤ ਟੂਰਨਾਮੈਂਟ ਦੇ ਰੈਫਰੀ ਕਰਦੇ ਆ ਔਰ ਖਿਡਾਰੀਆਂ ਨੂੰ ਬੇਨਤੀ ਵੀ ਖੇਡ ਦੀ ਭਾਵਨਾ ਨਾਲ ਖੇਡੋ ਜੇ ਕੋਈ ਰੈਫਰੀ ਨੂੰ ਗਲਤ ਬੋਲੂਗਾ ਤਾਂ ਟੀਮ ਸਕ੍ਰੈਚ ਕੀਤੀ ਜਾਵੇਗੀ ਨੋਟ ਕਰ ਲਓ ਜੀ। ਬਹੁਤ ਧੰਨਵਾਦ ਜੀ। ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਦੇ ਵਿੱਚ
ਪਿੰਡਾ ਕਬਾੜੀ ਪਾ ਰਿਹਾ ਸਾਫੂ ਵਾਲੇ ਪਿੰਡ ਦਾ ਦੂਸਰੇ ਪਾਸੇ ਚਾਰ ਯਾਪੀ ਆ ਗੋੜਾ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਤੇ ਲੱਖਾਂ ਦਾ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ हेलो गोदे वाला बारसी मानू के गल एरी टीम पुजे बाजवा कलाम बारसी चंद बाजा बाबा हीरा लाल कलाम माला दी टीम पाई दे विच अगली मैच से बात पाने लिए दरबार गुराज जी गजराज पहुंच जी सीधे बुलाना मेरा वीर दरबार गजन बड़गा वो भी खेड़ मैदान में जोन साफूला पेंड जेतू है जी साफूला पेंड जेतू है नोट करने सारे प्रबंधक वीर ते अगले का दो में टीम है सेंटर ने त्यौहार नाल मेरा वीर सोने बोल बोलता दरबार गजन बड़गा नर्मल लंगी अड़गा बूटा खान आल बड़गा नाल मेरे वीर कीता बारे बड़गा सारे साथी बुलाने का सूखा कंडियाल पिंड का जीवन तलवंडी भिगेगा वाला नाल अमरीक खोसे गोडे वाला वो भी साथी बुलाने पूजे हुए सारे का बहुत बहुत धनबाद समुची प्रबंधक कमेटी का साढ़े बबी कलेर जी प्रभ जी कलेर जी बड़े माण बख्शे इन्हों खेड मैदान इन्ह सारे सज्जन का बहुत बहुत धनबाद अगली मैच के बाद दलबाग गजन वाला हेलो लो इस समय मैच जेड़ा खेड मैदान दे विचकार स्टार्ट होण जा रहा है चूड़ चक अकाल सर मोगा ना लिखना एक अगे घर आया बस हां नौ इस समय पहली कबड्डी देखते भी खेड मैदान रौली पिंड गबरू का इस समय वेखते भी हरप्रीत सिंह बंब नाल ही इधर शिंदा झंडे वाला इंटरनेशनल कबड्डी प्लेयर विशेष तौर पर मान सम्मान जिहड़ा निर्मल जी निर्मल लंगेयाणा हाँ जी शिंदा मैं सारे जी कमेंट करदा जी शिंदा झंडे वाला साडा वीर इहदा विशेष सम्मान टूरनामेंट कमेटी वल्लों कीता जा रहा है बहुत धन्नवाद जी मेहरबानी चक्कर लाए भी जरूर मान प्यार बख्शो अगलिया टीम अनाउंस कर दो वीरे गोदे वाला बारसी मारू के गल बाजवा कलाब बारसी चंद बाजा बाबा हीरा लाल कलब माला दी टीम बाई दे विच लड़कियां दी टीम तैयार हो जाना इधरले बड़े पॉइंट जिहड़ा धावी दे हिस्से दे विच जुड़दा होया है उधर साडा वीर टैणी कनेडा नाल ही प्रीतम वर्गे साडे वीर punjablive1.com दे जरिए चादरवा पिंड है इस खेड मेले दे नाल जुड़े हुए है उथे उधर सरी गिल जी मोही पिंड है इधर साडे वीर punjablive1.com दे जरिए उधर साडे वीर इन्हां मैचां नूं तक रहे है कबड्डी मेरी जिंद जान पेज वाले वह भी अपडेट कर रहे ने अज दा इस खेड मेले नूं लो एक पासे सेमी है पर दूसरे पासे कहंदे भी नौजवान प्रेम है कपूरे पिंड दा ते पॉइंट जिहड़ा इस समय धावी दे हिस्से जुड़दा होया लो अगली कबड्डी हरप्रीत सिंह रौली पिंड दा कहंदे भी दुनिया बंब दे नाल नाल जानदी है इस समय नौजवान चक्की दे पुरवर्गी छाती है समुद्र या कद है कनेडा दे कहंदे भी खेड मैदानां विच खेडिया इस समय नौजवान रौली वाला बंब देखदे भी पॉइंट जिहड़ा अपनी टीम दे हिस्से दे विच जोड़दा होया है चल भी गबरू आ पावी कबड्डी कि गबरू देश मेरे दे सोहणे चौड़िया हिका ते मनपुरी जादे आउंदे विच मैदानां दे फिर वेखण वाले होंदे दोस्तों जौहर जवानां दे बस ठीक है शोभा जी औलख ते मोगा फरीदकोट औलख ते मोगा लड़कियां दा पहला शो मैच होवेगा उस तो बाद जो रौदे टीम का मैच खेडा जाऊगा दोनों टीम तैयार रहन जी
ਪਹਿਲਾਂ ਔਲਖ ਤੇ ਕਾਲਸਰ ਮੋਗੇ ਦੀਆਂ ਟੀਮਾਂ ਤਿਆਰ ਹੋ ਕੇ ਗਰਾਊਂਡ ਵਿੱਚ ਪਹੁੰਚ ਜਾਣ ਜੀ। ਨੌਜਵਾਨ ਵੇਖਦੇ ਵੀ ਹਰਪ੍ਰੀਤ ਸਿੰਘ ਰੌਲੀ ਪੀੜ ਦਾ ਗੱਭਰੂ ਕਬੱਡੀ ਪਾਉਂਦਾ ਹੋਇਆ ਹੈ ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਇੱਧਰ ਅਕਾਲਸਰ ਮੋਗੇ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਚੱਲ ਵੀ ਸੇਮੀ ਭਾਵ ਵੀ ਨੌਜਵਾਨ ਕਬੱਡੀ ਇਸ ਸਮੇਂ ਵੇਖਦੇ ਵੀ ਨੌਜਵਾਨ ਅਗਲੀ ਕਬੱਡੀ ਘੁੰਘਰਾਲੇ ਜੇ ਵਾਲ ਹੈ ਲੋਪੋ ਪਿੰਡ ਦਾ ਗੱਭਰੂ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਹੈ। ਚਾਰ ਜਾਫੀ ਦੇਖਦੇ ਵੀ ਕੌਣ ਗੱਭਰੂ ਇਸ ਸਮੇਂ ਜੱਫਾ ਲਾਵੇਗਾ। ਅਕਾਲਸਰ ਯੂਥ ਕਲੱਬ ਆਪ ਸਭ ਨੂੰ ਜੀ ਆਇਆਂ ਆਖਦਾ ਹੈ। ਅੱਜ ਦੇ ਇਸ ਖੇਡ ਮੇਲੇ ਦੇ ਵਿੱਚ ਪੁੱਜਣ ਤੇ ਜਿੰਨੇ ਵੀ ਦਰਸ਼ਕ ਵੀਰ ਪੁੱਜੇ ਹੈ ਲਓ ਇੱਕ ਪਾਸੇ ਗੱਭਰੂ ਕਹਿੰਦੇ ਮੋਗੇ ਵਾਲਾ ਪਰ ਦੂਸਰੇ ਪਾਸੇ ਲੋਪੋ ਵਾਲਾ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਧਾਬੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਜਵਾਨਾ ਪਾਵੀ ਕਬੱਡੀ ਨੌਜਵਾਨ ਹਰਪ੍ਰੀਤ ਰੌਲੀ ਵਾਲਾ ਗੱਭਰੂ ਕਬੱਡੀ ਪਾਉਂਦਾ ਹੋਇਆ। ਅਸੀਂ ਧੰਨਵਾਦ ਕਰਦੇ ਹਾਂ ਸਾਡਾ ਵੀਰ ਰਾਜ ਚੰਦਨਵੇਂ ਤੋਂ ਪੁੱਜਿਆ ਜੀ ਜਿਹਨੇ ਸਾਡੇ ਵੀਰ ਦਰਬਾਰ ਬਰਾੜ ਗੱਜਰ ਵਾਲੀ ਨੂੰ ਐਲ ਸੀ ਡੀ ਜਿਹਨਾਂ ਨੇ ਦੇਣੀ ਹੈ ਨਾਲ ਹੀ ਨੈੱਟ ਦੇ ਨਾਲ ਟੈਨੀ ਕਨੇਡਾ ਉਹ ਵੀ ਜੁੜੇ ਹੋਏ ਨੇ। ਬਹੁਤ ਧੰਨਵਾਦ ਜੀ। ਆਹ ਸਾਡਾ ਵੀਰ ਹੋਰ ਵੀ ਬਹੁਤ ਸਾਰੇ ਸਤਿਕਾਰ ਜੋ ਵੀ ਦੱਸੇ ਦਰਬਾਰ ਤੋਂ ਬੋਲਦੀ ਆ ਨਾ ਉਧਰ ਸਾਡਾ ਵੀਰ ਪ੍ਰੀਤਮ ਆ ਉਹ ਵੀ ਸਾਡੇ ਵੀਰ ਪੰਜਾਬ ਲਾਈਵ .com ਤੇ ਇਹਨਾਂ ਮੈਚਾਂ ਨੂੰ ਦੇਖ ਰਹੇ ਆ। ਰਾਜ ਸਾਡਾ ਵੀਰ ਡੈਰੀ ਵਾਲੇ ਚਾਂਦਰਾਵਾ ਪਿੰਡ ਹੈ ਵਿਸ਼ੇਸ਼ ਤੌਰ ਤੇ ਪੁੱਜੇ ਹੈ। ਇਧਰਲੇ ਬੰਨੇ ਵੇਖਦੇ ਵੀ ਭਾਈ ਵੀ ਕਬੱਡੀ ਨੌਜਵਾਨ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਪਰ ਦੂਸਰੇ ਪਾਸੇ ਫੜਿਆ ਗੁੱਟ ਨੌਜਵਾਨ ਦਾ ਇਸ ਸਮੇਂ ਲੱਗਦਾ ਜੱਫਾ ਦੇਖਦੇ ਵੀ ਕੀ ਬਣਦਾ ਹੈ ਕੀ ਜੁੜਦਾ ਹੈ ਗੱਭਰੂ ਰਹਿੰਦਾ ਜਾਂ ਫਿਰ ਮੁੜਦਾ ਹੈ। ਪੁਆਇੰਟ ਜਿਹੜਾ ਨੌਜਵਾਨ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਗੱਭਰੂ ਆਪਾਂ ਵੀ ਕਬੱਡੀ ਕੀ ਸੋਹਣੀਆਂ ਅੱਖਾਂ ਖੁਰਾਕਾਂ ਮਿਹਨਤ ਸੋਹਣੀ ਪੈਂਦੀ ਹੈ। ਲਓ ਇਸ ਸਮੇਂ ਦੇਖਦੇ ਵੀ ਨੌਜਵਾਨ ਕਬੱਡੀ ਕਬੱਡੀ ਕਰਦਾ ਹੋਇਆ ਔਰ ਦੇਖਦੇ ਵੀ ਇਧਰਲੇ ਬੰਨੇ ਚਾਰ ਜਾਫੀ ਚੂੜ ਚੱਕ ਪਿੰਡ ਦੇਖਦੇ ਵੀ ਕੌਣ ਗੱਭਰੂ ਜੱਫਾ ਲਾਵੇਗਾ। ਲਓ ਇਸ ਸਮੇਂ ਹਰਪ੍ਰੀਤ ਸਿੰਘ ਰੌਲੀ ਵਾਲੇ ਦੀ ਕਬੱਡੀ ਹੈ ਪਰ ਵੇਖਦੇ ਵੀ ਦੂਸਰੇ ਪਾਸੇ ਨੌਜਵਾਨ ਇੱਕ ਪਾਸੇ ਕਹਿੰਦੇ ਤਜਰਬਾ ਹੈ ਦੂਸਰੇ ਪਾਸੇ ਜੋਸ਼ ਜਵਾਨੀ ਦਾ ਤੇ ਪੁਆਇੰਟ ਜਿਹੜਾ ਨੌਜਵਾਨ ਧਾਬੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਗੱਭਰੂ ਆਪਾਂ ਵੀ ਕਬੱਡੀ ਇਹਨੇ ਪਾਈ ਹੋਈ ਕਬੱਡੀ ਹੈ ਕਿ ਸ਼ੀਸ਼ੇ ਮੂਹਰੇ ਹਿੱਕ ਨੂੰ ਹਰੇਕ ਤਣਦਾ ਤੇ ਤਾਰਾ ਸਿੰਘ ਘਰ ਚ ਹਰੇਕ ਬਣਦਾ ਗਰਾਊਂਡ ਵਿੱਚ ਪੈਂਦਾ ਜਦੋਂ ਵਾਹ ਯੋਧਿਆ ਲੈਂਦੇ ਨੇ ਬਗਾਨੇ ਪੁੱਤ ਢਾ ਯੋਧਿਆ ਚਾਹੀਦੀ ਫਲਾਦ ਜਿਹੀ ਹੱਡੀ ਲੰਘੇ ਆਣੀਆਂ ਸੌਖੀ ਨੀ ਉਹ ਖੇਡਣੀ ਕਬੱਡੀ ਲੰਘੇ ਆਣੀਆਂ। ਉਧਰ ਸਾਡਾ ਵੀ ਰਮਨ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਲਓ ਇੱਕ ਪਾਸੇ ਵੇਖਦੇ ਵੀ ਨੌਜਵਾਨ ਦਾ ਰੱਖਿਆ ਧੌਣ ਦੇ ਹੱਥ ਪਰ ਇਸ ਸਮੇਂ ਦੇਖਦੇ ਪੁਆਇੰਟ ਜਿਹੜਾ ਨੌਜਵਾਨ ਧਾਬੀ ਦਾ ਹੈ। ਲਓ ਅਗਲੀ ਕਬੱਡੀ ਵੇਖਦੇ ਵੀ ਰੌਲੀ ਵਾਲਾ ਹਰਪ੍ਰੀਤ ਸਿੰਘ ਹੈਪੀ ਦੁਨੀਆ ਬੰਬ ਦੇ ਨਾਮ ਨਾਲ ਜਾਣਦੀ ਹੈ। ਇਸ ਸਮੇਂ ਅਗਲੀ ਕਬੱਡੀ ਅਕਾਲਸਰ ਮੋਗੇ ਦੀ ਟੀਮ ਵੱਲੋਂ ਨੌਜਵਾਨ ਇਸ ਸਮੇਂ ਦੇਖਦੇ ਵੀ ਕਬੱਡੀ ਕਬੱਡੀ ਕਰਦਾ ਹੋਇਆ ਕਿ ਲੋਹੇ ਵਰਗੇ ਪੱਟਾਂ ਉੱਤੇ ਮਾਰਨ ਬੋਲੀ ਥਾਪੀ ਇੱਕ ਪਾਸੇ ਰੇਡਰ ਯਾਰੋ ਤੇ ਦੂਜੇ ਪਾਸੇ ਜਾਫੀ ਇੱਥੇ ਪੈਂਦਾ ਨਾਲ ਬਗਾਨੇ ਪਤਾ ਲੱਗਦਾ ਵਿੱਚ ਮਦਾਨੇ ਪੈਂਦੇ ਨੇ ਅੱਜ ਵੇਖੋ ਮੁੱਲ ਖੁਰਾਕਾਂ ਖਾਧੀਆਂ ਦੇ ਗੌਡੀ ਗੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ। ਮੈਚ ਸਮਾਪਤ ਹੈ ਚੱਲਦੇ ਹੋਏ ਮੈਚ ਦੇ ਵਿੱਚ ਅਕਾਲਸਰ ਮੋਗੇ ਦੀ ਟੀਮ ਜਿੱਤ ਗਈ ਹੈ ਜੀ। ਅਕਾਲਸਰ ਮੋਗੇ ਦੀ ਟੀਮ ਚੱਲਦੇ ਹੋਏ ਮੈਚ ਦੀ ਜੇਤੂ ਟੀਮ ਹੈ। ਹਾਂਜੀ ਹੈਲੋ ਬਾਈ ਜੀ ਫੋਟੋਗ੍ਰਾਫਰ ਬਾਜਵਾ ਕਲਾਂ ਦੀ ਟੀਮ ਪੁੱਜੇ ਚੰਦ ਬਾਜਾ ਦੀ ਟੀਮ ਪੁੱਜ ਗਈ ਗੋਦੇ ਵਾਲਾ ਵਰਸੀ ਮਾਰੂ ਕੇ ਗਿੱਲ ਦੀਆਂ ਟੀਮਾਂ ਨਹੀਂ ਪੁੱਜੀਆਂ। ਗੋਦੇ ਵਾਲਾ ਵਰਸੀ ਜੇ ਮਾਰੂ ਕੇ ਗਿੱਲ ਇਹਨਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਦੇ ਨਾਲ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਪੁੱਜ ਜਾਣ। ਗੋਦੇ ਵਾਲਾ ਵਰਸੀ ਜੇ ਮਾਰੂ ਕੇ ਗਿੱਲ ਚੰਦ ਬਾਜਾ ਦੀ ਟੀਮ ਪੁੱਜ ਗਈ ਬਾਜਵਾ ਕਲਾਂ ਦੀ ਟੀਮ ਪੁੱਜੇ ਬਾਬਾ ਹੀਰਾ ਲਾਲ ਕਲਾਂ ਮਾਲਾ ਦੀ ਟੀਮ ਬਾਈ ਦੇ ਵਿੱਚ ਗੋਦੇ ਵਾਲਾ ਵਰਸੀ ਮਾਰੂ ਕੇ ਗਿੱਲ ਦਾ ਮੈਚ ਖੇਡਿਆ ਜਾਣਾ ਟੀਮਾਂ ਨੂੰ ਵਾਜਾ ਮਾਰ ਰਹੇ ਆ ਪਰ ਪੁੱਜ ਨਹੀਂ ਰਹੀਆਂ ਦੋਨੇ ਹੀ ਟੀਮਾਂ ਕੱਢ ਦਿੱਤੀਆਂ ਜਾਣਗੀਆਂ ਗੋਦੇ ਵਾਲਾ ਵਰਸੀ ਮਾਰੂ ਕੇ ਗਿੱਲ ਗੋਦੇ ਵਾਲਾ ਵਰਸੀ ਮਾਰੂ ਕੇ ਗਿੱਲ ਬੀ ਟੀਮ ਮੇਰੀ ਬੇਨਤੀ ਇਸ ਤੋਂ ਅਗਲਾ ਮੈਚ ਇਹਨਾਂ ਟੀਮਾਂ ਦਾ ਖੇਡਿਆ ਜਾਣਾ ਬਾਜਵੇ ਕਲਾਂ ਦੀ ਟੀਮ ਨੂੰ ਸਾਡਾ ਸੱਦਾ ਹੈ ਬਾਜਵੇ ਦੀ ਟੀਮ ਜਲਦੀ ਦੇ ਨਾਲ ਖੇਡ ਮੈਦਾਨ ਵਿੱਚ ਪੁੱਜ ਜਾਵੇ ਬਾਜਵਾ ਕਲਾਂ ਗਰਾਊਂਡ ਦੇ ਵਿੱਚ ਪੁੱਜੇ ਜੀ ਬਾਜਵਾ ਕਲਾਂ ਬਾਜਵਾ ਕਲਾਂ ਦੀ ਟੀਮ ਗਰਾਊਂਡ ਵਿੱਚ ਆ ਜਾਵੇ ਸਿਰਫ ਅੱਧੇ ਮਿੰਟ ਦਾ ਇੰਤਜ਼ਾਰ ਹੈ ਜੀ ਬਾਜਵਾ ਕਲਾਂ ਦੀ ਟੀਮ ਦਾ ਇੱਧਰ ਚੰਦਬਾਜੇ ਦੀ ਟੀਮ ਜਿਹੜੀ ਖੇਡ ਮੈਦਾਨ ਵਿੱਚ ਪੁੱਜੀ ਹੋਈ ਹੈ ਗੋਦੇ ਵਾਲਾ ਵਰਸੀ ਮਾਰੂ ਕੇ ਗਿੱਲ ਬੀ ਟੀਮ ਗੋਦੇ ਵਾਲਾ ਤੇ ਮਾਰੂ ਕੇ ਗਿੱਲ ਬੀ ਟੀਮ ਇਹਨਾਂ ਟੀਮਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਜਲਦੀ ਦੇ ਨਾਲ ਆ ਜਾਣ ਇਧਰ ਚੰਦਬਾਜੇ ਦੀ ਟੀਮ ਜਿਹੜੀ ਪੁੱਜੀ ਹੋਈ ਹੈ ਗਰਾਊਂਡ ਵਿੱਚ ਇੱਕ ਮਿੰਟ ਬਾਅਦ
ਸਾਡੇ ਬਹੁਤ ਹੀ ਸਤਿਕਾਰਯੋਗ ਜਸਰ ਤੋਤਾ ਸਿੰਘ ਜੀ ਇੱਥੇ ਪਹੁੰਚੇ ਹੈ, ਉਹਨਾਂ ਦੇ ਨਾਲ ਜਿੰਨੀ ਟ੍ਰੇਨ ਪਹੁੰਚੀ ਹੈ। ਅਸੀਂ ਅਕਾਲਸਰ ਵੈਲਫੇਅਰ ਕਲਾਮ ਵੱਲੋਂ ਜੀ ਆਇਆਂ ਕਰਦੇ ਹਾਂ, ਕੋਟਣ ਕੋਟਣ ਧੰਨਵਾਦ ਆਪਦੀ ਕੀਮਤੀ ਸਮੇਂ ਦੇ ਵਿੱਚੋਂ ਇੱਥੇ ਸਾਡੇ ਸੰਗਤ ਦੇ ਵਿੱਚ ਉਹਨਾਂ ਦਾ ਪਿਆਰ ਦਾ ਸਬੂਤ ਹੈ ਜਿਹੜਾ ਇੱਥੇ ਆਪ ਬੜੇ ਕੀਮਤੀ ਉਹਨਾਂ ਨੂੰ ਰੁਝੇਵੇਂ ਸੀ। ਅੱਜ ਸਾਰੇ ਰੁਝੇਵੇਂ ਛੱਡ ਕੇ ਇਸ ਕਲੱਬ ਦੇ ਵਿੱਚ ਚਾਰ ਚੰਨ ਲਾਏ, ਸਾਡੀ ਰੌਣਕ ਵਧਾਈ ਹੈ। ਅਸੀਂ ਜਹੇਦਾਰ ਜੀ ਪਹੁੰਚਦੇ ਸਾਰੀ ਸੰਗਤ ਵੱਲੋਂ ਸਾਰੇ ਕਲੱਬ ਵੱਲੋਂ ਕੋਟਣ ਕੋਟ ਧੰਨਵਾਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਤੋਤਾ ਸਿੰਘ ਜੀ ਸਾਡੇ ਅੱਜ ਦੇ ਇਸ ਖੇਡ ਮੇਲੇ ਦੇ ਵਿੱਚ ਪੁੱਜੇ ਨੇ। ਸਮੁੱਚੇ ਸਪੋਰਟਸ ਕਲੱਬ ਵੱਲੋਂ, ਅਕਾਲਸਰ ਯੂਥ ਕਲੱਬ ਵੱਲੋਂ ਇੱਥੇ ਪੁੱਜਣ ਤੇ ਜੀ ਆਇਆਂ ਆਖਿਆ ਜਾਂਦਾ ਕੋਟਣ ਕੋਟ ਧੰਨਵਾਦ ਹੈ ਸਾਡੇ ਇਸ ਖੇਡ ਮੇਲੇ ਦੇ ਵਿੱਚ ਪੁੱਜਣ ਦੇ ਲਈ। ਦਿਲਵਾਗ ਜੀ ਬਾਜਵਾ ਕਰਾਂ, ਲਾਸਟ ਬਾਜਾ ਜੇਤੂ ਕਰਾਰ ਦਿਓ ਜੀ, ਚੰਦ ਬਾਜਾ ਠੀਕ ਹੈ ਜੀ, ਚੰਦ ਬਾਜੇ ਦੀ ਟੀਮ ਨੂੰ ਜੇਤੂ ਕਰਾਰ ਦਿਓ, ਬਾਜਵਾ ਕਰਾਂ ਦੀ ਟੀਮ ਸਕ੍ਰੈਚ ਕਰ ਦਿੱਤੀ ਗਈ ਹੈ ਜੀ। ਔਰ ਅਸੀਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ਼ਹਿਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਨਾਂ ਹੈ, ਜਥੇਦਾਰ ਸਰਦਾਰ ਤੋਤਾ ਸਿੰਘ ਜੀ ਸਾਬਕਾ ਸਿੱਖਿਆ ਮੰਤਰੀ ਸਾਡੇ ਦਰਮਿਆਨ ਪਹੁੰਚੇ ਨੇ। ਉਹਨਾਂ ਦੇ ਨਾਲ ਹੋਰ ਵੀ ਸ਼ਹਿਰ ਦੀਆਂ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਨਾਂ ਹੈ। ਜਥੇਦਾਰ ਤੋਤਾ ਸਿੰਘ ਜੀ ਆਪਣੇ ਕੀਮਤੀ ਰੁਝੇਵਿਆਂ ਨੂੰ ਛੱਡ ਕੇ ਆਪਣੀ ਸਿਆਸਤ ਦੀ ਦੁਨੀਆਂ ਦੇ ਵਿੱਚੋਂ ਔਰ ਵਿਸ਼ੇਸ਼ ਤੌਰ 'ਤੇ ਸਾਡੇ ਦਰਮਿਆਨ ਪਹੁੰਚੇ ਨੇ। ਜਥੇਦਾਰ ਤੋਤਾ ਸਿੰਘ ਜੀ ਸਾਬਕਾ ਸਿੱਖਿਆ ਮੰਤਰੀ ਪੰਜਾਬ ਔਰ ਸਾਡੇ ਸ਼ਹਿਰ ਦੀ ਬਹੁਤ ਹੀ ਮਹਾਨ ਸ਼ਖਸੀਅਤ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਬਹੁਤ ਵੱਡਾ ਨਾਂ ਇਹਨਾਂ ਦਾ, ਔਰ ਆਪਣੇ ਕੀਮਤੀ ਸਮੇਂ ਨੂੰ ਛੱਡ ਕੇ ਅੱਜ ਦੇ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣ ਦੇ ਲਈ ਪਹੁੰਚੇ ਨੇ। ਅਸੀਂ ਇੱਥੇ ਪਹੁੰਚਣ 'ਤੇ ਅਕਾਲਸਰ ਯੂਥ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਜੀ ਕਲੇਰ ਸਾਹਿਬ, ਬੱਬੀ ਕਲੇਰ ਜੀ, ਜਿੰਨੇ ਵੀ ਕਮੇਟੀ ਮੈਂਬਰ ਆ ਸਾਰਿਆਂ ਵੱਲੋਂ ਅਸੀਂ ਜੀ ਆਖਦੇ ਹਾਂ, ਔਰ ਗੁਰਨੈਲ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਔਰ ਸੋਚੀ ਕਲੱਬ ਵੱਲੋਂ ਜੀ ਆਇਆ ਜੀ, ਕੋਟਨ ਕੋਟਨ ਮਾਤਾ ਜਿੰਨੇ ਵੀ ਕਦਮ ਚੱਲ ਕੇ ਆਏ ਆ ਸਰਮੱਥੇ ਆ। ਹਾਂਜੀ ਦਿਲਬਾਗ ਜੀ, ਹੈਲੋ ਆਪਾਂ ਮਾਣੂ ਕੇ ਗਿੱਲ ਬੀ ਤੇ ਗੋਦੇ ਵਾਲਾ ਆਖਰੀ ਸੱਦਾ ਜੀ, ਦੋਨੋਂ ਟੀਮਾਂ, ਹਾਂਜੀ ਦੋਨੋਂ ਟੀਮਾਂ ਸਾਡਾ ਆਖਰੀ ਸੱਦਾ ਨਹੀਂ, ਦੋਨੋਂ ਕੱਢ ਦਿਓ ਜੀ। ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਸਾਡੇ ਪ੍ਰਬੰਧਕ ਵੀਰ ਸੈਂਕਲ ਰਾਉਂਡ ਦੀਆਂ ਟਾਈਆਂ ਕੱਢਣ ਲੱਗੇ ਆ, ਜੇ ਕਿਸੇ ਵੀ ਖਿਡਾਰੀ ਕੋਈ ਸ਼ੱਕ ਹੋਵੇ ਤਾਂ ਉਹ ਟਾਈਆਂ ਦੇ ਕੋਲੇ ਆ ਸਕਦੇ ਨੇ, ਸੈਂਕਲ ਰਾਉਂਡ ਦੀਆਂ ਟਾਈਆਂ ਸਾਡੇ ਪ੍ਰਬੰਧਕ ਵੀਰ ਕੱਢਣ ਜਾ ਰਹੇ ਨੇ। ਔਰ ਨਾਲ ਹੀ ਦਰਬਾਰ ਸਿੰਘ ਜੀ ਗਿੱਲ ਸਾਹਿਬ, ਦਰਬਾਰ ਸਿੰਘ ਜੀ ਲੱਕੀ ਗਿੱਲ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਕੱਲ੍ਹ ਵੀ ਹਾਜ਼ਰੀ ਲਗ ਗਏ ਆ, ਸੁਆਜੀ ਭਰਮੀ ਹਾਜ਼ਰੀ 'ਚ ਪਹੁੰਚੇ ਨੇ, ਅਸੀਂ ਜੀਆਂ ਕਹਿੰਦੇ ਹਾਂ। ਉਹਨਾਂ ਦੇ ਨਾਲ ਹੋਰ ਵੀ ਸ਼ਖਸੀਅਤਾਂ ਸਤਿਕਾਰ ਜੋ ਚਿਹਰੇ ਜਿੰਨੇ ਵੀ ਪੁੱਜੇ ਨੇ ਸਾਰਿਆਂ ਨੂੰ ਜੀਆਂ ਆਖਿਆ ਜਾਂਦਾ, ਬਹੁਤ ਧੰਨਵਾਦ ਜੀ। ਸੋ ਲੜਕੀਆਂ ਦਾ ਜਿਹੜਾ ਸ਼ੋਅ ਮੈਚ ਕਰਾਇਆ ਜਾ ਰਿਹਾ ਹੈ, ਜਿੱਥੇ ਪੰਜਾਬ ਦੇ ਗੱਭਰੂਆਂ ਦੀ ਕਬੱਡੀ ਦਾ ਆਪਾਂ ਮੈਂ ਬੇਨਤੀ ਕਰਾਂ ਜਸਵੀਰ ਮਹਿਣਾ ਜੀ, ਇਕਬਾਲ ਮੱਧੂ ਕਿ ਦੋਨੋਂ ਟੀਮਾਂ ਨੂੰ ਲਾਈਨ ਅਪ ਕੀਤਾ ਜਾਵੇ। ਅਸੀਂ ਆਸ਼ੀਰਵਾਦ ਦੇਣ ਦੇ ਲਈ ਖਿਡਾਰੀਆਂ ਨੂੰ, ਇਹਨਾਂ ਬੱਚਿਆਂ ਨੂੰ, ਸਾਡੇ ਇਸ ਇਲਾਕੇ ਦੀ ਸਿਆਸਤ ਦੀ ਦੁਨੀਆਂ ਵਿੱਚ ਬਹੁਤ ਵੱਡਾ ਨਾਂ ਹੈ, ਜਥੇਦਾਰ ਤੋਤਾ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਨੇ। ਉਹਨਾਂ ਦੇ ਨਾਲ ਹੋਰ ਵੀ ਸ਼ਹਿਰ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਪੁੱਜੇ ਨੇ, ਜਿਨ੍ਹਾਂ ਦੇ ਨਾਂ ਸਾਰਾ ਪਰਮਾਤਮਾ ਆਪ ਜਾਣਦਾ ਹੈ, ਸਾਡੇ ਲਈ ਸਾਰੇ ਰੱਬ ਦੇ ਸਮਾਨ ਆ ਜੀ। ਮੈਂ ਬੋਲਾਂ ਚਾਹੇ ਨਾ ਬੋਲਾਂ, ਮੈਂ ਸਭ ਨੂੰ ਰੱਬ ਦੀ ਥਾਂ ਬੋਲਾਂ, ਮੈਂ ਬੋਲਾਂ ਚਾਹੇ ਨਾ ਬੋਲਾਂ, ਮੈਂ ਸਭ ਨੂੰ ਰੱਬ ਦੀ ਥਾਂ ਬੋਲਾਂ। ਇੱਥੇ ਹਰ ਸ਼ਖਸੀਅਤ ਨਾਮੀ ਹੈ, ਮੈਂ ਕਿਹਦਾ ਕਿਹਦਾ ਨਾ ਬੋਲਾਂ, ਇੱਥੇ ਹਰ ਸ਼ਖਸੀਅਤ ਨਾਮੀ ਹੈ, ਮੈਂ ਕਿਹਦਾ ਕਿਹਦਾ ਨਾ ਬੋਲਾਂ। ਸਾਰੀਆਂ ਇਸ ਕਾਰਜ ਉਹ ਸ਼ਖਸੀਅਤਾਂ ਪੁੱਜੀਆਂ ਨੇ ਸ਼ਹਿਰ ਦੀਆਂ, ਸਾਰੀਆਂ ਨੂੰ ਜੀ ਆਖਿਆ ਜਾਂਦਾ ਇੱਕ ਅਕਾਲਸਰ ਯੂਥ ਕਲੱਬ ਵੱਲੋਂ। ਔਰ ਬੇਨਤੀ ਹੈ ਪ੍ਰਧਾਨ ਸਾਹਿਬ, ਜਾਓ ਜੀ ਗਰਾਊਂਡ ਵਿੱਚ ਲੈ ਕੇ। ਹਾਂਜੀ ਇੱਕ ਮਿੰਟ ਜੀ, ਮੈਂ ਬੇਨਤੀ ਕਰਾਂ ਅਵਤਾਰ ਸਿੰਘ ਜੀ, ਪ੍ਰਧਾਨ ਸਾਹਿਬ ਪਬਲਿਕਲੀ ਸਕਾਊਟ ਕਰਕੇ ਲੈ ਕੇ ਜਾਓ ਅੱਜ ਦੇ ਚੀਫ ਗੈਸਟ ਜਥੇਦਾਰ ਤੋਤਾ ਸਿੰਘ ਜੀ, ਸਾਬਕਾ ਸਿੱਖਿਆ ਮੰਤਰੀ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੇ ਨਾਲ। ਠੀਕ ਹੈ, ਕੋਈ ਗੱਲ ਨਹੀਂ, ਪੀਰੋ ਠੰਡਾ ਪੀ ਲਓ ਦੋ ਬੇਟੇ। ਹੈਲੋ, ਸੈਂਕਲ ਰਾਊਂਡ ਦੀਆਂ ਟਾਈਆਂ ਨਿਕਲ ਚੁੱਕੀਆਂ ਨੇ, ਸੈਂਕਲ ਰਾਊਂਡ ਦਾ ਪਹਿਲਾ ਮੈਚ ਖੇਡਿਆ ਜਾਣਾ ਸੁਨੇਹਰ ਬਰਸੀ ਬਾਬਾ ਹੀਰਾ ਵਾਲ ਕਲੱਬ ਮਾਲਾ, ਇਹ ਟੀਮਾਂ ਵੇਟ ਗਰੁੱਪ ਦੇ ਵਿੱਚ ਆ ਜਾਣ। ਸੁਨੇਹਰ ਬਰਸ ਜੋ ਬਾਬਾ ਹੀਰਾ ਲਾਲ ਕਲੱਬ ਮਾਲਾ, ਔਰ ਸਕਾਊਟ ਕਰਕੇ ਲੈ ਕੇ ਜਾ ਰਹੇ ਨੇ ਗਣੇਸ਼ ਸਿੰਘ ਸੰਧੂ ਸਾਹਿਬ, ਸਾਡੇ ਕਲੱਬ ਦੇ ਸੀਨੀਅਰ ਪ੍ਰਧਾਨ ਨੇ, ਅਵਤਾਰ ਸਿੰਘ ਜੀ ਕਲੇਰ ਸਾਹਿਬ, ਔਰ ਛਿੰਦਾ ਬਰਾੜ ਜੀ, ਬਲਜੀਤ ਨੰਬਰਦਾਰ ਜੀ, ਸਾਰੇ
ਸਤਨਾਮ ਛੱਤਾ ਜੀ ਗਿੱਲ ਸਾਹਿਬ ਸਾਰੀਆਂ ਸਕਾਰਜੋ ਸ਼ਿਸ਼ਟਾਂ ਜਿੰਨੀਆਂ ਸਾਡੇ ਅੱਜ ਦੇ ਚੀਫ ਗੈਸਟ ਨੂੰ ਲੈ ਕੇ ਜਾ ਰਹੀਆਂ ਨੇ ਕੁਛ ਹਾਂ ਜੀ ਕਲੇਰ ਸਾਹਿਬ ਅਭੀ ਕਲੇਰ ਜੀ ਬਾਬੂ ਇੱਕ ਮਿੰਟ ਕਰਾਇਆ ਦੋ ਮਿੰਟ ਸੋ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਗਰਾਊਂਡ 'ਤੇ ਜਾ ਰਹੇ ਨੇ ਜਹੇਦਾ ਤੋਤਾ ਸਿੰਘ ਜੀ ਸਿੱਖਿਆ ਮੰਤਰੀ ਪੰਜਾਬ ਸਾਡੇ ਦਰਮਿਆਨ ਆਪਣੇ ਕੀਮਤੀ ਸਿਆਸਤ ਦੀ ਦੁਨੀਆਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੇ ਨੇ ਬਹੁਤ ਰੁਝੇਵੇ ਨੇ ਜ਼ਿੰਦਗੀ ਦੇ ਪਰ ਫਿਰ ਵੀ ਮੇਲੇ ਦੀ ਰੌਣਕ ਨੂੰ ਵਧਾਏ ਦਰਬਾਰ ਬਾੜ ਜੀ ਦਰਬਾਰ ਸਿੰਘ ਜੀ ਲੱਕੀ ਗਿੱਲ ਉਹ ਵੀ ਸਰਹੱਦ ਦੇ ਦਰਮਿਆਨ ਪਹੁੰਚੇ ਨੇ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਸ ਖੇਡ ਮੇਲੇ ਦੇ ਵਿੱਚ ਪੁੱਜੇ ਹੋਏ ਜਥੇਦਾਰ ਤੋਤਾ ਸਿੰਘ ਜੀ ਉਹਨਾਂ ਦੇ ਨਾਲ ਇਸ ਇਲਾਕੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਹੋਰ ਵੀ ਜਿੰਨੇ ਨੁਮਾਇੰਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਇੱਧਰ ਅਕਾਲਸਰ ਯੂਥ ਕਲੱਬ ਮੋਗੇ ਦੇ ਜਿੰਨੇ ਵੀ ਸਾਡੇ ਆਰਗਨਾਈਜ਼ਰ ਨੇ ਸਾਡੇ ਪ੍ਰਧਾਨ ਅਵਤਾਰ ਸਿੰਘ ਜੀ ਕਲੇਰ ਨਾਲ ਬੱਬੀ ਜੀ ਸਾਡੇ ਗੁਰਨੈਬ ਸਿੰਘ ਜੀ ਸੰਧੂ ਸਾਹਿਬ ਸਾਡੇ ਸਾਰੇ ਹੀ ਸਤਿਕਾਰਯੋਗ ਸੱਜਣ ਹੈ ਇੱਧਰ ਜਾਣ ਪਹਿਚਾਣ ਤੋਂ ਬਾਅਦ ਇੱਕ ਯਾਦਗਾਰੀ ਤਸਵੀਰ ਇਹਨਾਂ ਦੋਨੋਂ ਹੀ ਲੜਕੀਆਂ ਦੀਆਂ ਟੀਮਾਂ ਦੇ ਨਾਲ ਇੱਕ ਪਾਸੇ ਟੀਮ ਜਿਹੜੀ ਔਲਖ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਹੈ ਦੂਸਰੇ ਪਾਸੇ ਟੀਮ ਜਿਹੜੀ ਮੋਗੇ ਦੀ ਹੈ ਇਸ ਸਮੇਂ ਲੜਕੀਆਂ ਦਾ ਇੱਕ ਯਾਦਗਾਰੀ ਸ਼ੋਅ ਮੈਚ ਦਰਸ਼ਕ ਵੀਰਾਂ ਦੀ ਨਜ਼ਰ ਕਰਾਂਗੇ ਨਾਲ ਹੀ ਮੇਰੀ ਬੇਨਤੀ ਹੈ ਵੀ ਆਪਣਾ ਕਬੱਡੀ ਓਪਨ ਦੀਆਂ ਵੀਰ ਜੀ ਟੀਮਾਂ ਅਨਾਊਂਸ ਕਰ ਦਿਓ ਜਿਹੜੇ ਵੀ ਮੈਚ ਨਿਕਲੇ ਸਾਰੀਆਂ ਟੀਮਾਂ ਅਨਾਊਂਸ ਕਰ ਦਿਓ ਇੱਕ ਵਾਰੀ ਮਾਲਾ ਬਾਰਿਸ ਨੇ ਅਰਲੀ ਟੀਮ ਪੁੱਜੇ ਸੈਂਕਲ ਦੌੜ ਦਾ ਪਹਿਲਾ ਮੈਚ ਖੇਡਿਆ ਜਾਣਾ ਘਰ ਕਲਾਂ ਬਰਸੀ ਰਾਓ ਕਹਿ ਟੀਮ ਪੁੱਜੇ ਘਰ ਕਲਾਂ ਬਰਸੀ ਰਾਓ ਕਹਿ ਮਾਲਕ ਬਰਸੀ ਚੰਦਵਾਜਾ ਦੀ ਟੀਮ ਦਾ ਮੈਚ ਖੇਡਿਆ ਜਾਣਾ ਮਾਲਕ ਬਰਸੀ ਚੰਦਵਾਜਾ ਦਿਲਵਾਗ ਜੀ ਕੋਈ ਨੀ ਇੱਧਰੋਂ ਲੌਂਚ ਕਰਾਂਗੇ ਅਸੀਂ ਟੀਮਾਂ ਕੋਈ ਗੱਲ ਲਓ ਇਸ ਸਮੇਂ ਮੈਚ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਹੈ ਔਲਖ ਦੀ ਟੀਮ ਜਿਹੜੀ ਆ ਗਈ ਇੱਧਰ ਸਟੇਜ ਵਾਲੇ ਪਾਸੇ ਔਰ ਦੂਸਰੇ ਪਾਸੇ ਟੀਮ ਜਿਹੜੀ ਮੋਗੇ ਦੀ ਹੈ ਇੱਧਰਲੇ ਬੰਨੇ ਮੋਗੇ ਦੇ ਵੱਲੋਂ ਦੇਖਦੇ ਵੀ ਮੁਟਿਆਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਹੀ ਹੈ ਇੱਧਰਲੇ ਬੰਨੇ ਹੁੰਦਾ ਹੋਇਆ ਮੁਕਾਬਲਾ ਦੋਨੋਂ ਹੀ ਮੁਟਿਆਰਾਂ ਦਾ ਔਰ ਦੇਖਣਾ ਵੀ ਪੁਆਇੰਟ ਕਿਸ ਟੀਮ ਦੇ ਹਿੱਸੇ ਦੇ ਵਿੱਚ ਜੁੜੇਗਾ ਕਿ ਘਰ ਤੇਰੇ ਲਈ ਵੱਧ ਵੱਧ ਮਰੀਏ ਪੁੱਤਾਂ ਵਾਂਗੂ ਜਿੱਦ ਨਾ ਕਰੀਏ ਤੂੰ ਫੇਰ ਵੀ ਕਹੇ ਨਕੰਬੀਆਂ ਨੀ ਮਾਤੀਆਂ ਝਿੜਕਾ ਖਾਣ ਨੂੰ ਜੰਮੀਆਂ ਨੀ ਮਾਤੀਆਂ ਝਿੜਕਾ ਖਾਣ ਨੂੰ ਜੰਮੀਆਂ ਇੱਧਰਲੇ ਬੰਨੇ ਇੱਕ ਨੰਬਰ ਕਿੱਟ ਦੇ ਵਿੱਚ ਦੇਖਦੇ ਵੀ ਔਲਖ ਦੇ ਵੱਲੋਂ ਕਬੱਡੀ ਪੈ ਰਹੀ ਹੈ ਚਾਰ ਮੁਟਿਆਰਾਂ ਇਸ ਸਮੇਂ ਮੋਗੇ ਦੀਆਂ ਦੇਖਦੇ ਵੀ ਜਾਫ ਲਾਈਨ ਦੇ ਵਿੱਚ ਹੈ ਇੱਧਰਲੇ ਬੰਨੇ ਪੈਂਦੀ ਕਬੱਡੀ ਫੜਿਆ ਗੁੱਟ ਹੈ ਔਰ ਦੇਖਾ ਰਹੇ ਵੀ ਪੁਆਇੰਟ ਕਿਸ ਟੀਮ ਦੇ ਹਿੱਸੇ ਦੇ ਵਿੱਚ ਜੁੜੇਗਾ ਇੱਧਰਲੇ ਬੰਨੇ ਫੜਿਆ ਹੋਇਆ ਗੁੱਟ ਔਰ ਦੇਖਣਾ ਵੀ ਫੈਸਲਾ ਕੀ ਹੋਵੇਗਾ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਇੱਧਰ ਔਲਖ ਫਰੀਦਕੋਟ ਦੀ ਮੁਟਿਆਰ ਇਸ ਸਮੇਂ ਇੱਧਰ ਮੋਗੇ ਦੀ ਮੁਟਿਆਰ ਦੇਖਦੇ ਵੀ ਔਲਖ ਦੇ ਵਿਹੜੇ ਦੇ ਵਿੱਚ ਕਬੱਡੀ ਪਾ ਰਹੀ ਹੈ ਦਿਲਵਾਗ ਜੀ ਆ ਟੀਮਾਂ ਲੌਂਚ ਕਰ ਦਈਏ ਸੈਕੰਡ ਰਾਊਂਡ ਦੇ ਸੈਕੰਡ ਰਾਊਂਡ ਦਾ ਪਹਿਲਾ ਮੈਚ ਖੇਡਿਆ ਜਾਣਾ ਮਾਲਾ ਕਲਾਂ ਬਰਸੀ ਸੁਨੇਹਰ ਘਲ ਕਲਾਂ ਬਰਸੀ ਰਾਊਕੇ ਕਲਾਂ ਮਾਲਕ ਬਰਸੀ ਚੰਦਵਾਜਾ ਐਂਦਗੜ ਬਰਸੀ ਲੰਡੇ ਰੱਜੀ ਵਾਲਾ ਬਰਸੀ ਚੂੜ ਚੱਕ ਰਾਣਾ ਕਲੱਬ ਦੋਦਰ ਬਰਸਜ ਮੋਗਾ ਕਾਲਸਰ ਸਾਪੂ ਵਾਲਾ ਬਰਸੀ ਮਾਣੂਕੇ ਇਹ ਨੱਤੋਕੇ ਬਰਸੀ ਖੁਸਰ ਧੀਰ ਕਿਸੇ ਵੀ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਣਾ ਆਪਣੇ ਮੈਚਾਂ ਦੇ ਅਨੁਸਾਰ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ ਇੱਧਰਲੇ ਬੰਨੇ ਪੁਆਇੰਟ ਜਿਹੜਾ ਮੋਗੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਕਿ ਸਮਾਂ ਬਦਲ ਗਿਆ ਔਰ ਸਾਜ ਬਦਲ ਗਏ ਰੀਤਾਂ ਦੇ ਨਾਲ ਰਿਵਾਜ ਬਦਲ ਗਏ ਲੰਗੇ ਆਣੀਆਂ ਯੋਧਿਆਂ ਸ਼ਾਗੀਆਂ ਦਿਲੋਂ ਦਲੇਰਨੀਆਂ ਹੁਣ ਮੁੰਡਿਆਂ ਵਾਂਗੂ ਖੇਡਦੀਆਂ ਨੇ ਕੁੜੀਆਂ ਸ਼ੇਰਨੀਆਂ ਹੁਣ ਮੁੰਡਿਆਂ ਵਾਂਗੂ ਖੇਡਦੀਆਂ ਨੇ ਕੁੜੀਆਂ ਸ਼ੇਰਨੀਆਂ ਪੰਜਾਬ ਦੀਆਂ ਛੀਣੀਆਂ ਮਾਵਾਂ ਦੀਆਂ ਸ਼ੇਰ ਬੱਚੀਆਂ ਇਸ ਸਮੇਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਦੇਖਦੇ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੀਆਂ ਇੱਧਰਲੇ ਬੰਨੇ ਪਾਈ ਹੋਈ ਕਬੱਡੀ ਹੈ ਖੇਡ ਮੈਦਾਨ ਦੇ ਅੰਦਰ ਹੈ ਇਸ ਸਮੇਂ ਵੇਖਦੇ ਵੀ ਔਲਖ ਦੇ ਵੱਲੋਂ ਕਿ ਕਮਜ਼ੋਰ ਨਾ ਤੂੰ ਜਾਣ ਉੱਚਾ ਕਰੂ ਤੇਰਾ ਮਾਣ ਲੰਘੇ ਆਣੀਆਂ ਜਮਾਨਾ ਰਹਿ ਜੂ ਦੇਖਦਾ ਯੋਧਿਆਂ ਵੇ ਪੁੱਤ ਬਣ ਕੇ ਅੱਜ ਖੇਡਦੀ ਕਬੱਡੀ ਦੇਖ ਬਾਬਲਾ ਵਿੱਤੀ ਤੇਰੀ ਪੁੱਤ ਬਣ ਕੇ ਅੱਜ ਖੇਡਦੀ ਕਬੱਡੀ ਦੇਖ ਬਾਬਲਾ ਵਿੱਤੀ ਤੇਰੀ ਪੁੱਤ ਬਣ ਕੇ ਇੱਧਰਲੇ ਬੰਨੇ ਪਾਈ ਕਬੱਡੀ ਮੋਗੇ ਦੀ ਟੀਮ ਦੇ ਵੱਲੋਂ ਖੇਡ ਮੈਦਾਨ ਦੇ ਵਿੱਚ ਹੈ ਨਾਲ ਹੀ ਮੇਰੀ ਬੇਨਤੀ ਹੈ ਮਾਲਾ ਕਲਾਂ ਤੇ ਸੁਨੇਹਰ ਦੀਆਂ ਟੀਮਾਂ ਓਪਨ ਦੇ ਮੈਚਾਂ ਦੇ ਲਈ ਗਰਾਊਂਡ ਦੇ ਨੇੜੇ ਆ ਜਾਣ ਮਾਲਾ ਕਲਾਂ ਵਰਸੀ ਜੀ ਸੁਨੇਹਰ ਘਲ ਕਲਾਂ ਨੇ ਖੇਡਣਾ ਰਾਊ ਟਿਕਲਾਂ ਨਾਲ ਮਲਕ ਤੇ ਚੰਦਬਾਜਾ ਇੰਦਗੜ ਤੇ ਲੰਡੇ
ਰੱਜੀ ਵਾਲਾ ਤੇ ਚੂੜ ਚੱਕ ਰਾਣਾ ਕਲੱਬ ਬਹਾਦਰ ਤੇ ਅਕਾਲ ਸਰ ਮੋਗਾ। ਹਾਂਜੀ ਹਾਂਜੀ ਸਮਝ ਗਿਆ ਜੀ। ਸੋ ਬਹੁਤ ਧੰਨਵਾਦ ਜੀ ਸਾਡੇ ਦਰਮਿਆਨ ਸਰਦਾਰ ਦਵਿੰਦਰ ਸਿੰਘ ਜੀ ਰਣੀਆ ਜਨਰਲ ਸਕੱਤਰ ਨੌਰਥ ਅਮਰੀਕਾ ਔਰ ਤੇ ਪੰਜਾਬੀਆਂ ਦੀ ਸਿਆਸਤ ਦੇ ਵਿੱਚ ਪੰਜਾਬ ਦੀ ਧਰਤੀ ਤੇ ਜਾਏ ਹਿੰਦੁਸਤਾਨ ਦੀ ਗੱਲ ਉੱਥੇ ਬਾਹਰਲੇ ਮੁਲਕਾਂ 'ਚ ਵੀ ਝੰਡੇ ਗੱਡੇ ਆ ਉਹ ਵੀ ਸਾਡੇ ਦਰਮਿਆਨ ਆ। ਸਰਦਾਰ ਦਵਿੰਦਰ ਸਿੰਘ ਜੀ ਰਣੀਆ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੌਰਥ ਦੇ ਅਮਰੀਕਾ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਬਹੁਤ ਵੱਡਾ ਯੋਗਦਾਨ ਆ ਸਾਡੇ ਇਸ ਕਬੱਡੀ ਕੱਪ 'ਚ ਜੀ ਆ ਆਖਦੇ ਇਹਨਾਂ ਨੂੰ ਉੱਥੇ ਪਹੁੰਚਣ 'ਤੇ ਅਕਾਲਸਰ ਯੂਥ ਕਲੱਬ ਵੱਲੋਂ ਜਿੰਨੇ ਵੀ ਕਦਮ ਚੱਲ ਕੇ ਸਿਰਮੱਥੇ ਆ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਸਰਦਾਰ ਦਵਿੰਦਰ ਰਣੀਆ ਜੀ ਪਹੁੰਚੇ ਨੇ। ਬਹੁਤ ਮਿਹਰਬਾਨੀ ਜੀ ਆ ਜੀ ਉਹਨਾਂ ਦੇ ਨਾਲ ਹੋਰ ਵੀ ਸਮੁੱਚੀ ਅਕਾਲੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ 'ਚ ਇਹਨਾਂ ਦਾ ਵੀ ਬਹੁਤ ਵੱਡਾ ਨਾਂ ਹੈ। ਸਾਡੇ ਦਰਮਿਆਨ ਪਹੁੰਚੇ ਨੇ ਦਵਿੰਦਰ ਰਣੀਆ ਜੀ ਉਹਨਾਂ ਦੇ ਨਾਲ ਹੋਰ ਵੀ ਸਤਿਕਾਰਯੋਗ ਚਿਹਰੇ ਸਤਿਕਾਰਯੋਗ ਵੀਰ ਪੁੱਜੇ ਨੇ ਸਰਾਂ ਦਾ ਬਹੁਤ ਧੰਨਵਾਦ ਪਹੁੰਚਣ 'ਤੇ। ਨਰਿੰਦਰਪਾਲ ਜੀ ਕੌਮੀ ਜਨਰਲ ਸਕੱਤਰ ਅਕਾਲੀ ਦਲ ਬਾਦਲ ਸੀ ਬੀ ਰਿੰਗ ਮੋਗਾ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ। ਬਹੁਤ ਮਿਹਰਬਾਨੀ ਜੀ ਹਾਂ ਜੀ ਧੰਨਵਾਦ। ਇਧਰਲੇ ਬੰਨੇ ਜਿੰਨੀਆਂ ਵੀ ਪੁੱਜੀਆਂ ਹੋਈਆਂ ਸ਼ਖਸੀਅਤਾਂ ਸਾਰੇ ਹੀ ਪੁੱਜੇ ਹੋਏ ਆਗੂ ਸਾਹਿਬਾਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਜੀ ਇਹ ਆਖਿਆ ਜਾ ਰਿਹਾ। ਪਰ ਇਧਰਲੇ ਬੰਨੇ ਮੈਚ ਵੀ ਬੜਾ ਤਕੜਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਨਾਲ ਹੀ ਮੇਰੀ ਬੇਨਤੀ ਹੈ ਮਾਲਾ ਕਲਾਂ ਵਰਸੀ ਜੀ ਸੁਨੇਰ ਦੀ ਦੀਮਾ ਜਲਦੀ ਦੇ ਨਾਲ ਖੇਡ ਮੈਦਾਨ ਦੇ ਲਾਗੇ ਪੁੱਜ ਜਾਣ। ਇਸ ਸਮੇਂ ਵੇਖ ਰਹੇ ਵੀ ਹੰਡੇ ਬਿਲਕੁਲ ਨੇੜੇ ਹੈ ਪਰ ਵੇਖਾਂਗੇ ਵੀ ਫੈਸਲਾ ਇਸ ਸਮੇਂ ਧਾਬੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਪੁਆਇੰਟ ਜਿਹੜਾ ਮੋਗੇ ਦੀ ਟੀਮ ਦਾ ਹੈ। ਇੱਧਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਫਰੀਦਕੋਟ ਦੀ ਟੀਮ ਦੇ ਵੱਲੋਂ ਇਸ ਸਮੇਂ ਮੁਟਿਆਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੱਧ ਚੁੱਕੀ ਹੈ। ਕਿਆਰਤ ਨੂੰ ਬੜਾ ਦੱਬੀ ਰੱਖਿਆ ਵਹਿਮਾਂ ਭਰਮਾਂ ਨੇ ਇਹ ਅਣਖਾਂ ਨੇ ਇੱਜਤਾਂ ਨੇ ਸ਼ਰਮਾਂ ਨੇ ਪੜ੍ਹ ਲਿਖ ਕੇ ਲੱਗੇ ਆਣੀਆਂ ਯੋਧਿਆਂ ਨਵੀਂ ਦਿਸ਼ਾ ਵੱਲ ਮੁੜੀਆਂ। ਖੇਡ ਕਬੱਡੀ ਖੇਡਦੀਆਂ ਹੁਣ ਮੁੰਡਿਆਂ ਵਾਂਗੂ ਕੁੜੀਆਂ ਖੇਡ ਕਬੱਡੀ ਖੇਡਦੀਆਂ ਹੁਣ ਮੁੰਡਿਆਂ ਵਾਂਗੂ ਕੁੜੀਆਂ। ਔਰ ਸੰਤ ਬਾਬਾ ਗੁਰਦੇਵ ਸਿੰਘ ਜੀ ਮਟਾਣੀ ਵਾਲੇ ਵੀ ਸਾਡੇ ਦਰਮਿਆਨ ਪਹੁੰਚੇ ਨੇ। ਇੱਥੇ ਪਹੁੰਚਣ ਤੇ ਅਕਾਲ ਸਰ ਯੂਥ ਕਲੱਬ ਵੱਲੋਂ ਜੀ ਆਖਦੇ ਆ ਸੰਤ ਗੁਰਦੇਵ ਸਿੰਘ ਜੀ ਮਟਵਾਣੀ ਵਾਲੇ ਪੰਪੋਸ ਪਹੁੰਚੇ ਨੇ। ਬਹੁਤ ਮਿਹਰਬਾਨੀ ਜੀ ਹਾਂ ਜੀ ਧੰਨਵਾਦ। ਨਾਲ ਹੀ ਮੇਰੀ ਬੇਨਤੀ ਕਬੱਡੀ ਉੱਪਰ ਇੱਕ ਮਿੰਟ ਵੀਰੇ ਇੱਥੇ ਜਿੰਨੀ ਸੀਨੀਅਰ ਲੀਡਰਸ਼ਿਪ ਜਥੇਦਾਰ ਜੀ ਦੇ ਨਾਲ ਪਹੁੰਚੀ ਹੈ ਅਸੀਂ ਕਲੱਬ ਆਏ ਹੁਣ ਦੁਬਾਰਾ ਫੇਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਹਾਂ ਵੈਲਕਮ ਜਿਹੜਾ ਨੇ ਕੀਮਤੀ ਸਮੇਂ ਦੇ ਵਿੱਚੋਂ ਥੋੜ੍ਹੇ ਜਿਹੇ ਸੱਦੇ ਪੱਤਰ 'ਤੇ ਬੜਾ ਟਾਈਮ ਸਿਰ ਪਹੁੰਚ ਕੇ ਇਸ ਟੂਰਨਾਮੈਂਟ ਦੀ ਇਸ ਕਲੱਬ ਦੀ ਹੌਸਲਾ ਵਧਾਈ ਕੀਤੀ ਹੈ। ਅਤੇ ਹੁਣ ਸਰਦਾਰ ਦਵਿੰਦਰ ਸਿੰਘ ਜੀ ਰਣੀਆਂ ਨੂੰ ਆ ਕੇ ਬੇਨਤੀ ਕਰੂੰ ਜਥੇਦਾਰ ਜੀ ਦਾ ਆਇਆਂ ਦਾ ਧੰਨਵਾਦ ਕਰਨ ਇਹ ਦੋ ਮਿੰਟ ਆਪਦੇ ਵਿਚਾਰ ਪੇਸ਼ ਕਰਨ। ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹੇ ਦਾ ਮਾਣ ਜਥੇਦਾਰ ਦੋਦਾ ਸਿੰਘ ਜੀ ਸਾਬਕਾ ਕੈਬਨਿਟ ਮੰਤਰੀ MLA ਹਲਕਾ ਧਰਮਕੋਟ ਉਹਨਾਂ ਦੇ ਨਾਲ ਸਟੇਜ 'ਤੇ ਬੈਠੇ ਮੇਰੇ ਸਾਰੀ ਸਤਿਕਾਰਯੋਗ ਲੱਕੀ ਗਿੱਲ ਜੀ ਜੋਗਿੰਦਰ ਗਿੱਲ ਜੀ ਸਾਡੇ ਰਛਪਾਲ ਸਿੰਘ ਜੀ ਗਿੱਲ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ NRI ਮੋਗਾ ਸਭਾ ਦੇ ਖਜ਼ਾਨਚੀ ਸਾਹਿਬਾਨ ਰਾਮ ਸਿੰਘ ਜੀ ਗਿੱਲ ਅਤੇ ਹੋਰ ਵੀ ਸਟੇਜ 'ਤੇ ਬੈਠੇ ਬਹੁਤ ਹੀ ਮਹਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਸੰਧੂ ਸਾਹਿਬ ਗੁਰਨੈਲ ਸਿੰਘ ਜੀ ਸੰਧੂ ਨਰਿੰਦਰ ਸਿੰਘ ਜੀ ਸੰਧੂ ਸਾਬਕਾ MC ਬਾਬਾ ਪੂਰਨ ਸਿੰਘ ਜੀ ਅਤੇ ਸਾਡੇ ਸਾਰੇ ਹੀ ਮਹਿਮਾਨ। ਮੈਂ ਸਾਰਿਆਂ ਨੂੰ ਅਕਾਲ ਸਰ ਯੂਥ ਕਲੱਬ ਰਜਿਸਟਰ ਮੋਗਾ ਵੱਲੋਂ ਇੱਥੇ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਤੁਸੀਂ ਸਾਰੇ ਹੀ ਜਿੱਥੇ ਵਿਸਾਖੀ ਦਾ ਆਨੰਦ ਮਾਣ ਰਹੇ ਹੋ ਨਾਲ ਦੇ ਨਾਲ ਨਾਲ ਅਕਾਲ ਸਰ ਯੂਥ ਕਲੱਬ ਜੋ ਹਰ ਸਾਲ ਇੱਥੇ ਕਬੱਡੀ ਦਾ ਟੂਰਨਾਮੈਂਟ ਕਰਾਇਆ ਜਾਂਦਾ ਜਿਹਦੇ ਵਿੱਚ ਬਹੁਤ ਸਾਰੀਆਂ ਟੀਮਾਂ ਕੱਲ੍ਹ ਵੀ ਇੱਥੇ ਭਾਗ ਲਿਆ